ਜਨਮ ਅਕਾਰਤ ਕਹੁ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕੋ ਮੀਨਾ ਵਿਖਿਆ ਨ ਸਿਉ ਕਾਹੇ ਰਚਿਓ ਨਿਮਖ ਨਾਹੁ ਹੈ ਉਦਾਸ ਕਹੁ ਨਾਨਕ ਭਜ ਹਰ ਮਨਾ ਪਰ ਨ ਜਮ ਕੀ ਫਾਸ ਤਰਨਾ ਪੋਇਆ ਹੀ ਗਇਓ ਲਿਓ ਜਰਾ ਤਨ ਜੀਤ ਕਹੁ ਨਾਨਕ ਭਜ ਹਰ ਮਨਾਉਦ ਜਾਤ ਹੈ ਬੀਤ ਬਿਰਦ ਪਇਓ ਸੂਜੈ ਨਹੀਂ ਕਾਲ ਪਹੁੰਚਿਓ ਕਹੁ ਨਾਨਕ ਨਰ ਬਾਬਰੇ ਕਿਉਂ ਨਾ ਭਜੈ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨ ਮੈਂ ਕਸ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤੇ ਉਦਾਰਨ ਪੈ ਹਰਨ ਹਰ ਅਨਾਥ ਕੇ ਨਾਥ ਕਹੁ ਨਾਨਕ ਤੇ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜੇ ਤੋ ਕਹ ਦਿਓ ਨੇਹਨਕੀਨ ਕਹੁ ਨਾਨਕ ਨਰ ਬਾਬਰੇ ਅਬ ਕਿਉਂ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਔਰ ਜਹਨੀ ਕੋ ਧਾਮ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹਿ ਨ ਕੋਏ ਕਹੁ ਨਾਨਕ ਸੁਨ ਰੇ ਮਨਾ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤੇ ਭਜ ਰੇ ਤੈ ਮੀਤ ਕਹੁ ਨਾਨਕ ਸੁਨ ਰੇ ਮਨਾਉਦ ਘਟਤ ਹੈ ਨੀਤ ਪੰਚ ਤਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ ਜੇ ਤੇ ਉਪਜਿਓ ਨਾਨਕਾ ਨੀਨ ਤਾਏ ਮੈਂ ਮਾਨ ਘਟ ਘਟ ਮੈਂ ਹਰ ਜੂ ਵਸੈ ਸੰਤਨ ਕਹਿਓ ਪੁਕਾਰ ਕਹੁ ਨਾਨਕ ਤੇ ਭਜ ਮਨਾ ਕੌਣ ਨਿਦ ਉਤਰੈ ਪਾਰ ਸੁਖ ਦੁਖ ਜੇ ਪਰਸੈ ਨਹੀਂ ਲੋਭ ਮੋਹ ਅਭਿਮਾਨ ਕਹੁ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ ਉਸ ਤਤ ਨਿੰਦਿਆ ਨਾਹੀ ਜਹੈ ਕੰਚਨ ਲੋਹ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੁ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਐ ਕਾਹੂ ਕੋ ਦੇ
ਚੇਤ ਨੈ ਨੈ ਪੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ ਜੇ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੁ ਨਾਨਕ ਸੁਨ ਰੇ ਮਨਾ ਇਹ ਨਰ ਮਾਤੈ ਭਾਗ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ ਕਹੁ ਨਾਨਕ ਸੁਨ ਰੇ ਮਨਾ ਤਹਿ ਘਟ ਬ੍ਰਹਮ ਨਿਵਾਸ ਜੇ ਪ੍ਰਾਨੀ ਹਉ ਮੈਂ ਤਜੀ ਕਰਤਾ ਰਾਮ ਪਛਾਨ ਕਹੁ ਨਾਨਕ ਬਹੁ ਮੁਕਤ ਨਰ ਇਹ ਮਨ ਸਾਚੀ ਮਾਨ ਪੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤੈ ਕਾਮ ਜੇ ਬਾਗੁਨ ਗੋਬਿੰਦ ਭਜੋ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨਾ ਪਰੈ ਨ ਜਮ ਕੈ ਧਾਮ ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ਕਹੁ ਨਾਨਕ ਆਪਨ ਤਰੈ ਔਰਨ ਲੇਤ ਉਧਾਰ ਜੋ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ ਇਨ ਮੈਂ ਕਸ ਸਾਚੂ ਨਹੀਂ ਨਾਨਕ ਬਿਨ ਭਗਵਾਨ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੈਂ ਨਾਨਕ ਕਉ ਨਾਰਾਇਣ ਜੈ ਜੀਤ ਜੈਸੇ ਜਲ ਤੇ ਬੁਧ ਬੁਧਾ ਉਪਜੈ ਬਿਨ ਸੈ ਨੀਤ ਜਗ ਰਚਨਾ ਤੈਸੇ ਰਚੀ ਕਉ ਨਾਨਕ ਸੁਨ ਮੀਤ ਪ੍ਰਾਨੀ ਕਛੂ ਨ ਚੇਤੈ ਮਦ ਮਾਇਆ ਕੈ ਅੰਦ ਕਹੁ ਨਾਨਕ ਬਿਨ ਹਰ ਭਜਨ ਭਰਤ ਤਾਏ ਜਮ ਫੰਦ ਜੋ ਸੁਖ ਕਉ ਚਾਹੈ ਸਦਾ ਸਰਨ ਰਾਮ ਕੀ ਲੇਆ ਕਹੁ ਨਾਨਕ ਸੁਨ ਰੇ ਮਨਾ ਦੁਰਲਭ ਮਾਨੁਖ ਦੇਹ ਮਾਇਆ ਕਾਰਨ ਤਾ ਬਹੀ ਮੂਰਖ ਲੋਗ ਅਜਾਨ ਕਹੁ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤੈ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੁ ਨਾਨਕ ਬਿਨ ਹਰ ਭਜਨ ਜੀਵਨ ਕਉ ਨੈ ਕਾਮ ਪ੍ਰਾਨੀ ਰਾਮ ਨ ਚੇਤੈ ਮਦ ਮਾਇਆ ਕੈ ਅੰਦ ਕਹੁ ਨਾਨਕ
ਨਾਨਕ ਹਰ ਭਜਨ ਬਿਨਾ ਭਰਤ ਤਾਏ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨ ਕੋਏ ਬਹੁ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਪਰ ਮਤ ਫਿਰਿਆ ਮਿਟਿਉ ਨ ਜਮ ਕੋ ਤ੍ਰਾਸ ਬਹੁ ਨਾਨਕ ਹਰ ਭਜ ਮਨਾ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਓ ਮਿਟਿਉ ਨ ਮਨ ਕੋ ਮਾਲ ਦੁਰਮਤ ਸਿਉ ਨਾਨਕ ਫੰਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਹਰ ਬਿਰਦ ਫੁਨ ਅਵਸਥਾ ਜਾਨ ਬਹੁ ਨਾਨਕ ਹਰ ਭਜਨ ਬਿਨਾ ਮੇਰਤਾ ਸਭ ਹੀ ਮਾਨ ਕਰਨੋ ਹੁਤੋ ਸੁਨਾ ਕੀਓ ਭਰਿਓ ਲੋਭ ਕੈ ਫੰਦ ਨਾਨਕ ਸਮਿਓ ਰਮ ਗਇਓ ਪਬ ਕਿਉ ਲੋਭਤ ਅੰਦ ਮਨ ਮਾਇਆ ਮੈਂ ਰਮ ਰਹਿਓ ਸਤਨਾਹਿ ਨਮੀਤ ਨਾਨਕ ਮੂਰਤ ਚਿੱਤਰ ਜਿਆ ਛਾੜਤ ਨਾਹਿ ਨ ਪੀਤ ਨਰ ਚਾਹਤ ਕਛ ਔਰੈ ਔਰੈ ਕੀ ਔਰੈ ਪਈ ਚਿਤਵਤ ਰਹੋ ਠਗਾਰ ਨਾਨਕ ਪਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਏ ਬਹੁ ਨਾਨਕ ਸੁਨ ਰੇ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਬਹੁ ਨਾਨਕ ਮਨ ਸਿਮਰਤ ਪੂਰਨ ਹੋਵੇ ਕਾਮ ਝੂਠੇ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਕਰਬ ਕਰਤ ਹੈ ਦੇਖੋ ਬਿਨ ਸਚਨ ਮੈਂ ਮੀਤਾ ਜਿਹ ਪ੍ਰਾਨੀ ਹਰ ਜਸ ਕਹਿਓ ਨਾਨਕ ਤਹਿ ਜਗ ਜੀਤਾ ਜੇ ਕਟ ਸਿਮਰਨ ਰਾਮ ਕੋ ਨਰ ਮੁਕਤਾ ਜਾਨ ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜੈ ਪ੍ਰਾਨੀ ਕੈ ਨਾਹੇ ਮਨ ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਏ ਤਨ ਸਵਾਮੀ ਕੋ ਗ੍ਰਹਿ ਜਾ ਸਦਾ ਮਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜ ਇਕ ਮਨ ਹੋਏ ਇਕ ਚਿਤ ਤੀਰਥ ਵਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਿਫਲ ਜਾਤ ਤਹਿ ਜੋ ਕੁੰਚਰੇ ਸਨਾਨ ਸਿਰ ਕੰਪਿਉ ਪਗ ਡਗ ਮਗੈ ਨੈਣ ਜੋਤ ਤੇ ਹੀਨ ਕਹੁ ਨਾਨਕ ਇਹ ਵਿਦ ਭਈ ਨਾਰ ਜਸ ਲੀਨ ਨਿਜ ਕਰ ਦੇਖਿਓ ਜਗ ਤੁਮੈ ਕਾਹੂ ਕੋ ਨਾਹੇ ਨਾਨਕ ਥਿਰ ਹਰ ਭਗਤ ਹੈ ਰਾਖੋ ਮਨ ਮਾਏ ਜਗ ਰਚਨਾ ਸਭ ਝੂਠ ਹੈ ਜਾਨ ਲਿਹੋ ਰੇ ਮੀਤ ਕਹ
ਰਹਿ ਨਾਨਕ ਥਿਰ ਨਾ ਰਹਿ ਜੋ ਬਾਲੂ ਕੀ ਪੀਤ ਰਾਮ ਗਯੋ ਰਾਵਣ ਗਯੋ ਜਾ ਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾਂ ਕੀ ਕੀਜੀਐ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੇ ਛਾੜ ਸਗਲ ਜੰਜਾਲ ਦੋਹਰਾ ਬਲ ਛੁਟ ਕਿਉ ਬੰਧਨ ਪਰੇ ਨਾ ਹੋ ਤੇ ਉਪਾਏ ਕਹੁ ਨਾਨਕ ਆਬੇ ਓਟ ਹਰ ਗਜ ਜੋ ਸਹਾਏ ਬਲ ਹੋਆ ਬੰਧਨ ਛੁਟੇ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਹੋਤ ਸਹਾਏ ਸੰਗ ਸਖਾ ਸਭ ਤਜ ਗਏ ਨਿਭਿਓ ਸਾਥ ਕਹੁ ਨਾਨਕ ਬਿਪਤ ਮੈਂ ਟੇਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੁ ਨਾਨਕ ਜਗਤ ਮੈਂ ਗਿਨ ਜਪਿਓ ਗੁਰਮੰਤ ਰਾਮ ਨਾਮ ਉਰ ਮੈਂ ਗਇਓ ਜਾ ਕੈ ਸਮ ਨਹੀਂ ਕੋਏ ਜਿਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਸਮ ਨਹੀਂ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਹੋਏ ਮੁੰਦਾਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸ ਤੂੰ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਾਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰੱਖਿਓ ਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾ ਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈਂ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮੈਂ ਰਾਮਤ ਹੋਈ ਸਤ
ਸਤਿਗੁਰ ਸਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾ, ਤਨ ਮਨ ਥੀਵੈ ਹਰਿਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ, ਰਾਗ ਇੱਕ ਸੰਗ ਪੰਚ ਬਰੰਗਨ, ਸੰਗ ਅਲਾਪੈ ਅਠੋ ਨੰਦਨ। ਪ੍ਰਥਮ ਰਾਗ ਭੈਰੋ ਬੈ ਕਰਹੀ, ਪੰਚ ਰਾਗਨੀ ਸੰਗ ਉਚਰਹੀ। ਪ੍ਰਥਮ ਭੈਰ ਵੀ ਬਲਾਬਲੀ, ਪੁੰਨਿਆ ਕੀ ਗਾਵੈ ਬੰਗਲੀ। ਪੁਨ ਅਸਲੇਖੀ ਕੀ ਪਈ ਬਾਰੀ, ਇਹ ਭੈਰੋਂ ਕੀ ਪੰਚੋ ਨਾਰੀ। ਪੰਚਮ ਹਰਖਦ ਸਾਖ ਸੁਨਾਵੈ, ਬੰਗਾਲਬ ਮਧ ਮਾਧਵ ਗਾਵੈ। ਲਲਤ ਬਲਾਵ ਲਗਾਵ ਹੀ ਆਪਣੀ ਆਪਣੀ ਭਾਂਤ, ਅਸ਼ਟ ਪੁੱਤਰ ਭੈਰਵ ਕੇ ਗਾਵੈ ਗਾਇਨ ਪਾਤਰ। ਦੁਤੀਆ ਮਾਲ ਕੌਸਕ ਅਲਾਪੈ, ਸੰਗ ਰਾਗਨੀ ਪੰਚੋ ਥਾਪੈ। ਗੋਂਡ ਕਰੀ ਅਰਦੇਵ ਗੰਧਾਰੀ, ਗੰਧਾਰੀ ਸਿਹੁਤੀ ਉਚਾਰੀ। ਧਨਾਸਰੀਏ ਪੰਚੋ ਗਾਈ, ਮਾਲ ਰਾਗ ਕੌਸਕ ਸੰਗ ਲਾਈ। ਮਾਰੂ ਮਸਤ ਅੰਗ ਮੇਵਾਰਾ, ਪਰਬਲ ਚੰਡ ਕੌਸਕ ਉਭਾਰਾ। ਖੋ ਖਟ ਓ ਭੋਰਾ ਨਿਦ ਗਾਏ, ਅਸ਼ਟ ਮਾਲ ਕੌਸਕ ਸੰਗ ਲਾਏ। ਪੁਨ ਆਇਓ ਹਿੰਡੋਲ, ਪੰਚ ਨਾਰ ਸੰਗ ਅਸ਼ਟ ਸੁਤ। ਉੱਠੇ ਤਾਨ ਕਲੋਲ, ਗਾਇਨ ਤਾਰ ਮਲਾਵਹੀ। ਤੇ ਲੰਗੀ ਦੇਵ ਕਰੀ ਆਈ, ਬਸੰਤੀ ਸੰਦੂਰ ਸੁਹਾਈ। ਸਰਸ ਹੀਰੀ ਲੈ ਭਰ ਜਾ, ਸੰਗ ਲਾਈ ਪੰਚ ਵਾਰ ਜਾ। ਸੁਰਮਾਨੰਦ ਪਾਸ ਕਰ ਆਏ, ਚੰਦਰ ਬਿੰਬ ਮੰਗਲਨ ਸੁਹਾਏ। ਸਰਸ ਬਾਨ ਓ ਆਹੇ ਬਨੋਦਾ, ਗਾਵੈ ਸਰਸ ਬਸੰਤ ਕਮੋਦਾ। ਅਸ਼ਟ ਪੁੱਤਰ ਮੈਂ ਕਹੇ ਸਵਾਰੀ, ਪੁੰਨ ਆਈ ਦੀਪ ਕੀ ਬਾਰੀ। ਕਸ਼ੇਲੀ ਪਟ ਮੰਜਰੀ ਟੋਡੀ ਕਹੀ ਅਲਾਪ, ਕਾਮੋਦੀ ਓ ਗੁਜਰੀ ਸੰਗ ਦੀਪ ਕੇ ਥਾਪ। ਕਾਲੰਕਾ ਕੁੰਤਲ ਓ ਰਾਮਾ, ਕਮਲ ਕੁਸਮ ਚੰਪ ਕੇ ਨਾਮਾ। ਗੌਰਾ ਓ ਕਾਂਦਰਾ ਕਲਿਆਣਾ, ਅਸ਼ਟ ਪੁੱਤਰ ਦੀਪ ਕੇ ਜਾਨਾ। ਸਾਮਲ ਸ੍ਰੀ ਰਾਗ ਬੈ ਗਾਵੈ, ਪੰਚੋ ਸੰਗ ਬਰੰਗਨ ਲਾਵੈ। ਬੈਰਾਰੀ ਕਰਨਾਟੀ ਧਰੀ, ਗਬਰੀ ਗਾਵੈ ਆਸਾ ਬਰੀ। ਤੇਹੇ ਪਾਛੇ ਸਿੰਧ ਵੀ ਅਲਾਪੀ, ਸ੍ਰੀ ਰਾਗ ਸਿਉ ਪੰਚੋ ਥਾਪੀ। ਸਾਲੂ ਸਾਰਗ ਸਾਗਰਾ ਔਰ ਗੋਂਡ ਗੰਭੀਰ, ਅਸ਼ਟ ਪੁੱਤਰ ਸ੍ਰੀ ਰਾਗ ਕੇ ਗੁੰਡ ਕੁੰਭ ਹਮੀਰ। ਖਸਟਮ ਮੇਘ ਰਾਗ ਬੈ ਗਾਵੈ, ਪੰਚੋ ਸੰਗ ਬਰੰਗ ਲਾਵੈ। ਸੋਰਠ ਗੋਂਡ ਮਲਾਰੀ ਧੁਨੀ, ਪੁਨ ਗਾਵੈ ਆਸਾ ਗੁਣ ਗੁਨੀ। ਉੱਚੇ ਸੁਰਸੂਹੋਂ ਪੁਨ ਕਿਨੀ, ਮੇਘ ਰਾ ਸਿਉ ਪੰਚੋ ਚੀਨੀ। ਬੈਰਾ ਧਰ ਗਜ ਧਰ ਕੇ ਦਾਰਾ, ਜਵਲੀ ਧਰ ਨਟ ਔ ਜਲ ਧਾਰਾ। ਪੁਨ ਗਾਵੈ ਸ਼ੰਕਰ ਔ ਸਿਆਮਾ, ਮੇਘ ਰਾਗ ਪੁੱਤਰਨ ਕੇ ਨਾਮਾ। ਖਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੀਸ, ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਬੀਸ। ਖਸ਼ਟ ਰਾਗ ਉਨ ਗਾਏ, ਸੰਗ ਰਾਗ ਨੀਤੀਸ, ਸਭੈ ਪੁੱਤਰ ਰਾਗਨ ਕੇ ਅਠਾਰਾਂ ਦਸ ਬੀਸ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋ ਬਈ ਜੇ ਸੋਚੀ ਲਖ ਬਾਰ ਚੁੱਪੈ ਚੁੱਪ ਨ ਹੋ ਬਈ ਜੇ ਲਾਇ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨ ਚੱਲੇ ਨਾਲ ਕਵ ਸਚਿਆਰਾ ਹੋਈਐ ਕਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਉਮੈ ਕਹੇ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੇ ਤਾਣ ਗਾਵੈ ਕੋ ਦਾਤ ਜਾਣੇ ਨੀਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹੇ ਗਾਵੈ ਕੋ ਜੀ ਲੈ ਫਿਰ ਦੇਹੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਾਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਬਖਸੈ ਬੇਪਰਵਾਹੋ ਸਾਚਾ ਸਾਹਿਬ ਸੱਚ ਨਾਏ ਭਾਖਿਆ ਪਾਉ ਅਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਏ ਜਿਤ ਦਿਸੇ ਦਰਬਾਰ ਮੂੰਹੋਂ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨ ਜਾਈ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਪਾਵਾਂ ਬਿਣ ਭਾਣੇ ਕੇ ਨਾਏ ਕਰੀ ਜੇਤੀ ਸੈਠ ਪਾਈ ਵੇਖਾਂ ਬਿਣ ਕਰਮਾਂ ਕੇ ਮਿਲ ਲਈ ਮਤ ਵਿੱਚ ਰਤਨ ਜੋ ਬਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾਂ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇਕ ਹੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨ ਸਕੇ ਕਾਲ ਨਾਨਕ ਭਗਤਾਂ ਸਦਾ ਬਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਲਾਹਣ ਮੰਦ
ਸੁਣੈ ਜੋਗ ਜੋਤਨ ਭੇਦ, ਸੁਣੈ ਸਾਧ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਤਸੰਗ ਤੋਹ ਗਿਆਨ, ਸੁਣੈ ਅਠ ਸਟਕਾ ਇਸਨਾਨ, ਸੁਣੈ ਪੜ ਪੜ ਪਾਵੈ ਮਾਨ, ਸੁਣੈ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਸੁਣੈ ਸਰਾਂ ਗੁਣਾ ਕੇ ਗਾਹਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਦੈ ਪਾਵੈ ਰਾਹੋ, ਸੁਣੈ ਹਾਥੋ ਬੇਸਗਾਹੋ, ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੇ ਪਛਤਾਏ, ਕਾਗਦ ਕੰਨ ਲਿਖਣ ਹਾਰ, ਮੰਨੇ ਕਾਹਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਚੋਟਾ ਨਾ ਖਾਏ, ਮੰਨੈ ਜਮ ਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਮਾਰਗ ਠਾਕ ਨਾ ਪਾਏ, ਮੰਨੈ ਪਸੰ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ ਪਾਵੈ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੇ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਪੰਚ ਪਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰ ਗੈ ਮਾਨ, ਪੰਚੈ ਸੋਹ ਹੈ ਦਰ ਜਾਨ, ਪੰਚਾਂ ਕਾ ਗੁਰ ਏਕ ਧਿਆਨ, ਜੇ ਕੋ ਕਹੇ ਕਰੇ ਵਿਚਾਰ, ਕਰਤੇ ਕਹਿ ਕਰਨੇ ਨਾਹੀਂ ਸੁਮਾਰ, ਤੌਲ ਧਰਮ ਦਇਆ ਕਾ ਪੂਤ, ਸੰਤੋਖ ਸਾਪ ਰੱਖਿਆ ਜਨ ਸੂਤ, ਜੇ ਕੋ ਬੁੱਝੇ ਹੋਵੇ ਸਚਿਆਰ, ਤਬਲੇ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਦੇ ਭਾਰ ਤਲੇ ਕਵਣ ਜੋਰ, ਜੀ ਜਾਤ ਰੰਗਾਂ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹੋ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੀਤਾ ਤਾਣ ਸਵਾਲਿਓ ਰੂਪ, ਕੀਤੀ ਦਾਤ ਜਾਣੇ ਕੌਣ ਕੂਤ, ਕੀਤਾ ਪਸਾਓ ਏਕੋ ਕੁਬਾਓ, ਤਿਸਦੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਬਾਰਿਆ ਨਾ ਜਾਵਾਂ ਏਕ ਵਾਰ, ਜੋਤ ਪਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਭਾਉ, ਸੰਖ ਪੂਜਾ ਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ, ਅਸੰਖ ਸੂਰ ਮੋਹ ਪੱਖ ਸਾਰ, ਸੰਖ ਮੋਹਨ ਲਿਬ ਲਾਏ ਤਾਰ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋਤ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਮਤ ਨਿਰੰਕਾਰ, ਅਸੰਖ ਮੂਰਖ ਅੰਧ ਘੋਰ, ਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਸੰਖ ਗਲ ਵਡ ਹੱਤਿਆ ਕਮਾਹੇ, ਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਸੰਖ ਮਲੇਸ਼ ਮਲ ਭਾਖਾਹੇ, ਅਸੰਖ ਨਿੰਦਕ ਸ ਕਰੇ ਭਾਰ, ਨਾਨਕ ਨੀਚ ਕਹੇ ਵਿਚਾਰ, ਵਾਰਿਆ ਨ ਜਾਵਾਂ ਏਕ ਵਾਰ, ਜੋਤ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਮਤ ਨਿਰੰਕਾਰ, ਅਸੰਖ ਨਾਭ ਸੰਖ ਥਾਵ, ਗਮ ਗਮ ਸੰਖ ਲੋ, ਅਸੰਖ ਕਹੇ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਬਖਾਣ, ਜਿਨੇ ਲਿਖੇ ਤੈ ਸਰ ਨਾਹੇ, ਜੈ ਫਰਮਾਏ ਤਿਵ ਤਿਵ ਪਾਹੇ,
ਜੇ ਤਾ ਕੀਤਾ ਤੇ ਤਾ ਨਾਉ, ਬਿਨ ਨਾਵੇ ਨਾਹੀ ਕੋ ਥਾਉ। ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋਤ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੇ ਉੱਤਰ ਸੋਖੇ। ਮੂਤ ਪਲੀਤੀ ਕੱਪੜ ਹੋਏ, ਦੇ ਸਾ ਬੂਣ ਲਈਏ ਉਹ ਧੋਏ। ਭਰੀਏ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਾਣਾ ਲਿਖ ਲੈ ਜਾਹੋ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੀਰ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਲਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਪਹਾਉ, ਅੰਤਰਗਾ ਤੀਰਥ ਮਲ ਨਹਾਉ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨ ਹੋਏ। ਸਵਸਥਾਥ ਬਾਣੀ ਬਰਮਾਉ, ਸਤ ਸੁਆਣ ਸਦਾ ਮਨ ਚਾਉ। ਕਵਣ ਸੁਬੇਲਾ ਬਖਤ ਕਵਣ, ਕਵਣ ਥਿਤ ਕਵਣ ਬਾਰ। ਕਵਣ ਸਰੂਤੀ ਮਾਹੋ ਕਵਣ, ਜਿਤ ਹੋਆ ਆਕਾਰ। ਬੇਲ ਨ ਪਾਈਆ ਪੰਡਤੀ, ਜੇ ਹੋਵੈ ਲੇਖ ਪੁਰਾਣ। ਬਖਤ ਨ ਪਾਇਓ ਕਾਦੀਆਂ, ਜੇ ਲਿਖਨ ਲੇਖ ਕੁਰਾਣ। ਥਿਤ ਵਾਰ ਨਾ ਜੋਗੀ ਜਾਣੇ, ਰੁੱਤ ਮਹਾਉ ਨਾ ਕੋਈ। ਜਾਂ ਕਰਤਾ ਸੈਠੀ ਕੋ ਸਾਜੇ, ਆਪੇ ਜਾਣੇ ਸੋਈ। ਕਿਵ ਕਰੇ ਆਖਾਂ ਕੈਸਾ ਲਾਹੀ, ਕਿਉਂ ਬਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਹੀਂ ਕੀਤਾ, ਜਾ ਕਾ ਹੋਵੈ। ਨਾਨਕ ਜੇ ਕੋ ਆਪੋ ਜਾਣੇ, ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ। ਓੜ ਕੇ ਓੜ ਕਪਾਲ ਥੱਕੇ, ਵੇਦ ਕਹਿਣ ਇੱਕ ਬਾਤ। ਸੈਸ ਅਠਾਰਾਂ ਕਹਿਣ ਕਤੇ ਬਾਂ, ਅਸਲੂ ਇੱਕ ਧਾਤ। ਲੇਖਾ ਹੋ ਤਾਂ ਲਿਖੀਏ, ਲੇਖੇ ਹੋਏ ਬਣਾਸ। ਨਾਨਕ ਵੱਡਾ ਆਖੀ, ਆਪੇ ਜਾਣੇ ਆਪ। ਸਾ ਲਾਹੀ ਇਤੀ ਸੁਰਤ ਨ ਪਾਈਆ, ਨਦੀਆਂ ਤੇ ਬਾਹ ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ, ਗਰਹਾ ਸੇਤੀ ਮਾਲ ਧਨ। ਕੀੜੀ ਤੁਲ ਨ ਹੋਬਨੀ, ਜੇ ਤਸਮਨ ਨਾ ਬਿਸਰੈ। ਅੰਤ ਨਾ ਸਬਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਅੰਤ ਨਾ ਵੇਖਣ ਸੁਣ ਨਾ ਅੰਤ, ਅੰਤ ਨ ਜਾਪੈ ਕਿਆ ਮਨ ਮੰਤ। ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੈ ਭਾਰਾ ਬਾਰ। ਅੰਤ ਕਾਰਨ ਕੀਤੇ ਬਿਲਾਹੇ, ਤਾਂ ਕਿ ਅੰਤ ਨ ਪਾਏ ਜਾਹੇ। ਇਹੋ ਅੰਤ ਨ ਜਾਣੇ ਕੋਏ, ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੇ ਸੋਏ। ਜੇ ਵਡਾਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤੁਮਾਏ। ਕਿਤੇ ਮੰਗੈ ਜੋਦ ਪਾਰ, ਕਿਤਿਆਂ ਗਣਤ ਨਹੀਂ ਵਿਚਾਰ। ਕਿਤੇ ਖਬ ਟੁੱਟੇ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ। ਕਿਤੇ ਮੂਰਖਾਹੀ ਖਾਹੇ, ਕਿਤਿਆਂ ਦੁੱਖ ਭੂਖ ਸਦਮਾਰ। ਇਹ ਪੇ ਦਾਤਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ। ਜੇ ਕੋ ਖਾਏ ਕੇ ਆਖਣ ਪਾਏ, ਉਹ ਜਾਣੇ ਜੇਤੀਆਂ ਮੁਹ ਖਾਏ। ਆਪੇ ਜਾਣੇ ਆਪੇ ਦੇ, ਆਖੇ ਸੇ ਪੇ ਕੇਈ ਕੇ। ਜਿਸਨੂੰ ਬਖਸੇ ਸਭ ਸਲਾਹਾ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਮੁੱਲ ਭੰਡਾਰ। ਅਮੁੱਲ ਆਵੈ ਮੁੱਲੈ ਜਾਹੇ, ਮੁੱਲ ਪਾਏ ਮੁੱਲਾ ਸਮਾਹੇ। ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ। ਮੁੱਲ ਬਖਸੀਸ ਅਮੁੱਲ ਨਿਸ਼ਾਨ, ਅਮੁੱਲ ਕਰਮੁੱਲ ਫਰਮਾਨ। ਅਮੁੱਲੋ ਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ। ਆਖੇ ਵੇਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਬਖਿਆਣ।
ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿਦ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁੰਦਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਏਤੇ ਕੀਤੇ ਹੋਰ ਕਰੇ ਤਾਂ ਆਖਣ ਸਕੇ ਕੇਈ ਕੇ ਜੇਵਡ ਭਾਵੇ ਤੇਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤਵੈ ਸਰਬ ਸੰਭਾਲੇ ਬਾਜੇ ਨਾਦ ਅਨੇਕ ਸੰਖਾ ਕੇਤੇ ਬਾਵਣ ਹਾਰੇ ਕੇਤੇ ਰਾਗ ਪ੍ਰੀ ਸੋ ਕਹੀਅਨ ਕੇਤੇ ਗਾਵਣ ਹਾਰੇ ਗਾਵੈ ਤੁਹਨੂੰ ਪੌਣ ਪਾਣੀ ਬੇਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦ ਅੰਦਾਸਣ ਬੈਠੇ ਦੇਵਤਿਆਂ ਦਰਨਾਲੇ ਗਾਵੈ ਸਿਦ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਬੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਜੋ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨ ਮੋਹਨ ਸੁਰਗਾਂ ਮੱਛ ਪਿਆਲੇ ਗਾਵ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵੈ ਜੋਤ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸਾਚੀ ਨਾਈ ਹੈ ਪਿਹੋਸੀ ਜਾ ਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਗਤ ਦੀ ਵਡਿਆਈ ਜੋਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕਰੇ ਬਭੂਤ ਖਿੰਥਾ ਕਾਲ ਕੁਆਰੀ ਕਾਇਆ ਜੋਤ ਨਰਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗਜੀਤ ਆਦਿਤ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗੇ ਕੋ ਬੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਬਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਦਵਰਾ ਸਾਦ ਸੰਜੋਗ ਬਜੋਗ ਦੋਇ ਕਾਰ ਚਲਾਵੈ ਲੇਖੇ ਆਵੈ ਭਾਗ ਆਦਿਤ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਏਕਾ ਮਾਈ ਜੁਗਤ ਬਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜੈ ਤਿਸ ਭਾਵੇ ਤਿਵੇ ਚਲਾਵੇ ਜੈਬ ਹੋਵੇ ਫਰਮਾਨ ਉਹ ਵੇਖੇ ਉਹਨਾਂ ਨਦਰ ਨ ਆਵੇ ਬਹੁਤਾ ਇਹੋ ਵਡਾਣ ਆਦੇਤ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵਿਖੇ ਸੱਜਣ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਤ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਬੇਸ ਇੱਕ ਦੂਜੀ ਬੋ ਲਾਖੋ ਹੇ ਲਾਖੋ ਬੇ ਲਖ ਬੀਸ ਲਖ ਲਾ ਗੇੜਾ ਆਖੀਏ ਏਕ ਨਾਮ ਜਗਦੀਸ਼ ਏ ਤਰਾਹੇ ਪਤ ਪਬੜੀਆਂ ਚੜੀਏ ਹੋਇਆ ਕੀਸ ਸੁਣ ਗੱਲਾਂ ਆਕਾਸ ਕੀਟਾਂ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੇ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜ ਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੇ ਸੰਸਾਰ
ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨਾ ਕੋਏ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ। ਤਿਹਵੇ ਧਰਤੀ ਥਾਪ ਰੱਖੀ ਧਰਮਸਾਲ, ਤਿਹਵੇ ਜੀ ਜੋਤ ਕੇ ਰੰਗ, ਤਨ ਕੇ ਨਾਮ ਅਨੇਕ ਅਨੰਤ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ। ਤਿੱਥੇ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੇ ਨਿਸ਼ਾਨ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੇ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼। ਕੇਤੇ ਬਰਮੇ ਕਾੜਤ, ਕਰੀਏ ਰੂਪ ਰੰਗ ਕੇ ਬੇਸ। ਕੇਤੀਆਂ ਕਰਮ ਭੂਮੀ ਮੇਰ, ਕੇਤੇ ਕੇਤੇ ਤੂੰ ਉਪਦੇਸ਼। ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼। ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਬੇਸ। ਕੇਤੇ ਦੇਵਦਾਨ ਮੁੰਨ, ਕੇਤੇ ਕੇਤੇ ਰਤਨ ਸਮੁੰਦ। ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ। ਕੇਤੀਆਂ ਸੁਰਤੀ ਸੇਵ, ਕੇਤੇ ਨਾਨਕ ਅੰਤਨ ਅੰਤ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੇ ਨਾਦ ਬਨੋਦ ਕੂੜ ਆਨੰਦ। ਸਰਮ ਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਕਰੀਏ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਂਬਲ ਸੂਰ, ਤਨ ਮੈਂ ਰਾਮ ਰਿਹਾ ਭਰਪੂਰ। ਤਿੱਥੇ ਸੀਤੋ ਸੀਤਾ ਮੈਂ ਮਾਂ ਮਾਹੇ, ਤਾਂ ਕੇ ਰੂਪਨ ਕਥਨੇ ਜਾਹੇ। ਨਾ ਉਹ ਮਰੇ ਨਾ ਠਾਗੇ ਜਾਹੇ, ਜਨ ਕੇ ਰਾਮ ਵਸੇ ਮਨ ਮਾਹੇ। ਤਿੱਥੇ ਭਗਤ ਵਸੇ ਕੇ ਲੋ, ਕਰੇ ਅਨੰਦ ਸੱਚਾ ਮਨ ਸੋਏ। ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ। ਤਿੱਥੇ ਖੰਡ ਮੰਡਲ ਬਰਭੰਡ, ਜੇ ਕੋ ਕਥੇ ਤਾਂ ਅੰਤ ਨ ਅੰਤ। ਤਿੱਥੇ ਲੋ ਲੋ ਆਕਾਰ, ਜਬ ਜ ਹੁਕਮ ਤਿਵੇ ਤਿਵਕਾਰ। ਵੇਖੇ ਬਖਸੇ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਹਾਰਾ ਧੀ ਸਨਿਆਰ, ਅਹਿਰਣ ਮਤ ਬੇਦਸ ਯਾਰ। ਪਾਉ ਖੱਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਤ ਢਾਲ। ਘੜੀਏ ਸ਼ਬਦ ਚੀਟਕ ਸਾਰ, ਜਿਨ ਕੋ ਨਦਰ ਕਰਮ ਤਿਨਕਾਰ। ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੋਇ ਦਾਈ ਦਾਇਆ, ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ, ਬਾਚੇ ਧਰਮ ਹਦੂਰ। ਕਰਮੀ ਆਪੋ ਆਪਣੀ, ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ, ਗਏ ਮਸਾਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ, ਗਏ ਮਸਾਕਤ ਕਾਲ। ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ। ਠਾਕਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੇ। ਤੁਮ ਮਾਤ ਪਿਤਾ ਹਮ ਵਾਰਕ ਤੇਰੇ, ਮਰੀ ਕਿਰਪਾ ਮੈਂ ਸੁਖ ਨੇਰੇ। ਹੋਏ ਨ ਜਾਣੈ ਤੁਮਰਾ ਚ
ਸੱਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ 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 ਅਰਦਾਸ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੈ ਡਿੱਠੇ ਸਭ ਦੁੱਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨੌਨ ਦਿਆਵੇ ਧਾਏ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਹਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਸੰਭਾਲਿਤ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੇ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਰਹਿਤ ਦਾਨ ਕੇਸ਼ ਦਾਨ ਵਿਵੇਕ ਦਾਨ ਮਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੇ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਪਾਤਸ਼ਾਹ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਬੇਅੰਤ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਠ ਦੋਏ ਦੋਏ ਲੋਚਨ ਪੇਖਾਂ ਹੋਂ ਹਰ ਬਿਨੌਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਆ ਬੇਗਲ ਕਹਿ ਨਾ ਜਾਈ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪਰਾ ਮੇਰਾ
ਇਹ ਬੇਨੰਤੀ ਸੁਣ ਭਰਾ ਮੇਰੇ, ਦੇਹ ਨਾਮ ਕਰ ਆਪਣੇ ਚੇਰੇ। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ, ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਾਬਾ ਸੰਗਤ ਜੀ ਦੇ ਅਸਥਾਨ 'ਤੇ ਪਰਸੋਂ ਦੇ ਰੋਜ਼ ਤੋਂ 2 ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਮਹਾਰਾਜ ਜੀ, ਆਪ ਜੀ ਨੇ ਮਹਾਨ ਕਿਰਪਾ ਕੀਤੀ ਹੈ, ਨਿਰਵਿਘਨਤਾ ਸਹਿਤ ਸੰਪੂਰਨ ਭੋਗ ਪਾਏ ਗਏ ਹਨ। ਮਹਾਰਾਜ ਜੀ, ਉਹ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਕੀਤਾ ਜਾਂਦਾ ਹੈ ਜੀ। ਆਪ ਜੀ ਦੀ ਬਾਣੀ ਪੜ੍ਹਦਿਆਂ ਸੁਣਦਿਆਂ ਸੁਣਾਉਂਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇਣੀ ਜੀ। ਅੱਗੇ ਤੋਂ ਸ਼ੁੱਧ ਬਾਣੀ ਪੜ੍ਹਨ ਸੁਣਨ ਅਤੇ ਸੁਣਾਉਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਬਾਣੀ ਪੜ੍ਹੀ ਸੁਣੀ ਸੱਚਖੰਡ ਵਿਖੇ ਪ੍ਰਵਾਨ ਕਰਨੀ ਜੀ। ਪੜ੍ਹੀ ਸੁਣੀ ਬਾਣੀ ਦਾ ਪ੍ਰਭਾਵ ਸਮੂਹ ਸਿੱਖ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਮਹਾਰਾਜ ਜੀਓ, ਪਹਿਲੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਅਤੇ ਲੰਗਰਾਂ ਦੀ ਸੇਵਾ, ਜਿਸ ਕਾ ਕਾਰਜ ਤਿੰਨ ਹੀ ਕੀਆ ਮਾਨਸ ਕਿਆ ਬੇਚਾਰਾ ਰਾਮ ਦੇ ਮਹਾਂਵਾਕਾਂ ਅਨੁਸਾਰ, ਗੁਰੂ ਘਰ ਦੀ ਨਵੀਂ ਕਮੇਟੀ ਜੀ ਨੂੰ ਆਪ ਜੀ ਨੇ ਸਫਲਤਾ ਬਖਸ਼ਿਸ਼ ਕੀਤੀ ਹੈ। ਸੋ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਨਵੀਂ ਅਤੇ ਪੁਰਾਣੀ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੇਵਾਵਾਂ ਹੋਈਆਂ ਹਨ। ਮਹਾਰਾਜ ਜੀ, ਕਿਰਪਾ ਕਰਨੀ, ਸਮੂਹ ਪ੍ਰਬੰਧਕਾਂ ਅਤੇ ਸਮੂਹ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਆਪਸੀ ਪ੍ਰੇਮ ਪਿਆਰ ਤਫਾਕ ਦੀ ਭਾਵਨਾ ਬਖਸ਼ਿਸ਼ ਕਰਨੀ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਸੱਚੇ ਪਾਤਸ਼ਾਹ ਜੀ ਉਹ ਮਿਹਰ ਭਰਿਆ ਹੱਥ ਰੱਖ ਕੇ ਗੁਰੂ ਘਰ ਦੀਆਂ ਸਮੂਹ ਸੇਵਾਵਾਂ ਆਪ ਜੀ ਨੇ ਗੁਰਮਤ ਅਨੁਸਾਰ ਨੇਪਰੇ ਚੜਵਾਉਣੀਆਂ ਅਤੇ ਕਰਵਾਉਣੀਆਂ, ਸੇਵਾਵਾਂ ਕਰਨ ਦਾ ਉੱਦਮ ਬਲ ਚਾਓ ਸੁਮਤ ਬਖਸ਼ਿਸ਼ ਕਰਨੀ, ਸੱਚੇ ਪਾਤਸ਼ਾਹ ਜੀ ਉਹ ਚੜ੍ਹਦੀ ਕਲਾ ਹਰਮਦਾਨ ਫਤਿਹ ਬਖਸ਼ਿਸ਼ ਕਰਨੀ, ਅੰਗ ਸੰਗ ਹੋ ਕੇ ਸਹਾਈ ਹੋਣਾ, ਸੱਚੇ ਪਾਤਸ਼ਾਹ ਜੀ ਉਹ 3 ਦਿਨ ਤੋਂ ਲੈ ਕੇ ਆਪ ਜੀ ਦੀ ਸੇਵਾ ਕਰਦਿਆਂ ਸਮੇਂ ਹੋਈਆਂ ਭੁੱਲਾਂ ਚੁੱਕਾਂ ਦੀ ਮੁਆਫ਼ੀ ਦੇਣੀ ਜੀ। ਅੱਗੇ ਤੋਂ ਸ਼ੁੱਧ ਅਤੇ ਸਪਾਟ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਮਹਾਰਾਜ ਜੀ, ਕੀਤੀ ਹੋਈ ਸੇਵਾ ਥਾਏ ਪਾਉਣੀ ਪਾਤਸ਼ਾਹ ਜੀ ਉਹ ਸਮੂਹ ਪ੍ਰਬੰਧਕਾਂ ਵੱਲੋਂ ਅਤੇ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਵੱਲੋਂ ਆਪ ਜੀ ਨੂੰ ਸੋਹਣੇ ਜਿਹਾ ਰੁਮਾਲੇ ਪਹਿਨਾਏ ਗਏ ਹਨ। ਮਹਾਰਾਜ, ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕਜਣੇ 21 ਪੌਂਡ ਦਰਸ਼ਨੀ ਭੇਟਾ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਭੇਟਾ 250 ਪੌਂਡ, ਲੰਗਰਾਂ ਦੀ ਸੇਵਾ 501 ਪੌਂਡ ਹਾਜ਼ਰ ਕੀਤੀ ਹੈ। ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਦੇਹ ਰੁਕਤਾ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਲੰਗਰਾਂ ਦੀਆਂ ਸੇਵਾਵਾਂ ਸਰਦਾਰ ਹਰਪਾਲ ਸਿੰਘ ਡਿੱਗਪਲ ਅਤੇ ਬੀਬੀ ਬਿਮਲ ਕੌਰ ਸਮੂਹ ਪਰਿਵਾਰ ਵੱਲੋਂ ਸਰਦਾਰ ਹਰਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਸੱਚੇ ਪਾਤਸ਼ਾਹ ਜੀ ਸੇਵਾਵਾਂ ਹੋਈਆਂ ਹਨ। ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ ਦੇ ਮਹਾਂਵਾਕਾਂ ਅਨੁਸਾਰ ਕਿਰਪਾ ਕਰਨੀ, ਸਰਦਾਰ ਹਰਪਾਲ ਸਿੰਘ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਤੰਦਰੁਸਤੀਆਂ ਬਖਸ਼ਿਸ਼ ਕਰਨੀਆਂ, ਦੇਹ ਰੋਗਤਾ ਬਖਸ਼ਿਸ਼ ਕਰਨੀ, ਦੁੱਖਾਂ ਕਲੇਸ਼ਾਂ ਦਾ ਨਾਸ ਕਰਨਾ, ਭਜਨ ਦਾ ਪ੍ਰਤਾਪ ਬਖਸ਼ਿਸ਼ ਕਰਨਾ, ਬੱਚੇ ਬੱਚੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਉਮਰਾਂ ਲੰਬੀਆਂ ਕਰਨੀਆਂ, ਵਿੱਦਿਆ ਦੀ ਦਾਤ ਬਖਸ਼ਿਸ਼ ਕਰਨੀ, ਮਾਤਾ ਪਿਤਾ ਦੇ ਆਗਿਆਕਾਰ ਹੋਣ ਦੀ ਸਮੱਤ ਬਖਸ਼ਿਸ਼ ਕਰਨੀ ਜੀ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ 'ਚ ਵਾਧੇ ਕਰਨੇ, ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬਖਸ਼ਿਸ਼ ਕਰਨੀਆਂ ਜੀ, ਕੀਤੀ ਹੋਈ ਸੇਵਾ ਥਾਏ ਪਾਉਣੀ ਪਾਤਸ਼ਾਹ ਜੀ ਉਹ
ਪਰਿਵਾਰ ਵੱਲੋਂ ਆਪ ਜੀ ਨੂੰ ਸੋਹਣੇ ਜਿਹਾ ਰੁਮਾਲੇ ਪਹਿਨਾਏ ਗਏ ਹਨ। ਮਹਾਰਾਜ ਅੰਗੀਕਾਰ ਕਰੋ, ਲੋਕ ਪਰਲੋਕ ਵਿੱਚ ਪੜਦੇ ਕੱਜਣੇ 21 ਪੌਂਡ ਦਰਸ਼ਨੀ ਭੇਟਾ, ਅਖੰਡ ਪਾਠ ਸਾਹਿਬ ਜੀ ਦੀ ਭੇਟਾ 250 ਪੌਂਡ, ਲੰਗਰਾਂ ਦੀ ਸੇਵਾ 501 ਪੌਂਡ ਹਾਜ਼ਰ ਕੀਤੀ ਹੈ। ਜਿਨ੍ਹਾਂ ਖਜ਼ਾਨਿਆਂ 'ਚੋਂ ਮਾਇਆ ਆਈ, ਖਜ਼ਾਨੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਦੇਹ ਰੁਕਤਾ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ ਜੀ। ਜੋ ਮਾਈ ਭਾਈ ਤਿਲ ਫੁੱਲ ਲੈ ਕੇ ਹਾਜ਼ਰ ਹੋਇਆ, ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ ਜੀ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀ ਦਾਤ ਬਖਸ਼ਿਸ਼ ਕਰਨੀ ਮਹਾਰਾਜ ਜੀ। ਉਹ ਆਈਆਂ ਹੋਈਆਂ ਸਿੱਖ ਸੰਗਤਾਂ ਦਾ ਕਦਮ ਕਦਮ ਲੇਖੇ ਲਾਉਣਾ ਮਹਾਰਾਜ ਜੀ। ਦੇਸ਼ਾਂ ਪ੍ਰਦੇਸਾਂ 'ਚ ਬੈਠੀਆਂ ਸਿੱਖ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ ਜੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀਆਂ ਬਖਸ਼ਿਸ਼ ਕਰਨੀਆਂ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਬੱਚੇ ਬੱਚੀਆਂ ਨੂੰ ਸਿੱਖੀ ਨਾਲ ਜੋੜਨਾ, ਨਾਮ ਦੀ ਦਾਤ ਬਖਸ਼ਿਸ਼ ਕਰਨੀ ਜੀ। ਖਾਲਸਾ ਪੰਥ ਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖਣਾ, ਗੁਰੂ ਘਰ ਦੀਆਂ ਪਿਆਰੀਆਂ ਸਿੱਖ ਸੰਗਤਾਂ ਨੂੰ ਗੁਰੂ ਘਰ ਦਾ ਪਿਆਰ ਸਤਿਕਾਰ ਅਤੇ ਸੇਵਾ ਕਰਨ ਦੀ ਸਮੱਤ ਉੱਦਮ ਵੱਲ ਚਾਓ ਬਖਸ਼ਿਸ਼ ਕਰਨੇ ਮਹਾਰਾਜ ਜੀ। ਉਹ ਆਪ ਜੀ ਦੀਆਂ ਪਿਆਰੀਆਂ ਸਿੱਖ ਸੰਗਤਾਂ ਵੱਲੋਂ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਹਾਜ਼ਰ ਕੀਤੀ ਹੈ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ, ਲੱਗਿਆ ਹੋਇਆ ਭੋਗ ਕੜਾਹ ਪ੍ਰਸਾਦ, ਸਰਬੱਤ ਸਾਹ ਸੰਗਤ ਕੋ ਵਰਤੇ, ਜੋ ਜੀ ਛਕੇ ਸਵਾਸ ਸਵਾਸ, ਵਾਹਿਗੁਰੂ ਵਾਹਿਗੁਰੂ ਨਾਮ ਜਪੇ ਪਾਤਸ਼ਾਹ ਜੀ। ਕਿਰਪਾ ਕਰੋ, ਹੁਕਮਨਾਮੇ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕਰੋ, ਉਪਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮਿਲਣੇ, ਜਿਨ੍ਹਾਂ ਮਿਲਿਆ ਆਪ ਜੀ ਦਾ ਵਾਹਿਗੁਰੂ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਵੇ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਵੋ ਚਹੈ ਖੋਜ। ਰਾਜ ਕਰੇਗਾ ਖਾਲਸਾ ਆਕੀ ਰਹਿਣਾ, ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਤੁਰੇ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ ਸੇਸ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਾਰ ਜਗਦੀ। ਬੋਲੇ ਵਾਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਜੇ ਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗਣੇ ਹਮਾਰੇ, ਦਇਆ ਕਰੋ ਕਿਛ ਮੇਹਰ ਪਾਵੋ, ਡੁੱਬਦੇ ਹੈ ਪੱਥਰ ਤਾਰੇ। ਜੀ ਰਾਗਨ ਬਰਾਬਰ ਤਪੈ ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਹੁਕ ਹੋਵੈ ਦਿਨ ਰਾਤੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਗਰੀਬਨ ਵਾਜਾ ਸੋਠ ਮਹਲਾ ਪੰਜਵਾਂ, ਅਮਰੀ ਗਣਤ ਨਗਣੀਆਂ ਕਾਈ ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਅਮਰੀ ਗਣਤ ਨਗਾਈਆ ਕਾਈ ਆਪਣਾ ਬਿਰਦ ਪਛਾਣ, ਆਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ। ਸਾਚਾ ਸਾਹਿਬ ਸਦ ਮਿਹਰਬਾਨ, ਬੰਦ ਪਾਇਆ ਮੇਰੇ ਸਤਿਗੁਰ ਪੂਰਾ ਹੋਈ ਸਰਬ ਕਲਿਆਣ। ਰਹਾਉ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕਰਬਾਨ। ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ, ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤੋਂ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਬਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਵਾ, ਆਗੇ ਸੁਖ ਮੇਰੇ ਮੀਤਾ, ਪਾਛੇ ਅੰਧ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਆਗੇ ਸੁਖ ਮੇਰੇ ਮੀਤਾ, ਪਾਛੇ ਅੰਧ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤਹੂੰ ਨਾਹੀ। ਸਾਚੇ ਸਭ ਸਿਉ ਮਨ ਮਾਨਿਆ,
ਹਰ ਸਰਬ ਨਿਰੰਤਰ ਜਾਣਿਆ ਰਹਾਉ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਸਭ ਜੀ ਤੇਰੇ ਦਇਆਲਾ, ਆਪਣੇ ਭਗਤ ਕਰੇ ਪ੍ਰਿਤਪਾਲਾ। ਅਚਰਜ ਤੇਰੀ ਵਡਿਆਈ, ਨਿਤ ਨਾਨਕ ਨਾਮ ਧਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀਓ, ਦਿਓ ਸੀਸ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਜਿਵੇਂ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਪਰਸੋਂ ਰੋਜ਼ ਤੋਂ ਸ਼੍ਰੀ ਦੋ ਅਖੰਡ ਪਾਠ ਸਾਹਿਬ ਜੀ ਆਰੰਭ ਹੋਏ ਸਨ, ਜਿਨ੍ਹਾਂ ਦੀ ਗੁਰੂ ਮਹਾਰਾਜ ਜੀ ਕਿਰਪਾ ਦੇ ਨਾਲ ਨਿਰਵਿਘਨਤਾ ਸਾਹਿਤ ਭੋਗ ਪਏ ਹਨ। ਸੋ ਪਹਿਲੇ ਪਾਠ ਦੀ ਸੇਵਾ ਜੋ ਆਪ ਸੰਗਤਾਂ ਨੇ ਨਵੀਂ ਬਣੀ ਕਮੇਟੀ ਨੂੰ ਸਹਿਯੋਗ ਦੇ ਕੇ ਪ੍ਰਬੰਧ ਸੰਭਾਲਿਆ ਹੈ, ਉਹਨਾਂ ਵੱਲੋਂ ਕੀਤੀ ਗਈ ਸੀ। ਅਤੇ ਦੂਸਰਾ ਪਰਿਵਾਰ ਭਾਈ ਹਰਪਾਲ ਸਿੰਘ ਜੀ, ਅਸੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਗੁਰਦੁਆਰਾ ਸਾਹਿਬ ਦੀ ਸਮੁੱਚੀ ਟੀਮ ਵੱਲੋਂ ਦੋਨੇ ਹੀ ਪਰਿਵਾਰਾਂ ਨੂੰ, ਦੋਨੇ ਹੀ ਸਹਿਯੋਗੀ ਧਿਰਾਂ ਨੂੰ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਅਖੰਡ ਪਾਠ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਸੋ ਸਾਧ ਸੰਗਤ ਜੀ, ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੁੱਖ ਆਸਣਾਂ ਦੀ ਸੇਵਾ ਹੋਵੇਗੀ, ਉਪਰੰਤ ਦੀਵਾਨ ਸਜਾਏ ਜਾਣਗੇ, ਜਿਨ੍ਹਾਂ ਵਿੱਚ 11 ਵਜੇ ਤੋਂ ਲੱਗ ਕੇ 12:15 ਵਜੇ ਤੱਕ ਭਾਈ ਹਰਜੀਤ ਸਿੰਘ ਜੀ ਕੀਰਤਨੀ ਜਥਾ ਜੋ ਆਪ ਜੀ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਇਸ ਤੋਂ ਉਪਰੰਤ ਸਾਡੇ ਵੱਡੇ ਭਾਈ ਜੀ ਭਾਈ ਬਘੇਲ ਸਿੰਘ ਜੀ, ਜੋ ਕਿ ਆਪ ਜੀ ਨੂੰ ਕਥਾ ਨਾਲ ਨਿਹਾਲ ਕਰਨਗੇ। ਇਹਨਾਂ ਤੋਂ ਉਪਰੰਤ ਸਾਡੇ ਕੋਲ ਭਾਈ ਸਾਹਿਬ ਉਹਨਾਂ ਦਾ ਜੱਥਾ, ਕੀਰਤਨੀ ਜੱਥਾ ਪਹੁੰਚਿਆ ਹੋਇਆ ਹੈ, ਉਹ ਆਪ ਜੀ ਨੂੰ 12:30 ਤੋਂ 1:15 ਵਜੇ ਤੱਕ ਕੀਰਤਨ ਨਾਲ ਨਿਹਾਲ ਕਰਨਗੇ। ਸੋ ਸਾਧ ਸੰਗਤ ਜੀ, ਜਿੱਥੇ ਆਪ ਜੀ ਨੂੰ ਪਤਾ ਹੀ ਹੈ ਕਿ ਕੁਛ ਹੀ ਸਮੇਂ ਉਪਰੰਤ ਮਹਾਰਾਜ ਜੀ ਦੇ ਬਿਲਡਿੰਗਾਂ ਦੀਆਂ ਕਾਰਵਾਈਆਂ ਸ਼ੁਰੂ ਹੋਣੀਆਂ ਹਨ, ਉੱਥੇ ਆਪ ਜੀ ਨੇ ਮਾਇਆ ਦੇ ਨਾਲ ਜੋ ਸਹਿਯੋਗ ਦੇਣਾ ਹੈ, ਉਸ ਦੇ ਨਾਲ ਤਨ ਮਨ ਦੇਹੀ ਨਾਲ ਵੀ ਸਹਿਯੋਗ ਦੇਣਾ ਹੈ, ਤਾਂ ਕਿ ਅਸੀਂ ਇਸ ਗੁਰੂ ਘਰ ਨੂੰ ਹੋਰ ਸੁਚੱਜੇ ਢੰਗ ਨਾਲ ਅਤੇ ਹੋਰ ਸਾਫ ਸੁਥਰਾ ਬਣਾਇਆ ਜਾ ਸਕੇ। ਸੋ ਸਾਧ ਸੰਗਤ ਜੀਓ, ਆਪ ਜੀ ਦੇ ਸਹਿਯੋਗ ਦੀ ਬਹੁਤ ਲੋੜ ਹੈ। ਹੁਣ ਮੈਂ ਬੇਨਤੀ ਕਰਾਂਗਾ
ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਜੀ ਜਿਨ੍ਹਾਂ ਨੂੰ ਗੁਰੂ ਮਹਾਰਾਜ ਜੀ ਨੇ ਮੇਨ ਅਹੁਦੇ ਦਾ ਧਾਰਨੀ ਬਣਾਇਆ ਹੈ, ਸਰਦਾਰ ਰਘਵੀਰ ਸਿੰਘ ਹੁਣਾਂ ਨੂੰ ਅਤੇ ਭਾਈ ਹਰਪਾਲ ਸਿੰਘ ਜਿਨ੍ਹਾਂ ਨੇ ਦੂਸਰੇ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਹੈ, ਉਹ ਗੁਰੂ ਮਹਾਰਾਜ ਜੀ ਦੀ ਬਖਸ਼ੀ ਹੋਈ ਸਰੋਪਾ ਉਹਦੀ ਭੇਟ ਲੈਣ, ਅਤੇ ਸਮੂਹ ਸਾਧ ਸੰਗਤ ਵੱਲੋਂ ਆਪ ਜੀ ਨੂੰ ਜੀ ਆਇਆਂ ਨੂੰ ਕਹਿੰਦਿਆਂ ਹੋਇਆ ਮੈਂ ਗੁਰੂ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਾਂਗਾ ਕਿ ਆਪ ਜੀ ਨੂੰ ਗ੍ਰੰਥੀ ਸਾਹਿਬਾਨ ਨੂੰ ਕਿ ਆਪ ਜੀ ਨੂੰ ਸਰੋਪਾ ਉਹਦੀ ਭੇਟ ਬਖਸ਼ਿਸ਼ ਕਰਨ। ਅਤੇ ਇਸੇ ਨਾਲ ਹੀ ਭਾਈ ਹਰਪਾਲ ਸਿੰਘ ਹੋਣਾਂ ਦੇ ਪਰਿਵਾਰ ਨੂੰ ਮੈਂ ਬੇਨਤੀ ਕਰਾਂਗਾ ਕਿ ਉਹਨਾਂ ਦੇ ਸਤਿ ਸ੍ਰੀ ਅਕਾਲ ਕਿ ਉਹਨਾਂ ਦੇ ਪਰਿਵਾਰ ਵੱਲੋਂ ਵੀ ਕੋਈ ਆ ਕੇ ਗੁਰੂ ਮਹਾਰਾਜ ਜੀ ਦੀ ਬਖਸ਼ੀ ਸਰੋਪਾ ਉਹ ਪ੍ਰਾਪਤ ਕਰਨ। ਇਸ ਤੋਂ ਉਪਰੰਤ ਮੈਂ ਸਾਡੇ ਸਤਿਕਾਰਯੋਗ ਰਾਜਵੰਤ ਕੌਰ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਗੁਰੂ ਘਰ ਤੋਂ ਸਰੋਪਾ ਦੀ ਭੇਟ ਬਖਸ਼ਿਸ਼ ਲੈਣ, ਅਤੇ ਜੋ ਰਾਜਵੰਤ ਕੌਰ ਜੀ ਗੁਰੂ ਘਰ ਵਿੱਚ ਗੁਰੂ ਮਹਾਰਾਜ ਦੇ ਵਸਤਰਾਂ ਦੀ ਸੇਵਾ ਅਤੇ ਰੁਮਾਲਾ ਸਾਹਿਬ ਦੀ ਸੇਵਾ ਕਰਦੇ ਹਨ, ਮਹਾਰਾਜ ਜੀ ਇਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਇਸੇ ਤਰ੍ਹਾਂ ਰੱਖਣ ਅਤੇ ਇਹ ਸੇਵਾਵਾਂ ਆਪ ਇਸੇ ਤਰ੍ਹਾਂ ਲੈਂਦੇ ਰਹਿਣ। ਬੋਲੇ ਸੋ ਨਿਹਾਲ। ਇਸ ਤੋਂ ਉਪਰੰਤ ਮੈਂ ਬੇਨਤੀ ਕਰਾਂਗਾ ਸਾਡੀ ਭੈਣ ਜੀ ਗੁਰਪਾਲ ਕੌਰ ਜੀ, ਉਹ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਅਣਥੱਕ ਸੇਵਾਵਾਂ ਦਾ ਯੋਗਦਾਨ ਪਾਉਂਦੇ ਹਨ, ਮੈਂ ਉਹਨਾਂ ਅੱਗੇ ਵੀ ਬੇਨਤੀ ਕਰਾਂਗਾ ਕਿ ਉਹ ਗੁਰਦੁਆਰਾ ਸਾਹਿਬ ਤੋਂ ਬਖਸ਼ਿਸ਼ ਸਰੋਪਾ ਉਹਦੀ ਭੇਟ ਬਖਸ਼ਿਸ਼ ਲੈਣ। ਬੋਲੇ ਸੋ ਨਿਹਾਲ। ਸੋ ਸਾਧ ਸੰਗਤ ਜੀਓ, ਜਿਵੇਂ ਕਿ ਆਪ ਜੀ ਨੂੰ ਪਤਾ ਹੈ ਬਿਲਡਿੰਗ ਦੀ ਉਸਾਰੀ ਦਾ ਕੰਮ ਜਲਦੀ ਸ਼ੁਰੂ ਹੋ ਜਾਣਾ ਹੈ। ਸਾਡੇ ਸਤਿਕਾਰਯੋਗ ਗੁਰਦੇਵ ਸਿੰਘ ਜੀ ਹੁਣੀ ਜਿਨ੍ਹਾਂ ਕਿ ਪਹਿਲ ਕਦਮ ਵਿੱਚ 125 ਪਾਉਂਡ ਬਿਲਡਿੰਗ ਫੰਡ ਵਾਸਤੇ ਸੇਵਾ ਦਿੱਤੀ ਹੈ, ਮੈਂ ਉਹਨਾਂ ਦਾ ਅਤਿ ਧੰਨਵਾਦੀ ਹਾਂ ਅਤੇ ਬੇਨਤੀ ਕਰਾਂਗਾ ਕਿ ਉਹ ਵੀ ਗੁਰੂ ਮਹਾਰਾਜ ਤੋਂ ਸਰੋਪਾ ਦੀ ਬਖਸ਼ਿਸ਼ ਭੇਂਟ ਲੈਣ। ਸੋ ਸਰਦਾਰ ਗੁਰਦੇਵ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਮਹਾਰਾਜ ਦੀ ਹਜ਼ੂਰੀ ਵਿੱਚ ਆਉਣ ਅਤੇ ਗੁਰੂ ਘਰ ਵੱਲੋਂ ਬਖਸ਼ਿਸ਼ ਸਰੋਪਾ ਦੀ ਭੇਂਟ ਲੈਣ ਜੀ। ਸੋ ਮਹਾਰਾਜ ਦੇ ਸੁੱਖ ਆਸਣਾਂ ਦੀ ਸੇਵਾ ਹੋ ਗਈ ਹੈ, ਹੁਣ ਅਰਦਾਸ ਹੋਵੇਗੀ। ਉਸ ਤੋਂ ਉਪਰੰਤ ਮਹਾਰਾਜ ਜੀ ਸੱਚਖੰਡ ਵਿੱਚ ਸੁਭਾਏਮਾਨ ਹੋਣਗੇ। ਸੋ ਨਿਹਾਲ, ਸਤਿ ਸ੍ਰੀ ਅਕਾਲ। ਆਓ ਅਰਦਾਸ ਵਿੱਚ ਜੁੜੀਏ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਓ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਨਾਮ ਸਤ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤ ਵਾਹਿਗੁਰੂ ਜੀ ਜਪੋ ਸਤ ਸਹੀ ਸਹੀ ਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤ ਸ੍ਰੀ ਅਕਾਲ ਕਹਾਂ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਭਰਾ ਮੇਰਾ ਇਹ ਬੇਨਤੀ ਸੁਣ ਭਰਾ ਮੇਰੇ ਦੇਹ ਨਾਮ ਕਰ ਆਪਣੇ ਚਿਹਰੇ ਆਪਣੀ ਸਦਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਨਿੰਦਰ ਲੋ ਜਾਤੇ ਉਹਨਾਂ ਦਿਨਾਂ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਕੈ ਚਰਨ ਵਸੈ ਰਿਧਿ ਭੀਤਰ ਸਭ ਲੱਖਣ ਪ੍ਰਭ ਕੀਨੇ ਭੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਗੁਰ ਕੈ ਚਰਨ ਵਸੈ ਰਿਧਿ ਭੀਤਰ ਸਭ ਲੱਖਣ ਪ੍ਰਭ ਕੀਨੇ ਭੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਮੇਰੋ ਗੁਰ ਰਖਵਾਰੋ ਮੀਤ ਦੂਣ ਚੌਣੀ ਦੇ ਵਡਿਆਈ ਸੋਭਾ ਨੀਤਾ ਨੀਤ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਤਿਬਲ ਹਾਰੇ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਗੁਰਪੂਰੇ ਕੀ ਅਚਰਜ ਵਡਿਆਈ ਨਾਨਕ ਸਤਿਬਲ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਚਵਰ ਤਖਤ ਦੇ ਮਾਲਕ ਗੱਦੀ 'ਤੇ ਸੁਭਾਏ ਮਾਨ ਬਾਣੀ ਦੇ ਬਹੁਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਲਵਾਓ ਹਾਜ਼ਰੀਆਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਸੋਂ ਦੇ ਰੋਜ਼ ਤੋਂ ਦੋ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ। ਸਤਿਗੁਰੂ ਜੀ ਨੇ ਬੜੀ ਮਿਹਰ ਕੀਤੀ ਹੈ, ਨਿਰਵਿਘਨਤਾ ਸਹਿ ਸੰਪੂਰਨ ਭੋਗ ਪਾਏ ਗਏ ਹਨ ਜੀ। ਸੋ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਹੈ। ਧੰਨਵਾਦ ਹੈ ਸਮੂਹ ਸਿੱਖ ਸੰਗਤਾਂ ਦਾ ਜਿਹੜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣ ਰਹੀਆਂ ਹੋ। ਸਤਿਗੁਰੂ ਜੀ ਕਿਰਪਾ ਕਰਨ ਆਪ ਜੀ ਸਾਰੀਆਂ ਸਿੱਖ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ। ਸੋ ਧੰਨਵਾਦੀ ਹਾਂ ਜੋ ਨਵੀਂ ਕਮੇਟੀ ਬਣੀ ਹੈ ਗੁਰੂ ਘਰ ਦੀ। ਸਤਿਗੁਰੂ ਜੀ ਕਿਰਪਾ ਕਰਨ ਸਮੂਹ ਮੈਂਬਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ ਜੀ। ਗੁਰਮਤਿ ਅਨੁਸਾਰ ਗੁਰੂ ਘਰ ਦੀਆਂ ਸੇਵਾਵਾਂ ਆਪ ਹੀ ਕਰਵਾ ਲੈਣ, ਚੜ੍ਹਦੀ ਕਲਾ ਵਾਲੀ ਸੇਵਾ ਬਖਸ਼ਿਸ਼ ਕਰਨ ਜੀ। ਸੋ ਕਮੇਟੀ ਵੱਲੋਂ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ। ਸੋ ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਸਰਦਾਰ ਹਰਪਾਲ ਸਿੰਘ ਸਮੂਹ ਪਰਿਵਾਰ ਵੱਲੋਂ ਸੇਵਾਵਾਂ ਹੋਈਆਂ ਹਨ। ਸਤਿਗੁਰੂ ਜੀ ਕਿਰਪਾ ਕਰਨ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣ, ਚੜ੍ਹਦੀ ਕਲਾ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਿਸ਼ ਕਰਨ ਜੀ। ਮੈਂ ਬਹੁਤਾ ਸਮਾਂ ਨਾ ਲਵਾਂ ਕਿਉਂਕਿ ਸਾਡੇ ਕੋਲ ਬੁਲਾਰੇ ਹਨ ਜੀ ਬੋਲਣ ਵਾਲੇ, ਅਤੇ ਮੈਂ ਜਿਹਨਾਂ ਜਿਹਨਾਂ ਸਿੰਘ ਸੰਗਤਾਂ ਨੇ ਅਰਦਾਸਾਂ ਲਿਖਾਈਆਂ ਹਨ ਉਹਨਾਂ ਦੀ ਅਰਦਾਸ ਬੇਨਤੀ ਜੋ ਹੈ ਉਹ ਸਿਰਫ ਨਾ ਹੀ ਬੋਲਣੇ ਹਨ। ਸਰਦਾਰ ਹਰਜਿੰਦਰ ਸਿੰਘ ਵੱਲੋਂ ਤੰਦਰੁਸਤੀ ਵਾਸਤੇ 1.25 ਪਾਉਂਡ, ਵਿਜੇ ਸਿੰਘ ਵੱਲੋਂ ਤੰਦਰੁਸਤੀ ਵਾਸਤੇ 2 ਪਾਉਂਡ, ਪ੍ਰਕਾਸ਼ ਸਿੰਘ ਗਿੱਲ ਵੱਲੋਂ ਤੰਦਰੁਸਤੀ ਵਾਸਤੇ 5 ਪਾਉਂਡ, ਹਰਪਾਲ ਸਿੰਘ ਵੱਲੋਂ ਤੰਦਰੁਸਤੀ ਵਾਸਤੇ ਅਤੇ ਮਨਜੀਤ ਸਿੰਘ ਪਰਿਵਾਰ ਵੱਲੋਂ ਤੰਦਰੁਸਤੀ ਵਾਸਤੇ 5 ਪਾਉਂਡ, ਹਰਭਜਨ ਸਿੰਘ ਵੱਲੋਂ ਗੁਰੂ ਘਰ ਦੀ ਸੇਵਾ ਵਾਸਤੇ ਬੇਅੰਤ ਮਾਇਆ ਜੀ, ਪਿਆਰਾ ਸਿੰਘ ਪਰਿਵਾਰ ਵੱਲੋਂ ਅਖੰਡ ਪਾਠ ਦੀ ਖੁਸ਼ੀ ਵਿੱਚ 11 ਪਾਉਂਡ, ਹਰਨਾਮ ਸਿੰਘ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਖੁਸ਼ੀ ਵਿੱਚ 5 ਪਾਉਂਡ,
ਹਰਭਾਗ ਸਿੰਘ ਪਰਿਵਾਰ ਵੱਲੋਂ ਅਖੰਡ ਪਾਠ ਸਾਹਿਬ ਦੀ ਖੁਸ਼ੀ ਵਿੱਚ 11 ਪਾਉਂਡ, ਰਛਪਾਲ ਸਿੰਘ ਪਰਿਵਾਰ ਵੱਲੋਂ 11 ਪਾਉਂਡ, ਗੁਰਦੇਵ ਸਿੰਘ ਪਰਿਵਾਰ ਵੱਲੋਂ ਬਿਲਡਿੰਗ ਫੰਡ ਵਾਸਤੇ 125 ਪਾਉਂਡ ਹਾਜ਼ਰ ਕੀਤੇ ਹਨ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸਿੱਖ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ। ਗੁਰਮੀਤ ਕੌਰ ਪਰਿਵਾਰ ਵੱਲੋਂ ਲੰਗਰ ਸੇਵਾ ਵਾਸਤੇ 10 ਪਾਉਂਡ ਹਾਜ਼ਰ ਕੀਤੇ ਹਨ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਮੂਹ ਸਿੱਖ ਸੰਗਤਾਂ ਦੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨ, ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਜੀ। ਸੋ ਹੁਣ ਮੈਂ ਬੇਨਤੀ ਕਰਾਂ ਸਕੱਤਰ ਸਾਹਿਬ ਨੂੰ, ਉਹ ਆਣ ਕੇ ਜੋ ਅਗਲਾ ਪ੍ਰੋਗਰਾਮ ਹੈ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦਾ ਆਨੰਦ ਮਾਣਦੀ ਹੋਈ ਸਾਧ ਸੰਗਤ ਜੀਓ, ਮੈਂ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦਾ ਹੋਇਆ ਅਗਲਾ ਪ੍ਰੋਗਰਾਮ ਆਪ ਜੀ ਦੇ ਸਨਮੁੱਖ ਰੱਖਾਂਗਾ। ਸਾਡਾ ਕੀਰਤਨੀ ਜੱਥਾ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਪਹੁੰਚ ਚੁੱਕੇ ਹਨ, ਸੁਭਾਈਵਾਨ ਹਨ, ਜੋ ਕਿ ਆਪ ਜੀ ਨੂੰ 12:15 ਤੱਕ ਕੀਰਤਨ ਨਾਲ ਨਿਹਾਲ ਕਰਨਗੇ। ਇਹਨਾਂ ਦਾ ਥੋੜ੍ਹਾ ਜਿਹਾ ਸਮਾਂ ਸੰਕੋਚਦਾ ਹੋਇਆ ਮੈਂ ਆਪਣੇ ਮੁੱਖ ਸੇਵਾਦਾਰ ਸਰਦਾਰ ਰਘਵੀਰ ਸਿੰਘ ਹੋਣਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਾਧ ਸੰਗਤ ਦੇ ਸਨਮੁੱਖ ਹੋਣ ਅਤੇ 2 ਸ਼ਬਦ ਸਾਧ ਸੰਗਤ ਜੀ ਆਪ ਜੀ ਦਾ ਧੰਨਵਾਦ ਕਰਦਿਆਂ ਹੋਇਆਂ ਆਪ ਜੀ ਨਾਲ ਫਤਿਹ ਦੀ ਸਾਂਝ ਪਾਉਣਗੇ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਆਪ ਜੀ ਅੱਗੇ ਇਹੀ ਅਰਦਾਸ ਬੇਨਤੀ 2 ਹੱਥ ਜੋੜ ਕੇ ਕਰਾਂਗਾ। ਸਟੇਜ 'ਤੇ ਬੋਲਦਿਆਂ ਕੁਝ ਵੱਧ ਘੱਟ ਜਾਂ ਊਚ ਨੀਚ ਬੋਲ ਗਿਆ ਹੋਵੇ ਤਾਂ ਸਾਧ ਸੰਗਤ 'ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਨੇ, ਬਖਸ਼ ਲੈਣਾ ਦਿਓ ਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਰਘਵੀਰ ਸਿੰਘ ਜੀ। ਧੰਨ ਧੰਨ ਚਬਰ ਤਖ਼ਤ ਦੇ ਮਾਲਕ, ਦਸਾਂ ਹੀ ਪਾਤਸ਼ਾਹਾਂ ਦੇ ਸਰੂਪ, ਤਿਨ੍ਹਾਂ ਦੇ ਰੱਬੀ ਦਰਬਾਰ ਦੀ ਹਾਜ਼ਰੀ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਫਤਿਹ ਦੀ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲਿਆਂ ਸਮਿਆਂ ਦੇ ਵਿੱਚ ਆਪ ਜੀ ਨੂੰ ਪਤਾ ਹੈ ਚੋਣਾਂ ਹੋਈਆਂ ਸਨ, ਉਹਦੇ ਸੰਬੰਧ ਵਿੱਚ ਸਮੁੱਚੇ ਹੀ ਕਮੇਟੀ ਵੱਲੋਂ, ਪੁਰਾਣੀ ਅਤੇ ਨਵੀਂ ਵੱਲੋਂ, ਅਤੇ ਸਮੁੱਚੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਆਪਾਂ ਸਤਿਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਜੋ ਕਿ ਆਪਾਂ ਸਤਿਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਸੀ। ਸਤਿਗੁਰੂ ਸਾਹਿਬ ਜੀ ਨੇ ਆਪਣੀ ਅਰਦਾਸ ਬੇਨਤੀ ਨੂੰ ਬੂਰ ਪਾਉਂਦਿਆਂ ਹੋਇਆਂ ਆਪਣੇ ਦਰ ਘਰ ਦੀ ਸੇਵਾ ਬਖਸ਼ੀ ਹੈ। ਉਹਦੇ ਸੰਬੰਧ ਵਿੱਚ ਜੋ ਵੀ ਸਾਡੇ ਸਪੋਰਟਰ ਸੇਵਾਦਾਰ ਜਿੰਨੇ ਵੀ ਆਏ ਹਨ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਆ, ਰੋਮ ਰੋਮ ਕਰਕੇ ਧੰਨਵਾਦ ਆ, ਜਿਨ੍ਹਾਂ ਨੇ ਅੱਜ ਆਪਣੇ ਸਮੇਂ 'ਚੋਂ ਸਮਾਂ ਕੱਢ ਕੇ ਸਿੰਘਾਂ ਦੇ ਸੰਗਤਾਂ ਦੇ ਸੱਦੇ ਪੱਤਰ 'ਤੇ ਆਣ ਕੇ ਗੁਰੂ ਘਰ ਵਿਖੇ ਦਰਸ਼ਨ ਦਿੱਤੇ ਹਨ, ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ। ਫਿਰ ਦੁਬਾਰਾ ਤੋਂ ਸਮੁੱਚੇ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਏ ਹੋ ਅਰਦਾਸ ਬੇਨਤੀ ਸਤਿਗੁਰ ਸਾਹਿਬ ਅੱਗੇ ਕਰਨੀ ਕਿ ਜੋ ਵੀ ਗੁਰੂ ਘਰ ਦਾ ਸਿਧਾਂਤ ਹੈ, ਗੁਰੂ ਕਿਆਂ ਦਾ ਸਿਧਾਂਤ ਹੈ, ਵੱਡਿਆਂ ਦਾ ਸਿਧਾਂਤ ਹੈ, ਉਹ 'ਤੇ ਚੱਲਣ ਦੀ ਸਤਿਗੁਰ ਸਾਹਿਬ ਸਮਰੱਥਾ ਬਖਸ਼ਣ। ਆਪਣੇ ਦਰ ਘਰ ਦੀ ਸੇਵਾ ਸਾਫ਼ ਸੁਥਰੇ ਮਨ ਦੇ ਨਾਲ, ਸਾਫ਼ ਸੁਥਰੇ ਹਿਰਦੇ ਦੇ ਨਾਲ ਲੈਣ, ਕਦੇ ਵੀ ਮਨ ਦੇ ਵਿੱਚ ਮੈਲ ਨਾ ਆਵੇ ਕਿਸੇ ਪ੍ਰਤੀ ਵੀ, ਕਿਸੇ ਵੀ ਤਰ੍ਹਾਂ ਦੀ ਊਚ ਨੀਚਤਾ ਨਾ ਹੋਵੇ। ਜੋ ਗੁਰੂ ਘਰ ਦਾ ਸਿਧਾਂਤ ਹੈ,
ਜੋ ਗੁਰੂ ਦਾ ਸਿਧਾਂਤ ਹੈ ਉਹਤੇ ਚੱਲਣ ਦਾ ਪਹਿਰਾ ਬਖਸ਼ਣ, ਉਹਤੇ ਚੱਲਣ ਦਾ ਬਲ ਬਖਸ਼ਣ। ਸਮੁੱਚੀਆਂ ਸੰਗਤਾਂ ਅੱਗੇ ਫਿਰ ਹੱਥ ਜੋੜ ਕੇ ਬੇਨਤੀ ਹੈ ਵੀ ਨਾਲ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਉਲੀਕਣੇ ਹਨ ਉਹਦੇ ਵਿੱਚ ਆਪਾਂ ਸਭ ਨੇ ਰਲ ਮਿਲ ਕੇ ਸਹਿਯੋਗ ਦੇਣਾ ਹੈ। ਆਪ ਜੀ ਦੇ ਛੋਟੇ ਭਰਾ ਹਾਂ, ਛੋਟੇ ਬੱਚੇ ਹਾਂ, ਜਿੱਦਾਂ ਆਪਾਂ ਆਪਣੇ ਬੱਚਿਆਂ ਨੂੰ ਪਿਆਰ ਕਰਕੇ ਉਹਨਾਂ ਦਾ ਸਹਿਯੋਗ ਦਿੰਦੇ ਹਾਂ, ਉਸੇ ਤਰ੍ਹਾਂ ਬੇਨਤੀ ਹੈ ਵੀ ਸਾਡਾ ਸਹਿਯੋਗ ਦਿੰਦੇ ਰਹਿਣਾ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਘਰ ਦੇ ਪਰਤਾਏ ਬਹੁਤ ਸਾਰੇ ਕਾਰਜ ਕਰਨ ਵਾਲੇ ਹਨ। ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਊਚ ਨੀਚਤਾ ਵੱਡੀ ਛੋਟੀ ਗੱਲ ਲੱਗੇ ਤਾਂ ਦਾਸਾਂ ਨੂੰ ਜ਼ਰੂਰ ਦੱਸਣਾ, ਨਾਲ ਰਾਬਤਾ ਕਾਇਮ ਕਰਕੇ ਜ਼ਰੂਰ ਸਲਾਹ ਦੇਣੀ ਆ। ਇਸ ਤਰ੍ਹਾਂ ਨਾ ਹੋਵੇ ਕਿ ਆਪਾਂ ਕਿਸੇ ਵੰਡੀ ਦੇ ਮਹਿਤਾਜ ਹੋ ਜਾਈਏ, ਕਿਸੇ ਵੰਡੀਆਂ 'ਚ ਪਈਏ, ਵੀ ਵਿਰੋਧ ਦੇ ਚੱਕਰ 'ਚ ਜ਼ਿਆਦਾ ਆਪਾਂ ਧਿਆਨ ਦੇਈਏ। ਜੇ ਕੋਈ ਵੀ ਕੰਮ ਕਰਨਾ ਹੋਵੇ ਉਹਦੇ ਨਾਲ ਆਣ ਕੇ ਆਪਣਾ ਸਹਿਯੋਗ, ਆਪਣੀ ਸਲਾਹ ਜ਼ਰੂਰ ਦੇਣੀ। ਫਿਰ ਤੋਂ ਦੁਬਾਰਾ ਧੰਨਵਾਦ ਜੀ ਆਇਆਂ ਨੂੰ ਆਖਦੇ ਹਾਂ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਹੁਣ ਅਗਲਾ ਪ੍ਰੋਗਰਾਮ ਹੈ, ਆਪਣੇ ਕੋਲ ਆਪਣੀ ਵਾਰਡ ਦੇ ਜੋ ਕੌਂਸਲਰ ਹਨ ਬਾਬੂ ਸਿੰਘ ਜੀ ਬਾਵਾ, ਉਹ ਵੀ ਪਹੁੰਚੇ ਹਨ। ਉਹਨਾਂ ਦੇ ਨਾਲ ਹੀ ਆਪਣੇ ਜੋ ਓਲਡ ਬਰੀ ਦੀ ਚਰਚ ਹੈ ਉਹਦੇ ਮੁੱਖ ਸੇਵਾਦਾਰ ਹਨ ਦਲਵੀਰ ਸਿੰਘ ਮਸੀਹ, ਉਹਨਾਂ ਦੇ ਨਾਲ ਸਹਿਯੋਗ ਕਰਦੇ ਹਨ ਗੁਲਜ਼ਾਰ ਸਿੰਘ ਮਸੀਹ, ਅਤੇ ਉਸ ਤੋਂ ਉਪਰੰਤ ਆਪਣੇ ਕੋਲ ਨਾਲ ਹੀ ਪਹੁੰਚੇ ਹਨ ਰਘਵੀਰ ਸਿੰਘ ਵਾਲਸਲ, ਜੋ ਇੰਟਰਨੈਸ਼ਨਲ ਪੰਥਕ ਦਲ ਦੇ ਕਰਤਾ ਧਰਤਾ ਹਨ। ਨਾਲ ਹੀ ਆਪਣੇ ਕੋਲ ਹੋਰ ਵੀ ਦੂਰ ਨੇੜਿਓਂ ਸਿੰਘ ਪਹੁੰਚੇ ਹਨ। ਸਾਰਿਆਂ ਨੂੰ ਜੀਓ ਆਇਆਂ ਆਖਦੇ ਹਾਂ, ਕਿਉਂਕਿ ਸਾਰੇ ਹੀ ਜਾਣ ਪਹਿਚਾਣ ਵਾਲੇ ਹਨ, ਪਿਆਰ ਕਰਨ ਵਾਲੇ ਹਨ। ਕਿਸੇ ਦਾ ਨਾਂ ਵੀ ਲਿਆ ਹੋਇਆ ਹੋਵੇ ਗੁੱਸਾ ਨਹੀਂ ਕਰਨਾ, ਇਤਰਾਜ਼ ਨਹੀਂ ਕਰਨਾ, ਕਿਉਂਕਿ ਕਾਫੀ ਸਾਰੇ ਪ੍ਰੇਮ ਵਾਲੇ ਹਨ। ਹੁਣ ਬੇਨਤੀ ਹੈ ਬਾਬੂ ਸਿੰਘ ਜੀ ਬਾਵਾ ਨੂੰ, ਉਹ ਇੱਕ ਦੋ ਮਿੰਟ ਵਾਸਤੇ ਆਪ ਜੀ ਨਾਲ ਸੰਗਤਾਂ ਨਾਲ ਦੋ ਸ਼ਬਦ ਸਾਂਝੇ ਕਰਨਗੇ। ਉਹਨਾਂ ਤੋਂ ਉਪਰੰਤ ਦਲਵੀਰ ਸਿੰਘ ਮਸੀਹ ਜੀ, ਉਹ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਇੱਕ ਦੋ ਮਿੰਟ ਵਾਸਤੇ। ਨਾਲ ਹੀ ਉਸ ਤੋਂ ਉਪਰੰਤ ਰਘਵੀਰ ਸਿੰਘ ਜੀ ਬਾਲਸਲ, ਜੋ ਆਪ ਜੀ ਦੇ ਨਾਲ ਵਿਚਾਰ ਉਹਨਾਂ ਨੇ ਸਾਂਝੀ ਕਰਨੀ ਹੈ, ਜੋ ਪਿਛਲਿਆਂ ਸਮਿਆਂ ਦੇ ਵਿੱਚ ਇੰਡੀਆ ਦੇ ਵਿੱਚ ਬਗਰਾੜੀ ਦੇ ਵਿੱਚ ਸਤਿਗੁਰੂ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੋਈ ਸੀ, ਉਹਦੇ ਸੰਬੰਧ ਵਿੱਚ ਜੋ ਮੋਰਚੇ ਲੱਗੇ ਹਨ, ਜੋ ਆਪਣੇ ਸਿੰਘ ਸਾਹਿਬ ਹਨ ਉਹ ਬੈਠੇ ਹਨ ਉੱਥੇ, ਉਹ ਮੋਰਚੇ ਦੀ ਅਗਵਾਈ ਕਰਦੇ ਹਨ, ਉਹਨਾਂ ਦੇ ਪਰਸਾਏ ਜੋ ਉੱਥੇ ਚੱਲ ਰਿਹਾ ਉਹਦੇ ਬਾਬਤ ਦੱਸਣਗੇ। ਨਾਲ ਹੀ ਆਪਣੇ ਕੋਲ ਜਸਵਿੰਦਰ ਸਿੰਘ ਜੀ ਰਾਮਗੜ੍ਹ, ਉਹ ਵੀ ਪਹੁੰਚੇ ਹਨ ਇੱਕ ਦੋ ਮਿੰਟ ਵਾਸਤੇ, ਉਹ ਵੀ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਉਸ ਤੋਂ ਉਪਰੰਤ ਕੀਰਤਨ ਦੀ ਆਰੰਭਤਾ ਹੋਵੇਗੀ। ਪਹਿਲਾਂ ਬੇਨਤੀ ਕਰਦਾ ਬਾਬੂ ਸਿੰਘ ਜੀ ਬਾਵਾ ਨੂੰ, ਉਹ ਸੰਗਤਾਂ ਦੇ ਨਾਲ ਆਪਣੇ ਦੋ ਬਚਨ ਸਾਂਝੇ ਕਰਨ। ਉਸ ਤੋਂ ਉਪਰੰਤ ਦਲਵੀਰ ਮਸੀਹ ਜੀ, ਉਹ ਵੀ ਲਾਗੇ ਆ ਜਾਣ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਇਓ, ਅਸੀਸ ਜ਼ਰੂਰ ਦੇ ਕੇ ਜਾਣਾ। ਮਹਾਰਾਜ ਅੱਗੇ ਅਰਦਾਸ ਬੇਨਤੀ ਕਰਨੀ ਹੈ। ਉਸ ਤੋਂ ਉਪਰੰਤ ਪਿਛਲੇ ਲੰਗਰ ਹਾਲ ਦੇ ਵਿੱਚ ਲੰਗਰ ਤਿਆਰ ਹੈ, ਨਾਲ ਹੀ ਕਿਸੇ ਨੇ ਵੀ ਲੰਗਰ ਛਕੇ ਤੋਂ ਬਿਨਾਂ ਨਹੀਂ ਜਾਣਾ, ਲੰਗਰ ਜ਼ਰੂਰ ਛਕ ਕੇ ਜਾਣਾ ਹੈ। ਹੁਣ ਆਪ ਜੀ ਦੇ ਪਾਸ ਬਾਬੂ ਸਿੰਘ ਜੀ ਬਾਵਾ ਇੱਕ ਦੋ ਮਿੰਟ ਵਾਸਤੇ ਆਪ ਜੀ ਨਾਲ ਬਚਨ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਤਸੰਗ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ ਦੋ ਤਿੰਨ ਮਹੀਨਿਆਂ ਪਹਿਲਾਂ ਸਤਸੰਗ ਦੇ ਵਿੱਚ ਆਮ ਗੱਲ ਸੀ ਕਿ ਨਵੀਂ ਕਮੇਟੀ ਆਪਾਂ ਨੂੰ ਬਣਾ ਲੈਣੀ ਚਾਹੀਦੀ ਹੈ। ਤੁਸੀਂ ਸਾਰਿਆਂ ਨੇ ਰਲ ਮਿਲ ਕੇ ਨਵੀਂ ਕਮੇਟੀ ਬਣਾ ਲਈ, ਬਹੁਤ ਬਹੁਤ ਵਧਾਈਆਂ। ਨਵੀਂ ਕਮੇਟੀ ਨੂੰ ਵੀ ਬਹੁਤ ਬਹੁਤ ਵਧਾਈਆਂ।
ਜਿਹੜੇ ਸੱਜਣ ਉਮੀਦਵਾਰ ਸੀ ਜਿਹੜੇ ਨਹੀਂ ਕਮੇਟੀ ਦੇ ਵਿੱਚ ਆ ਸਕੇ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਸਤਸੰਗ ਦੇ ਨਾਲ ਮਿਲ ਕੇ ਜਿਹੜੀ ਨਵੀਂ ਕਮੇਟੀ ਚੁਣੀ ਹੈ ਉਹਨੂੰ ਪੂਰਾ ਪੂਰਾ ਸਾਥ ਦਿਓ ਪਲੀਜ਼। ਬਾਕੀ ਰਹੇ ਜਿੱਥੋਂ ਤੀਕਰ ਗੱਲ ਹੈ ਸਮਾਜ ਦੇ ਵਿੱਚ, ਇਹਨਾਂ ਨੇ ਮੈਂਸ਼ਨ ਕੀਤਾ ਗੁਰੂ ਘਰ ਦੀ ਬਿਲਡਿੰਗ ਵਾਸਤੇ, ਸਮਾਜ ਦੇ ਵਿੱਚ ਹੋਰ ਵੀ ਬਹੁਤ ਸਾਰੇ ਕੰਮ ਹੋਣਗੇ, ਮੈਂ ਤੁਹਾਨੂੰ ਬੇਨਤੀ ਕਰਦਾ ਉਹਦਾ ਇਹਨਾਂ ਨੇ ਕਿਹਾ ਹੀ ਹੈ ਵੀ ਇਹਨਾਂ ਨੂੰ ਸਾਥ ਦੇਣਾ ਬਹੁਤ ਜ਼ਰੂਰੀ ਹੈ। ਇਹਨਾਂ ਦਾ ਵੀ ਫਰਜ਼ ਬਣਦਾ ਕਿ ਜਿਹੜਾ ਵੀ ਕੋਈ ਕੰਮ ਗੁਰੂ ਘਰ ਦੇ ਵਿੱਚ ਕਰਨਾ ਹੋਵੇ, ਗੁਰੂ ਘਰ ਦੀ ਮਾਇਆ ਖਰਚ ਕਰਨੀ ਹੋਵੇ, ਗੁਰੂ ਘਰ ਦੀ ਸਾਧ ਸੰਗਤ ਤੋਂ ਮਨਜ਼ੂਰੀ ਲੈਣੀ ਬਹੁਤ ਜ਼ਰੂਰੀ ਹੈ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਵੀ ਕਹਿੰਦਾ ਕਿ ਵੀ ਇੱਥੇ ਜਿਹੜੀ ਆਪਣੇ ਫਾਊਂਡਰ ਟਰੱਸਟੀ ਭਾਈ ਜੀਤ ਸਿੰਘ ਅਤੇ ਉਹਨਾਂ ਸਾਥੀ ਨੇ ਉਹਨਾਂ ਦੀ ਰਾਏ ਵੀ ਲੈ ਲੈਣੀ ਬਹੁਤ ਜ਼ਰੂਰੀ ਹੈ ਤਾਂ ਕਿ ਗੁਰਦੁਆਰੇ ਦਾ ਕੰਮ ਆਪਣਾ ਚੈਨ ਦੇ ਨਾਲ ਚੱਲਦਾ ਰਹੇ। ਜਿੱਥੇ ਤੱਕ ਕੌਂਸਲ ਦਾ ਸੰਬੰਧ ਹੈ, ਕੋਈ ਵੀ ਕੰਮ ਕੌਂਸਲ ਦਾ ਗੁਰਦੁਆਰੇ ਵਾਸਤੇ ਹੋਵੇ, ਦਾਸ ਹਰ ਟਾਈਮ 'ਤੇ ਹਾਜ਼ਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬਾਊ ਸਿੰਘ ਜੀ ਬਾਵਾ। ਹੁਣ ਬੇਨਤੀ ਆ ਦਲਵੀਰ ਮਸੀਹ ਨੂੰ, ਉਹ ਆਪ ਜੀ ਦੇ ਨਾਲ ਇੱਕ ਦੋ ਮਿੰਟ ਵਾਸਤੇ ਵਿਚਾਰ ਸਾਂਝੇ ਕਰਨਗੇ। ਬਾਊ ਸਿੰਘ ਜੀ ਬਾਵਾ, ਦਲਵੀਰ ਮਸੀਹ, ਪਲੀਜ਼ ਬੇਨਤੀ ਆ। ਪਿਆਰੀ ਸਾਧ ਸੰਗਤ ਜੀ, ਸਤਿ ਸ਼੍ਰੀ ਅਕਾਲ। ਕੋਈ ਜਵਾਬ ਨਹੀਂ ਮਿਲਿਆ। ਥੈਂਕ ਯੂ ਜੀ, ਥੈਂਕ ਯੂ। ਮੇਰੇ ਵੱਲੋਂ ਔਰ ਮੇਰੀ ਕਮਿਊਨਿਟੀ ਵੱਲੋਂ ਸਰਦਾਰ ਰਘਵੀਰ ਸਿੰਘ ਜੀ, ਉਹਨਾਂ ਦੀ ਕਮੇਟੀ ਨੂੰ ਬਹੁਤ ਬਹੁਤ ਵਧਾਈ ਹੋਏ। ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਆਪਾਂ ਗੁਰੂ ਘਰ ਦੇ ਵਿੱਚ ਬੈਠੇ ਹਾਂ, ਮੇਰੀ ਸਾਰੀ ਸਾਧ ਸੰਗਤ ਨੂੰ ਔਰ ਜਿੱਥੇ ਜਿੱਥੇ ਵੀ ਮੇਰੀ ਆਵਾਜ਼ ਆ, ਮੈਂ ਹੱਥ ਜੋੜ ਕੇ ਇੱਕ ਗੱਲ ਕਹਿਣਾ ਚਾਹੁੰਦਾ ਕਿ ਜੋ ਵੀ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਹੁੰਦੇ ਨੇ, ਪੂਰਾ ਸੰਸਾਰ ਦੇਖਦਾ ਔਰ ਜੋ ਕੁਛ ਵੀ ਉਹ ਦੇਖਦਾ ਹੈ, ਸੁਣਦਾ ਹੈ, ਉਹਦੇ ਵਿੱਚ ਮੇਰੇ ਦਿਲ ਦੀ ਤਮੰਨਾ ਕਿ ਗੁਰੂ ਮਹਾਰਾਜ ਦੀ ਵਡਿਆਈ ਹੋਵੇ। ਸੋ ਜੋ ਵੀ ਪ੍ਰੋਗਰਾਮ ਇੱਥੇ ਹੁੰਦੇ ਨੇ, ਜੋ ਸਲਾਹਾਂ ਹੁੰਦੀਆਂ ਨੇ, ਉਹਨਾਂ ਦੇ ਜ਼ਰੀਏ ਗੁਰੂ ਮਹਾਰਾਜ ਦੀ ਬਹੁਤ ਸਾਰੀ ਕਿਰਪਾ ਤੁਹਾਡੇ 'ਤੇ ਰਹੇ। ਮੈਂ ਕਹਾਂਗਾ ਸਰਦਾਰ ਰਘਵੀਰ ਸਿੰਘ ਜੀ, ਤੁਹਾਡੇ ਨਾਲ ਮੋਢਾ ਜੋੜ ਕੇ ਅਤੇ ਤੁਹਾਡੇ ਨਾਲ ਤੁਹਾਡਾ ਅਸੀਂ ਸਾਥ ਦਿਆਂਗੇ। ਕਮਿਊਨਿਟੀ ਦੇ ਵਿੱਚ ਜੋ ਵੀ ਕੰਮ ਹੋਏ ਆਪਾਂ ਰਲ ਕੇ ਕਰਨਾ, ਮਿਲ ਕੇ ਕਰਨਾ, ਪਰ ਫਿਰ ਦੁਬਾਰਾ ਇਹੀ ਬੇਨਤੀ ਆ ਕਿ ਜੋ ਕੁਛ ਗੁਰੂ ਘਰਾਂ 'ਚ ਹੁੰਦਾ ਜਾਂ ਗਿਰਜਿਆਂ 'ਚ ਹੁੰਦਾ, ਤਮਾਮ ਦੁਨੀਆ ਦੇਖਦੀ ਹੈ, ਔਰ ਕੋਈ ਇਹੋ ਜਿਹਾ ਸ਼ਬਦ, ਇਹੋ ਜਿਹੀ ਕਾਰਵਾਈ ਆਪੋ 'ਚੋਂ ਦੀ ਨਹੀਂ ਹੋਣੀ ਚਾਹੀਦੀ ਜਿਹਦੇ ਨਾਲ ਗੁਰੂ ਮਹਾਰਾਜ ਨਾਰਾਜ਼ ਹੋ ਜਾਣ। ਸਤਿ ਸ਼੍ਰੀ ਅਕਾਲ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਦਲਵੀਰ ਮਸੀਹ, ਜੋ ਕਿ ਆਪਣੇ ਓਲਡ ਬਰੀ ਦੀ ਚਰਚ ਦੇ ਮੁੱਖ ਸੇਵਾਦਾਰ ਨੇ। ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਆਖਦੇ ਹਾਂ, ਕਿਉਂਕਿ ਸਾਨੂੰ ਸਾਰਿਆਂ ਨਾਲ ਹੀ ਦੇਖਭਾਲ ਰੱਖਣੀ ਪੈਂਦੀ ਹੈ, ਕਿਉਂਕਿ ਇਹ ਕਮਿਊਨਿਟੀ ਦੇ ਵਿੱਚ ਕਾਫੀ ਸੇਵਾ ਕਰਦੇ ਹਨ। ਇੱਕ ਅੰਦਾਰਾ ਹੁੰਦਾ ਤੁਸੀਂ ਇਕੱਲਾ ਗੁਰੂ ਘਰ ਤੱਕ ਸੀਮਤ ਹੋ, ਇੱਕ ਇਹਨੂੰ ਬਾਹਰਲਾ ਘੇਰਾ ਹੁੰਦਾ ਆ ਜਿਹਨੂੰ ਸੋਸ਼ਲ ਵਰਕ ਕਹਿੰਦੇ ਹਾਂ। ਕਮਿਊਨਿਟੀ ਦੇ ਨਾਲ ਆਪਾਂ ਰਾਬਤਾ ਰੱਖਣਾ, ਕਮਿਊਨਿਟੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਕੰਮ ਹੁੰਦੇ ਨੇ ਜਿਹੜੇ ਕਮਿਊਨਿਟੀ ਦੇ ਕਰਨੇ ਪੈਂਦੇ ਹਨ। ਜ਼ਰੂਰੀ ਨਹੀਂ ਕਿ ਉਹ ਤੁਹਾਡੇ ਗੁਰੂ ਘਰ ਦਾ ਮੈਂਬਰ ਹੋਵੇ, ਤੁਹਾਡੇ ਗੁਰੂ ਘਰ
ਦੀ ਹਰ ਇੱਕ ਚੀਜ਼ ਨੂੰ ਅਪਣਾਉਂਦਾ ਹੋਵੇ, ਪਰ ਜਿਹੜੀ ਇੱਕ ਇਨਸਾਨੀਅਤ ਆ, ਜੋ ਗੁਰੂ ਸਾਹਿਬਾਂ ਦਾ ਸੰਦੇਸ਼ ਆ, ਉਹਦੇ ਬਾਬਤ ਬਾਹਰਲੇ ਪਾਸਿਆਂ 'ਤੇ ਵੀ ਬਹੁਤ ਕੰਮ ਕਰਨ ਵਾਲੇ ਹੁੰਦੇ ਹਨ, ਜੋ ਇਹ ਸਮੇਂ ਨਾਲ ਸਾਰੇ ਕਰਦੇ ਹਨ। ਜੀਵਾਂ ਨੂੰ ਆਖਦੇ ਹਾਂ ਧੰਨਵਾਦ। ਹੁਣ ਰਘਵੀਰ ਸਿੰਘ ਜੀ ਵਾਲਸਲ, ਉਹਨਾਂ ਤੋਂ ਉਪਰੰਤ ਜਸਵਿੰਦਰ ਸਿੰਘ ਰਾਮਗੜ੍ਹ, ਉਹ ਆਪ ਜੀ ਦੇ ਨਾਲ ਦੋ ਵਿਚਾਰ ਸਾਂਝੇ ਕਰਨਗੇ। ਉਸ ਤੋਂ ਉਪਰੰਤ ਕੀਰਤਨ ਦੀ ਆਰੰਭਤਾ ਹੋਵੇਗੀ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ 2 ਮਿੰਟ ਇਸ ਤਰ੍ਹਾਂ ਸ਼ਾਂਤੀ ਬਣਾਈ ਰੱਖਣਾ। ਉਸ ਤੋਂ ਬਾਅਦ ਨਾਲ ਹੀ ਪ੍ਰਸ਼ਾਦ ਵਰਤੇਗਾ ਅਤੇ ਉਸ ਤੋਂ ਉਪਰੰਤ ਦੀਵਾਨਾਂ ਦੀ ਸ਼ੁਰੂਆਤ ਹੋਵੇਗੀ। ਆਓ ਰਘਵੀਰ ਸਿੰਘ ਜੀ ਵਾਲਸਲ। ਸਤਿਗੁਰੂ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿਗਮਣ ਰਹੇ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਹਾਂ, ਕਿਉਂਕਿ ਆਪਾਂ ਜਿਹੜੀ ਵੀ ਚੀਜ਼ ਪ੍ਰਾਪਤ ਕਰਨੀ ਹੈ ਗੁਰੂ ਮਹਾਰਾਜ ਤੋਂ ਪ੍ਰਾਪਤ ਕਰਨੀ ਹੈ। ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, ਨਵੇਂ ਪ੍ਰਬੰਧਕ ਆਏ ਹਨ, ਇਹਨਾਂ ਨੂੰ ਬਹੁਤ ਬਹੁਤ ਵਧਾਈਆਂ। ਅਤੇ ਪਹਿਲੇ ਪ੍ਰਬੰਧਕ ਵੀ ਭਾਈ ਮਨਵੀਰ ਸਿੰਘ ਹੋਣਾ ਨੇ, ਇਹਨਾਂ ਨੇ ਵੀ 2 ਸਾਲ ਬਹੁਤ ਵਧੀਆ ਸੇਵਾ ਕੀਤੀ ਆ, ਉਹ ਵੀ ਸ਼ਲਾਘਾਯੋਗ ਹੈ। ਪਰ ਜੇ ਪ੍ਰਬੰਧਕ ਚੁਣੇ ਗਏ ਤਾਂ ਮਤਲਬ ਇਹ ਨਹੀਂ ਕਿ ਗੁਰਦੁਆਰਾ ਇਹਨਾਂ ਦਾ ਹੈ, ਗੁਰਦੁਆਰਾ ਸਮੁੱਚੀ ਸਾਧ ਸੰਗਤ ਦਾ ਹੈ। ਸਾਰਿਆਂ ਨੇ ਰਲ ਕੇ, ਚਾਹੇ ਕੋਈ ਵਿਰੋਧੀ ਧਿਰ ਦੇ ਵਿੱਚ ਸੀ ਜਾਂ ਉਹ ਨਾਲ ਸੀ, ਇਹ ਗੱਲ ਨਹੀਂ ਹੁੰਦੀ। ਗੁਰੂ ਗ੍ਰੰਥ ਸਾਹਿਬ ਆਪਣਾ ਸਾਰਿਆਂ ਦਾ ਹੈ। ਭਾਈ ਰਘਵੀਰ ਸਿੰਘ ਜੀ ਜੋ ਮੁੱਖ ਸੇਵਾਦਾਰ ਹਨ, ਇਹਨਾਂ ਨੇ ਗੱਲ ਕੀਤੀ ਸੀ ਬਰਗਾੜੀ ਦੀ, ਸੋ ਮੈਂ ਕਿਉਂਕਿ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ, ਭਾਈ ਹਰਜੀਤ ਸਿੰਘ ਜੀ ਸਾਡੇ ਕੀਰਤਨੀ ਜਥਾ ਜੋ ਬੈਠੇ ਹਨ, ਇਹਦੇ ਵਿੱਚ ਗੱਲਾਂ ਬਹੁਤ ਲੰਮੀਆਂ, ਜਿੰਨੀਆਂ ਮਰਜ਼ੀ ਆਪਾਂ ਕਰ ਲਈਏ, ਪਰ ਥੋੜ੍ਹੇ ਹੀ ਸਮੇਂ ਦੇ ਵਿੱਚ ਤੁੱਕ ਮਾਤਰ ਮੈਂ ਬੇਨਤੀ ਕਰਨੀ ਚਾਹੁੰਦਾ ਪ੍ਰਬੰਧਕਾਂ ਨੂੰ ਕਿ ਹਰ ਐਤਵਾਰ ਅਰਦਾਸ ਕੀਤੀ ਜਾਵੇ ਉਹ ਮੋਰਚੇ ਦੇ ਚੜ੍ਹਦੀ ਕਲਾ ਦੀ, ਕਿ ਮਹਾਰਾਜ ਸਾਨੂੰ ਸਫਲਤਾ ਬਖਸ਼ੇ। ਸੋ ਇਹ ਗੱਲ ਅੱਜ ਜ਼ਰੂਰ ਮੈਂ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਕਰਾਂਗਾ, ਪ੍ਰਬੰਧਕਾਂ ਨੂੰ ਵੀ ਬੇਨਤੀ ਕਰਾਂਗਾ, ਕਿਉਂਕਿ ਉੱਥੇ ਜਿਹੜੇ ਸਿੰਘ ਬੈਠੇ ਹਨ ਉਹਨਾਂ ਵੱਲੋਂ ਵੀ ਇਹੀ ਬੇਨਤੀ ਆ ਕਿ ਜਿੱਥੇ ਵੀ ਕੋਈ ਸਿੰਘ ਭਾਵੇਂ ਉਹ ਨਿਤਨੇਮ ਕਰਦਾ ਹੈ ਉਹ ਅਰਦਾਸ ਕਰੇ, ਕਿਉਂਕਿ ਜਿਹੜੀ ਸਫਲਤਾ ਆ ਉਹ ਗੁਰੂ ਮਹਾਰਾਜ ਨੇ ਬਖਸ਼ਣੀ ਆ। ਕਈ ਵਾਰੀ ਅਸੀਂ ਬੰਦਿਆਂ ਵੱਲ ਦੇਖਦੇ ਹਾਂ ਕਿ ਆਹ ਮੋਰਚਾ ਲੱਗਾ ਸੀ ਸਫਲ ਕਿਉਂ ਨਹੀਂ ਹੋਇਆ, ਆਹ ਇੱਦਾਂ ਹੋਈ ਸਫਲਤਾ ਕਿਉਂ ਨਹੀਂ ਹੋਈ, ਇਹ ਸਤਿਗੁਰ ਦੇ ਉੱਪਰ ਛੱਡ ਦਿਓ ਕਿ ਜਿਹੜੀਆਂ ਵੀ ਚੀਜ਼ਾਂ ਹੋਈਆਂ, ਕੇਨ ਕੀਤੀਆਂ, ਕੇਨ ਕਰਾਈਆਂ, ਸਤਿਗੁਰੂ ਮਹਾਰਾਜ ਆਪ ਹੀ ਉਹਨਾਂ ਨੂੰ ਮੋਹਰੇ ਲਿਆਵੇਗਾ। ਸੋ ਆਪਾਂ ਸਾਰਿਆਂ ਨੇ ਜਿੰਨੇ ਵੀ ਇੱਥੇ ਸੰਗਤ ਬੈਠੀ ਆ, ਜਿੰਨੇ ਮੇਰੀ ਆਵਾਜ਼ ਸੁਣ ਰਹੇ ਆ ਬਾਹਰ, ਅਸੀਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਇਹ ਸਿੰਘਾਂ ਨੂੰ ਪਹਿਲਾਂ ਹੀ ਹਦਾਇਤ ਕੀਤੀ ਹੋਈ ਆ ਵੀ ਜਦੋਂ ਵੀ ਨਿਤਨੇਮ ਕਰਨਾ, ਜਿੱਥੇ ਵੀ ਸਮਾਗਮ ਹੋਣਾ ਮੋਰਚੇ ਦੀ ਚੜ੍ਹਦੀ ਕਲਾ ਲਈ, ਫਤਿਹ ਲਈ, ਉਹਨਾਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਜਿਨ੍ਹਾਂ ਨੇ ਇਹ ਨੀਚ ਕਰਮ ਕੀਤੇ ਆ। ਸੋ ਨਾਲ ਹੀ ਇੱਕ ਹੋਰ ਬੇਨਤੀ ਹੈ, ਪੰਜਾਬ ਸਾਡਾ ਆਪਣਾ ਹੈ, ਪੰਜਾਬ ਦੇ ਵਿੱਚ ਅੱਜ ਘਰ ਘਰ ਸੇਵਾ ਬਲ ਰਿਹਾ ਆ। ਕਿਉਂ ਬਲ ਰਿਹਾ? ਕਿ ਸਾਡੇ ਬੱਚੇ, ਨੌਜਵਾਨ ਬੱਚੇ ਟੀਕੇ ਲਾ ਲਾ ਕੇ, ਨਸ਼ੇ ਦੇ ਟੀਕੇ ਲਾ ਕੇ ਅਸੀਂ ਇਲਜ਼ਾਮ ਦਿੰਦੇ ਹਾਂ ਸਰਕਾਰਾਂ ਨੂੰ, ਸਰਕਾਰਾਂ ਵੀ ਦੋਸ਼ੀ ਆ। ਮੈਂ ਉਹਨਾਂ ਨੂੰ ਕੋਈ ਇੱਥੇ ਇਹ ਨਹੀਂ ਕਹਿ ਰਿਹਾ ਕਿ ਉਹ ਦੋਸ਼ੀ ਨਹੀਂ ਗੀਆਂ, ਪਰ ਉਦੋਂ ਵੱਡਾ ਜਿਹੜੇ ਦੋਸ਼ੀ ਅਸੀਂ ਆਪ ਵੀ ਹਾਂ। ਅਸੀਂ ਇੱਥੋਂ ਬਾਹਰੋਂ ਵੀ ਪੈਸੇ ਭੇਜਦੇ ਹਾਂ ਅਤੇ ਜਿਹੜੇ ਸਾਡੇ ਉੱਥੇ ਆ ਉਹ ਜ਼ਮੀਨਾਂ ਵੇਚ ਵੇਚ ਕੇ ਵੀ ਹਾਂ ਸਾਡਾ ਪੁੱਤ ਕਿਤੇ ਮਰ ਨਾ ਜਾਵੇ, ਇਹਨੂੰ ਨਸ਼ਾ ਦੇਈ ਜਾਓ। ਪਰ ਉਹਨਾਂ ਲੋਕਾਂ ਨੂੰ ਕਿਉਂ ਨਹੀਂ ਫੜਿਆ ਜਾਂਦਾ ਜਿਹੜੇ ਪਿੰਡਾਂ 'ਚ ਨਸ਼ੇ ਵੇਚਦੇ ਆ? ਇੱਕ ਸਮਾਂ ਸੀ ਜਦੋਂ ਲਹਿਰ ਚੱਲਦੀ ਸੀਗੀ ਕਾਲੇ ਕੱਛਿਆਂ ਵਾਲੇ, ਬਲੈਕ ਕੈਟ ਜਾਂ ਇੱਦਾਂ ਦੇ ਲੋਕ ਪਿੰਡਾਂ 'ਚ ਆਉਂਦੇ ਸੀ, ਤਾਂ ਫਿਰ ਜਦੋਂ ਸਰਕਾਰਾਂ ਜਾਂ ਪੁਲਿਸ ਵਾਲੇ ਨਹੀਂ ਸੀ ਕੁਛ ਕਰਦੇ ਤਾਂ ਲੋਕਾਂ ਨੇ ਠੀਕਰੀ ਪਹਿਰੇ ਲਾਏ ਸੀ। ਸੋ ਅੱਜ ਲੋੜ ਆ ਪਿੰਡ ਪਿੰਡ ਦੇ ਵਿੱਚ, ਜਿੰਨੇ ਜਿੰਨੇ ਆ ਇੱਥੇ ਮੇਰੀ ਆਵਾਜ਼ ਸੁਣਦੇ ਆ, ਆਪਣੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਬੇਨਤੀ ਕਰ ਦਿਓ। ਅੱਜ ਤੋਂ ਉੱਥੇ ਕਾਲਾ ਹਫ਼ਤਾ ਸ਼ੁਰੂ ਹੋ ਗਿਆ, 7 ਦਿਨ ਲਗਾਤਾਰ ਉਹਨਾਂ ਨੇ, ਪੰਜਾਬ ਦੇ ਲੋਕਾਂ ਨੇ ਕਾਲਾ ਹਫ਼ਤਾ ਮਨਾਉਣਾ ਹੈ। ਉਹਨਾਂ ਲੋਕਾਂ ਨੂੰ ਫੜ ਕੇ
ਸਜਾਵਾਂ ਦਿਓ ਜਿਹੜੇ ਲੋਕ ਪਿੰਡਾਂ ਦੇ ਵਿੱਚ ਨਸ਼ੇ ਵੇਚਦੇ ਆ, ਉਦੋਂ ਬਾਅਦ ਵੱਡੀਆਂ ਮੱਛੀਆਂ ਆਪੇ ਹੀ ਮੂਹਰੇ ਆ ਜਾਣੀਆਂ। ਪੁਲਿਸ ਵਾਲੇ ਆਪ ਇਹਦੇ ਵਿੱਚ ਸ਼ਾਮਿਲ ਆ, ਆਪਣੇ ਸਾਹਮਣੇ ਹਰ ਰੋਜ਼ ਆਪਾਂ ਸੋਸ਼ਲ ਮੀਡੀਆ ਦੇ ਵਿੱਚ ਦੇਖਦੇ ਹਾਂ। ਸੋ ਸਾਡੇ ਵੀ ਕੁਝ ਫਰਜ਼ ਬਣਦੇ ਆ ਵੀ ਅਸੀਂ ਕੀ ਕਰਨਾ ਹੈ, ਪਿੰਡ ਵਾਲਿਆਂ ਨੂੰ ਕੀ ਕਰਨਾ ਆ। ਇਹ ਨਹੀਂ ਕਿ ਸੋਸ਼ਲ ਮੀਡੀਆ 'ਤੇ ਅਸੀਂ ਸਰਕਾਰਾਂ ਨੂੰ ਬੰਦਿਆਂ ਨੂੰ ਗਾਲਾਂ ਕੱਢੀ ਜਾਈਏ, ਕਰੀਏ ਕਰਾਈਏ ਆਪ ਕੱਖ ਨਾ। ਸੋ ਆਪਾਂ ਉਹਦੇ ਵੱਲ ਵੀ ਧਿਆਨ ਦੇਣਾ ਹੈ। ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਦੁਬਾਰਾ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪਹਿਲਿਆਂ ਨੂੰ ਵੀ ਅਤੇ ਹੁਣ ਵਾਲਿਆਂ ਨੂੰ ਵੀ ਵਧਾਈ ਦਿੰਦਾ ਹਾਂ ਕਿ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਗੁਰਦੁਆਰਾ ਸਾਹਿਬ ਬਣਾਉਣ ਦੀ ਬਿਲਡਿੰਗ ਦਾ ਸ਼ੁਰੂਆਤ ਕਰਨ ਦੀ ਇਹਨਾਂ ਨੇ ਕਿਹਾ ਆ। ਉਹਦੇ ਵਿੱਚ ਇੰਟਰਨੈਸ਼ਨਲ ਪੰਥਕ ਦਲ ਆਪਣੇ ਸਾਰੇ ਹੀ ਸ਼ਹਿਰਾਂ ਦੇ ਬ੍ਰਾਂਚਾਂ ਨੂੰ ਵੀ ਬੇਨਤੀ ਕਰੇਗਾ ਅਤੇ ਵੱਧ ਤੋਂ ਵੱਧ ਨਾਲ ਪੂਰਾ ਸਹਿਯੋਗ ਦੇਵੇਗਾ। ਇੰਨੇ ਹੀ ਸ਼ਬਦ ਬੋਲਦਾ ਹੋਇਆ ਖਿਮਾ ਦਾ ਜਾਚ ਖਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਰਘਵੀਰ ਸਿੰਘ ਵਾਲਸਾਲ, ਜੋ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਹਨ। ਹੁਣ ਭਾਈ ਜਸਵਿੰਦਰ ਸਿੰਘ ਜੀ ਰਾਮਗੜ੍ਹ, ਉਹ ਇੱਕ ਦੋ ਮਿੰਟ ਵਾਸਤੇ ਸੰਗਤਾਂ ਨਾਲ ਵਚਨ ਸਾਂਝੇ ਕਰਨਗੇ। ਬਾਕੀ ਹੋਰ ਸਾਡੇ ਕਬੱਡੀ ਫੈਡਰੇਸ਼ਨ ਤੋਂ ਵੀਰ ਜੀ ਇਕਬਾਲ ਸਿੰਘ ਜੀ ਬਾਲਾ ਅਟਵਾਲ, ਉਹ ਆਏ ਹਨ, ਉਹਨਾਂ ਦਾ ਵੀ ਧੰਨਵਾਦ। ਰੇਸ਼ਮ ਸਿੰਘ ਜਗਪਾਲਪੁਰ, ਉਹ ਆਏ ਹਨ, ਉਹਨਾਂ ਦਾ ਵੀ ਧੰਨਵਾਦ। ਨਾਲ ਹੀ ਨਿੰਦੀ ਔਜਲਾ, ਦੇਵ ਸਿੰਘ, ਉਹ ਸਾਰੇ ਆਏ ਹਨ, ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। ਜਦੋਂ ਵੀ ਉਹਨਾਂ ਨੂੰ ਆਵਾਜ਼ ਮਾਰੀ ਦੀ ਹੈ, ਨਾਲ ਹੀ ਸਹਿਯੋਗ ਦਿੰਦੇ ਹਨ। ਸਾਰਿਆਂ ਨੂੰ ਜੀਓ ਆਏ ਆਖਦੇ ਹਾਂ। ਹੁਣ ਜਸਵਿੰਦਰ ਸਿੰਘ ਜੀ ਰਾਮਗੜ੍ਹ, ਉਹ ਦੋ ਮਿੰਟ ਵਾਸਤੇ ਵਿਚਾਰ ਸਾਂਝੇ ਕਰਨਗੇ। ਮੈਂ ਸੰਗਤਾਂ ਨੂੰ ਬੇਨਤੀ ਕਰ ਦਵਾਂ, ਜਿਸ ਤਰ੍ਹਾਂ ਕਿ ਸਾਰੇ ਬੰਦੇ ਬਹੁਤ, ਇੱਦਾਂ ਨਹੀਂ ਹੁੰਦਾ ਵੀ ਸਟੇਜ 'ਤੇ ਹਰ ਬੰਦਾ ਆਉਂਦਾ ਹੀ ਬੋਲ ਲਊਗਾ। ਜਿਸ ਤਰ੍ਹਾਂ ਆਪਣੇ ਕੋਲ ਨਵੇਂ ਸਟੇਜ ਸਕੱਤਰ ਨਿਯੁਕਤ ਕੀਤੇ ਹਨ ਦਵਿੰਦਰ ਸਿੰਘ ਜੀ, ਉਹਨਾਂ ਨੂੰ ਅਸੀਂ ਉਤਸ਼ਾਹਿਤ ਕਰਨਾ ਹੈ। ਉਹਨਾਂ ਨੂੰ ਕੋਈ ਵੀ ਲਫ਼ਜ਼ ਕਈ ਵਾਰੀ ਅੱਗੇ ਪਿੱਛੇ ਹੋ ਜਾਂਦਾ, ਸਟੇਜਾਂ 'ਤੇ ਬੋਲਣਾ ਸੌਖਾ ਨਹੀਂ ਹੁੰਦਾ। ਜਦੋਂ ਅਸੀਂ ਪਿੱਛੇ ਬੈਠੇ ਹੁੰਦੇ ਹਾਂ ਉਦੋਂ ਸਾਨੂੰ ਬਹੁਤ ਲੱਗਦਾ ਹੁੰਦਾ ਉਹਨੇ ਇੱਦਾਂ ਕਹਿਤਾ, ਉਹਨੇ ਇੱਦਾਂ ਕਹਿਤਾ। ਜੇ ਕੋਈ ਵੀ ਲਫ਼ਜ਼ ਅੱਗੇ ਪਿੱਛੇ ਹੇਰ ਫੇਰ ਹੋ ਜਾਵੇ, ਸੰਗਤ ਨੂੰ ਬੇਨਤੀ ਆ ਵੀ ਉਹਨਾਂ ਨੂੰ ਬਾਅਦ ਵਿੱਚ ਜ਼ਰੂਰ ਦੱਸਣਾ, ਕਿਉਂਕਿ ਉਹਨਾਂ ਨੂੰ ਅਸੀਂ ਉਤਸ਼ਾਹ ਕਰਨਾ ਹੈ ਬੋਲਣ ਲਈ। ਉਹਨਾਂ ਨੂੰ ਅਸੀਂ ਉਹਨਾਂ ਨੂੰ ਯੋਗਦਾਨ ਪਾਉਣਾ ਹੈ ਵੀ ਉਹ ਵਧੀਆ ਬੋਲਣ, ਵਧੀਆ ਬੁਲਾਰੇ ਬਣਨ। ਉਹਨਾਂ ਨੂੰ ਢੰਗ ਤਰੀਕੇ ਦੱਸਣੇ ਹਨ ਕਿਸ ਤਰ੍ਹਾਂ ਸਟੇਜ 'ਤੇ ਸੰਗਤ ਦੇ ਸੰਬੋਧਨ ਹੋਣਾ ਹੈ, ਉਹਨਾਂ ਨੂੰ ਆਪਾਂ ਸਹਿਯੋਗ ਦੇਣਾ ਹੈ, ਨਾ ਕਿ ਉਹਨਾਂ ਦੇ ਵਿੱਚ ਕਮੀਆਂ ਖਾਮੀਆਂ ਕੱਢਣੀਆਂ ਹਨ। ਅਸੀਂ ਉਹਨਾਂ ਨੂੰ ਡਰੋਪ ਡਾਊਨ ਨਹੀਂ ਕਰਨਾ, ਉਹਨਾਂ ਨੂੰ ਲੈਟ ਡਾਊਨ ਨਹੀਂ ਕਰਨਾ। ਅਸੀਂ ਬੇਨਤੀ ਆ ਵੀ ਕਿਸੇ ਨੂੰ ਵੀ ਸੰਗਤ ਨੂੰ ਕੋਈ ਸ਼ਬਦ ਅੱਗੇ ਪਿੱਛੇ ਲੱਗੇ, ਉਹਨਾਂ ਨੂੰ ਸਹਿਯੋਗ ਦੇਣਾ ਹੈ, ਉਹਨਾਂ ਨੂੰ ਜ਼ਰੂਰ ਦੱਸਣਾ ਹੈ। ਸਤਿਗੁਰੂ ਸਾਹਿਬ ਜੀ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਉਹਨਾਂ ਨੂੰ ਹੋਰ ਵੀ ਵਧੀਆ ਸਹਿਯੋਗ ਮਿਲੇ। ਨਾਲ ਹੀ ਹੁਣ ਆਪ ਜੀ ਦੇ ਪਾਸ ਜਸਵਿੰਦਰ ਸਿੰਘ ਜੀ ਰਾਮਗੜ੍ਹ, ਉਹ ਦੋ ਮਿੰਟ ਵਾਸਤੇ ਸੰਗਤਾਂ ਦੇ ਨਾਲ ਵਚਨ ਸਾਂਝੇ ਕਰਨਗੇ। ਉਹਨਾਂ ਤੋਂ ਉਪਰੰਤ ਰਾਗੀ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਆਪ ਜੀ ਨੂੰ ਕੀਰਤਨ ਸਰਵਨ ਕਰਾਉਣਗੇ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕਹਿਤ ਗੋਬਿੰਦ ਕਾ ਸੁੱਚੀ ਪਈ ਰਸਨਾ, ਮਨ ਤਨ ਨਿਰਮਲ ਹੋਇਆ ਗੁਰ ਕਾ ਜਪ ਜਪਣਾ। ਗੱਜ ਕੇ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾ ਕੇ ਮਸਤਕ ਭਾਗ ਦਾ ਸੇਵਾ ਲਾਇਆ, ਤਾਂ ਕਿ ਪੂਰਨਾਜਨ ਸਾਧ ਸੰਗ ਪਾਇਆ। ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਬਚਨ ਨੇ, ਐਸੀ ਲਾਲ ਤੁਜਬਿਨ ਕੌਣ ਕਰੇ, ਗਰੀਬ ਨਵਾਜ ਗੁਸਾਈਆਂ ਮੇਰੇ ਮਾਥਾ ਛਤਰ ਤਰੇ। ਜਾ ਕੀ ਸ਼ੋਤ ਜਗਤ ਕੋ ਲਾਗਾ, ਤਾਂ ਪਰ ਤੂੰ ਹੀ ਡਰੇ, ਨੀਚ ਊਚ ਕਰੇ ਮੇਰਾ ਗੋਬਿੰਦ ਕਾਹੂ ਤਾਂ ਡਰੇ। ਨਵੀਂ ਕਮੇਟੀ ਦੇ ਪ੍ਰਬੰਧਕ ਸਾਹਿਬਾਨ ਆਏ ਨੇ, ਵਧਾਈਆਂ ਦੇ ਪਾਤਰ ਨੇ। ਮੈਨੂੰ ਮਾਣ ਹੈ ਕਿ ਭਾਈ ਸਾਹਿਬ ਜੀ, ਭਾਈ ਰਘਵੀਰ ਸਿੰਘ ਸਾਹਿਬ ਜੀ ਗੁਰਮੁਖ ਦੇ ਧਾਰਨੀ ਨੇ, ਬਾਣੀ ਅਤੇ ਬਾਣੀ ਦੇ ਧਾਰਨੀ, ਆਸ ਬੜੀ ਕਿ ਗੁਰਦਾਸਾਂ ਨੂੰ ਬੁਲੰਦੀਆਂ ਵਿੱਚ ਲੈ ਕੇ ਜਾਣਗੇ।
ਸੰਗਤਾਂ ਨੂੰ ਬੇਨਤੀ ਕਰ ਪਰ ਅਮਲੇਖ ਸਾਹਮਣੇ ਸਹਿਯੋਗ ਦੇਣਾ, ਇਮਾਰਤ ਨੂੰ ਹੋਰ ਉੱਚਾ ਕਰਨਾ, ਸੰਗਤਾਂ ਨੂੰ ਨਾਲ ਜੋੜਨਾ, ਆਪਣੇ ਖਾਸ ਕਰਕੇ ਬੱਚਿਆਂ ਨੂੰ ਨਾਲ ਜੋੜਨਾ। ਸਾਡੀ ਆਉਣ ਵਾਲੀ ਪਨੀਰੀ ਗੁਰਦੁਆਰੇ ਵਿੱਚ ਨਹੀਂ ਆ ਰਹੀ, ਸੰਗਤ ਦੀ ਸੋਚਣ ਵਾਲੀ ਗੱਲ ਏ। ਆਪਾਂ ਉਹਨੂੰ ਲੈ ਕੇ ਗੁਰਮੁਖੀ ਪੜ੍ਹਾਈਏ ਔਰ ਨਾਲ ਜੋੜੀਏ ਔਰ ਇਸ ਇਹੋ ਜਿਹਾ ਸਿਲੇਬਸ ਰੱਖੀਏ ਕਿ ਹਰ ਸਾਲ ਦੀ ਤਰ੍ਹਾਂ ਆਪਾਂ ਬਿਲਕੁਲ ਉਹਨੇ ਕਾਸਾ ਬਣਾ ਕੇ ਉਹਨਾਂ ਦੇ ਟੈਸਟ ਲਈਏ, ਪੰਜਾਬੀ ਵਿੱਚ ਅੱਗੇ ਆਉਣ, ਗੁਰਸਿੱਖੀ ਪੰਥ ਵਿੱਚ ਵਾਧਾ ਹੋਵੇ। ਸਾਡੇ ਬੜੇ ਕਰਮ ਚੰਗੇ ਨੇ ਕਿ ਸਾਨੂੰ ਪ੍ਰਬੰਧਕ ਚੰਗੇ ਹੋਣ ਅਤੇ ਕੰਮ ਚੰਗੇ, ਜਿਹੜੇ ਸਕੂਲ ਦਾ ਟੀਚਰ ਚੰਗਾ ਉਹਦੇ ਬੱਚੇ ਵੀ ਹੁਸ਼ਿਆਰ ਹੋਣਗੇ, ਜੇ ਟੀਚਰ ਮਾੜਾ ਤਾਂ ਬੱਚੇ ਵੀ ਨਲਾਇਕ ਹੋਣਗੇ। ਮੇਰੀ ਇਹ ਬੇਨਤੀ ਕਿ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਲੈ ਕੇ ਆਓ, ਆਪਾਂ ਕਲਾਸਾਂ ਸ਼ੁਰੂ ਕਰਾਂਗੇ, ਜਿਸ ਤਰ੍ਹਾਂ ਕਿ ਅਸੀਂ ਇਟਾਲੀਆ ਦੇ ਵਿੱਚ ਵੀ ਗੁਰਬਾਣੀ ਕੰਠਕ ਮੁਕਾਬਲੇ ਕਰਾਉਂਦੇ ਸੀ, ਜਿਸ ਤਰ੍ਹਾਂ ਸਕੂਲਾਂ ਦੇ ਵਿੱਚ ਕਰਾਉਂਦੇ ਨੇ ਕਿ ਇੱਕ ਕਲਾਸ ਦਾ ਇੱਕ ਗਰੁੱਪ ਦਾ ਇੱਕ ਨੂੰ ਤਿੰਨ ਫਸਟ ਸੈਕਿੰਡ ਥਰਡ ਕੱਢੇ ਜਿਹਦੇ ਕੀਤੇ ਜਾਂਦੇ ਨੇ। ਇਸ ਤਰ੍ਹਾਂ 8 ਤੋਂ 11, 11 ਤੋਂ 15, 15 ਤੋਂ 20 ਤੱਕ 20 ਸਾਲ ਬੱਚਿਆਂ ਤੱਕ ਆਪਾਂ ਇਹ ਕਾਰਜ ਕਰਾਂਗੇ। ਆਉਣ ਵਾਲੇ ਟਾਈਮ 'ਤੇ ਗੁਰੂ ਸਾਹਿਬ ਕਿਰਪਾ ਕਰੇ, ਆਸ ਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਿਹਨੇ ਜੂੜਾ ਰੱਖਿਆ ਔਰ ਸਿੱਖੀ ਵਿੱਚ ਆਏਗਾ, ਜਿਹੜਾ ਊੜਾ ਪੜ੍ਹਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਪਾਠ ਕਰੇਗਾ ਹੀ ਕਰੇਗਾ। ਇਹ ਸਤਿਗੁਰੂ ਸਾਡੇ 'ਤੇ ਬਖਸ਼ਿਸ਼ ਕਰੇ। ਜਿਹੜੀ ਸੁੱਚੀ ਨਾ ਨਵੀਂ ਕਮੇਟੀ ਆਈ ਏ, ਸਤਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਦਾਤ ਬਖਸ਼ੇ, ਦਿਨ ਦੁੱਗਣੀ ਰਾਤ ਚੌਗਣੀ ਬੁਲੰਦੀਆਂ 'ਤੇ ਲੈ ਕੇ ਜਾਵੇ। ਹੁਣ ਸਾਡੇ ਕੋਲ ਰਾਗੀ ਸਾਹਿਬਾਨ ਭਾਈ ਹਰਜੀਤ ਸਿੰਘ ਦੀ ਕੀਰਤਨੀ ਜਥਾ ਬੜਾ ਉੱਚੀ ਸੁਰ ਵਿੱਚ ਗਾਉਂਦੇ ਨੇ, ਆਪਾਂ ਸੰਗਤ ਦੀ ਸੁਣ ਕੇ ਜਾਣਾ। ਤਕਰੀਬਨ 1.5 ਘੰਟਾ ਸਮਾਂ, 1 ਵਜੇ ਸਾਰੀ ਸਮਾਪਤੀ ਹੋ ਜਾਣੀ ਹੈ, ਆਪਾਂ ਚਲੇ ਨਾ ਜਾਈਏ, ਸੁਣ ਕੇ ਜਾਣਾ। ਆਪਾਂ ਇਹਨਾਂ ਨੂੰ ਸਹੀ ਸੁਣਨਾ ਹੈ ਔਰ ਜਿਹੜੀਆਂ ਸੰਗਤਾਂ ਸਭ ਨੂੰ ਜੀ ਆਇਆਂ ਨੂੰ ਬੁਲਾਈਏ। ਫਤਿਹ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਜਿਵੇਂ ਕਿ ਭਾਈ ਹਰਜੀਤ ਸਿੰਘ ਹੁਣਾਂ ਦਾ ਟਾਈਮ ਥੋੜ੍ਹਾ ਜਿਹਾ ਸੰਕੋਚਿਆ ਗਿਆ, ਪਰ ਮੈਂ ਇਹਨਾਂ ਅੱਗੇ ਇਹ ਬੇਨਤੀ ਕਰਾਂਗੇ ਅਤੇ ਖੁੱਲ੍ਹੇ ਦਿਲ ਨਾਲ ਕੀਰਤਨ ਕਰਨ। ਸੋ 12:15 ਵਜੇ ਤੱਕ ਜਿੰਨਾ ਇਹਨਾਂ ਦਾ ਮਨ ਜੀ ਕਰੇ ਇਹਨਾਂ ਦਾ, ਉਨਾ ਟਾਈਮ ਲਾਉਣਗੇ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਾਰੀਆਂ ਮਾਤਾਵਾਂ ਨੂੰ ਬੇਨਤੀ ਹੈ ਕਿ ਚੁੱਪ ਦਾ ਦਾਨ ਬਖਸ਼ੋ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ। ਹਾਲੇ ਮੈਂ ਪੂਰੀ ਤਰ੍ਹਾਂ ਗੱਜ ਨਹੀਂ ਸਕਦਾ ਕਿਉਂਕਿ ਹਾਲੇ ਗਲੇ ਦੀ ਪ੍ਰੋਬਲਮ ਹੈ, ਅਤੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਵੀਂ ਕਮੇਟੀ ਨੂੰ ਮੁਬਾਰਕਾਂ ਨੇ ਅੱਜ ਦੇ ਦਿਨ 'ਤੇ, ਕੋਈ ਗੱਲ ਨਹੀਂ, ਹੋਰ ਵੀ ਕਿਸੇ ਨੇ ਸਪੀਚ ਕਰਨੀ ਕਰ ਸਕਦੇ ਕਿਉਂਕਿ ਕਮੇਟੀ ਚੁਣ ਕੇ ਆਈ ਹੈ। ਸ਼ੁਕਰਾਨਾ ਕਰਨ ਵਾਸਤੇ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਨੇ। ਮੈਂ ਦਵਿੰਦਰ ਸਿੰਘ ਜੀ ਨੂੰ ਬੇਨਤੀ ਕੀਤੀ ਸੀ ਪਿਛਲੇ ਹਫ਼ਤੇ ਵੀ ਵੀ ਮੈਂ ਕੁਝ ਵਚਨ ਕਰਨੇ ਆ ਕਮੇਟੀ ਨੇ, ਕਿਉਂਕਿ ਇਹਨਾਂ ਦੀ ਚੋਣ ਹੋ ਕੇ ਆਈ ਹੈ, ਇਹਨਾਂ ਨੇ ਸਾਰਿਆਂ ਨੇ ਇਕੱਠੇ ਬਹਿਣਾ, ਬਾਅਦ ਵਿੱਚ ਫਿਰ ਕਿੱਲਰ ਜਾਂਦੇ ਨੇ ਜਦੋਂ 2-3 ਹਫ਼ਤੇ ਹੋ ਜਾਣ, ਫਿਰ ਕਿੱਲਰ ਇਕੱਠੇ ਨਹੀਂ ਹੁੰਦੇ। ਫਿਰ ਬੇਨਤੀ ਹੈ ਕਿ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਨੇ, ਸੰਪਰਦਾ ਵਿੱਚ ਅਸੀਂ ਰਹੇ ਹਾਂ, ਬਾਬਾ ਸੋਹਣ ਸਿੰਘ ਜੀ ਰਹੇ ਨੇ, ਤੁਸੀਂ ਵੀ ਰਹੇ ਹੋ, ਤੁਹਾਨੂੰ ਪਤਾ ਵੀ ਹੈ ਵੀ ਜਦੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਂਦੇ ਆ ਉਹਦੇ ਨਾਲ ਹੀ ਆਰਤੀ ਆਰਤਾ ਹੁੰਦਾ। ਇਸ ਤਰ੍ਹਾਂ ਨਹੀਂ ਹੁੰਦਾ ਵੀ ਅਰਦਾਸ ਤੋਂ ਉਪਰੰਤ ਜਾਂ ਗੁਰੂ ਸਾਹਿਬ ਜੀ ਸੱਚਖੰਡ ਸਾਹਿਬ ਚਲੇ ਜਾਣ, ਨਾਲ ਹੀ ਆਰਤੀ ਆਰਤਾ, ਉਹਦੇ ਬਾਅਦ ਤੁਸੀਂ ਸੁੱਖ ਆਸਣ ਭਾਵੇਂ ਕਰੋ, ਕੋਈ ਗੱਲ ਨਹੀਂ, ਗੁਰੂ ਸਾਹਿਬ ਜੀ ਦੁਬਾਰਾ ਸੱਚਖੰਡ ਸਾਹਿਬ 'ਚੋਂ ਆ ਜਾਣ। ਬਾਅਦ 'ਚ ਸਪੀਚਾਂ ਹੁਣ ਜਦੋਂ ਸ਼ਹੀਦੀ ਦਿਹਾੜਾ ਸੀਗਾ ਗੁਰੂ ਅਰਜਨ ਸਾਹਿਬ ਜੀ ਦਾ, ਮੈਨੂੰ ਉਮੀਦ ਹੈ ਤੁਹਾਡੇ 'ਤੇ ਤੁਸੀਂ ਇਹ ਗਾਂ ਵਾਸਤੇ ਕਰੋਗੇ। ਮੈਂ ਬੇਨਤੀ ਕੀਤੀ ਸੀ ਗੁਰਮੁਖਾਂ ਨੂੰ ਵੀ ਸ਼ਹੀਦੀ ਗੁਰੂ ਅਰਜਨ ਸਾਹਿਬ ਜੀ ਤੋਂ ਸ਼ੁਰੂ ਹੋ ਜਾਂਦੀ ਹੈ, ਬੜੀ ਲਸਾਨੀ ਸ਼ਹੀਦੀ ਹੈ, ਥੱਤਾ ਰੇਤਾ ਸਿਰ ਸੀਸ 'ਚ ਪਾਉਣਾ, ਸਾਹਿਬਾਂ ਨੂੰ ਤੱਤੀ ਲੋਹ 'ਤੇ ਬਿਠਾਉਣਾ, ਦੇਹ ਵਿੱਚ ਉਬਾਲਿਆ ਜਾਣਾ, ਜ਼ਾਲਮਾਂ ਨੇ ਜ਼ੁਲਮ ਕਰੀ ਜਾਣਾ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਬਲੀਦਾਨ ਹੋਣਾ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ, ਕੋਹ ਕੋਹ ਕੇ ਸ਼ਹੀਦ ਕਰਨਾ,
ਇਹਨਾਂ ਦਿਨਾਂ ਦੇ ਵਿੱਚ ਜਿਸ ਦਿਨ ਤੁਸੀਂ ਨਿਸ਼ਚਿਤ ਕਰਦੇ ਹੋ ਭੋਗ ਦਾ ਦਿਨ, ਉਸ ਦਿਨ ਆਪਣੇ ਆਪ ਨੂੰ ਬਿਲਕੁਲ ਪੀਸਫੁੱਲੀ 'ਚ ਲਿਆ ਕੇ ਉਹ ਆਪਣੀਆਂ ਅੱਖਾਂ ਗਾੜੀ ਉਹ ਨਕਸ਼ੇ ਨੂੰ ਲੈ ਕੇ ਆਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਵੇਂ ਬੈਠੇ ਨੇ ਤੱਤੀ ਲੋਹ 'ਤੇ, ਤਨ 'ਤੇ ਵਸਤਰ ਕੋਈ ਨਹੀਂ ਹੈ, ਸੀਸ ਵਿੱਚ ਰੇਤਾ ਪਾਇਆ ਜਾ ਰਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਿੰਜਰੇ 'ਚ ਬੰਦ ਨੇ, ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ, ਸਾਹਿਬਜ਼ਾਦਿਆਂ ਨੂੰ ਕਿਵੇਂ ਨੀਹਾਂ ਵਿੱਚ ਚਿਣਿਆ ਜਾ ਰਿਹਾ, ਇਹ ਸ਼ਹੀਦੀ ਹੁਰਮਾਂ 'ਤੇ ਪਿਆਰਿਓ, ਕੁਝ ਤਾਂ ਕੁਝ ਆਪਾਂ ਉਹਨਾਂ ਦਿਨਾਂ ਦੇ ਵਿੱਚ ਸਪੀਚਾਂ ਦਾ ਸੰਕੋਚ ਜ਼ਰੂਰ ਕਰਨਾ, ਇਹ ਮੈਂ ਤੁਹਾਡੇ ਕੋਲ ਉਮੀਦ ਚਾਹੁੰਦਾ। ਜੇ ਤੁਸੀਂ ਬਾਬਾ ਸੰਘ ਤੋਂ ਇਹ ਮੈਸੇਜ ਆਵਾਜ਼ੇ ਕੌਮ ਰਾਹੀਂ ਟੀ ਵੀ ਰਾਹੀਂ ਇਹ ਦੁਨੀਆ ਭਰ ਵਿੱਚ ਪਹੁੰਚੇ ਤਾਂ ਸਾਰੇ ਗੁਰੂ ਘਰਾਂ ਨੂੰ ਬੇਨਤੀ ਕਿ ਭਾਈ ਇਹਨਾਂ ਦਿਨਾਂ 'ਤੇ ਜ਼ਰੂਰ ਸੰਕੋਚ ਕਰੋ, ਕਿਉਂਕਿ ਜਦੋਂ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਨਾਲ ਬਿਲਕੁਲ ਹੀ ਆਰਤੀ ਵਿੱਚ ਜੁੜ ਜਾਵਾਂਗੇ, ਫਿਰ ਨਾਲ ਹੀ ਆਨੰਦ ਸਾਹਿਬ ਦਾ ਪਾਠ, ਨਾਲ ਹੀ ਅਰਦਾਸ ਹੋ ਜਾਵੇ, ਫਿਰ ਬਾਅਦ ਵਿੱਚ ਦੀਵਾਨ ਸੱਜ ਜਾਵੇ, ਬਾਅਦ 'ਚ ਦੀਵਾਨ ਸੱਜ ਜਾਵੇ, ਸਪੀਚਾਂ ਹੋਣ। ਪਰ ਸੰਗਤ ਨੂੰ ਬੇਨਤੀ ਹੈ, ਆਰਤੀ ਦਾ ਮਤਲਬ ਵੀ ਇਹ ਹੈ, ਤਿੰਨ ਰੋਜ਼ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਤਖ਼ਤ 'ਤੇ ਬੈਠੇ ਨੇ, ਪਤਾ ਨਹੀਂ ਕਿੰਨੀਆਂ ਕੁ ਗਲਤੀਆਂ ਹੁੰਦੀਆਂ ਨੇ ਸਾਡੇ ਕੋਲ, ਕੋਈ ਬੰਦਾ ਮੰਨੇ ਨਾ ਤਾਂ ਫਿਰ ਪਤਾ ਕੀ ਕਹੀਦਾ, ਤੇਰੀ ਮੈਂ ਆਰਤੀ ਉਤਾਰਾਂ ਫਿਰ ਮੰਨੇਗਾ ਤੂੰ, ਜੇ ਤੇਰੀ ਮੈਂ ਆਰਤੀ ਉਤਾਰਾਂ ਉੱਥੇ ਮੰਨ ਜਾਵੇਗਾ ਨਾ, ਫਿਰ ਦੱਸ। ਆਰਤੀ ਦਾ ਮਤਲਬ ਹੈ ਸਾਡੇ ਕੋਲ ਪਤਾ ਨਹੀਂ ਕਿੰਨੀਆਂ ਕੁ ਭੁੱਲਾਂ ਹੋ ਜਾਂਦੀਆਂ, ਕਿੰਨੀਆਂ ਕੁ ਗਲਤੀਆਂ ਹੁੰਦੀਆਂ, ਫਿਰ ਆਪਾਂ ਆਰਤੀ ਕਰਕੇ ਗੁਰੂ ਸਾਹਿਬ ਦੇ ਕੋਲੋਂ ਖਿਣਵਾ ਜਾਚਨਾ ਕਰਦੇ, ਮਹਾਰਾਜ ਜੀ ਬਖਸ਼ ਲਿਓ, ਸਾਰੇ ਰਲ ਕੇ ਆਪਾਂ ਆਰਤੀ ਕਰਦੇ ਹਾਂ, ਇੱਥੇ ਤਾਂ ਆਪਾਂ ਬੈਠ ਕੇ ਕਰਦੇ ਹਾਂ, ਕਈ ਸੰਪਰਦਾਵਾਂ ਵਿੱਚ ਖੜਿਆ ਹੋ ਕੇ ਆਰਤੀ ਕੀਤੀ ਜਾਂਦੀ ਕਿ ਮਹਾਰਾਜ ਜੀ ਕਿਰਪਾ ਕਰ ਦਿਓ, ਬਖਸ਼ਿਸ਼ ਕਰ ਦਿਓ, ਸਭ ਦੀਆਂ ਝੋਲੀਆਂ ਭਰ ਕੇ ਭੇਜਿਓ। ਜਦੋਂ ਫਿਰ ਆਪਾਂ ਟੁੱਟ ਜਾਂਦੇ ਨਾ, ਫਿਰ ਜੁੜਨਾ ਬੜਾ ਔਖਾ ਹੋ ਜਾਂਦਾ, ਮੇਰੇ ਵਾਸਤੇ ਤਾਂ ਔਖਾ, ਤੁਹਾਡੇ ਵਾਸਤੇ ਤਾਂ ਪਤਾ ਨਹੀਂ ਮੈਨੂੰ, ਇਹ ਆਪਣੇ ਸੁਭਾਅ ਨੂੰ ਅਤੇ ਆਪਣੇ ਸਿਸਟਮ ਨੂੰ ਚੇਂਜ ਕਰੋ ਥੋੜ੍ਹਾ ਜਿਹਾ। ਆਪਾਂ ਕਹਿ ਦਿੰਦੇ ਕਿ ਪੰਜਾਬ ਦੇ ਵਿੱਚ ਬੇਦਬੀਆਂ ਹੋ ਰਹੀਆਂ, ਬੇਦਬੀਆਂ ਇੱਥੇ ਵੀ ਬੜੀਆਂ ਹੋ ਰਹੀਆਂ, ਕੀ ਕਰੀਏ, ਕੋਈ ਬੇਦਬੀ ਅੰਗ ਪਾੜ ਕੇ ਕਰਦਾ ਅਤੇ ਕਈ ਬੇਦਬੀਆਂ ਅਸੀਂ ਕਰੀ ਜਾਂਦੇ, ਕਿੱਧਰ ਜਾਵਾਂਗੇ ਦੱਸੋ। ਨਸ਼ਿਆਂ ਦੀ ਗੱਲ ਕਰਦੇ ਹਾਂ, ਜਿਵੇਂ ਮੇਰੇ ਵੀਰ ਰਘਵੀਰ ਸਿੰਘ ਜੀ ਨੇ ਹੁਣੇ ਦੱਸਿਆ ਕਿ ਮੈਂ ਕੱਲ੍ਹ ਪਰਸੋਂ ਲਾਈਵ ਹੋਇਆ ਸੀ, ਮੈਂ ਇੱਕੋ ਗੱਲ ਕਹੀ ਵੀ ਭਾਈ ਵੱਢੀ ਜਾਓ, ਟੁੱਕੀ ਜਾਓ, ਨਸ਼ਾ ਵੇਚਣ ਵਾਲਾ ਵੇਖੀ ਜਾਊਗੀ, ਜਦੋਂ ਤੁਸੀਂ ਵੱਢੋਗੇ ਟੁੱਕੋਗੇ ਨਾ, ਆਪੇ ਨਸ਼ੇ ਵੇਚਣ ਵਾਲੇ ਬੰਦ ਹੋ ਜਾਣਗੇ। ਅਤੇ ਬਠਿੰਡੇ ਦੀਆਂ ਬੀਬੀਆਂ ਨੇ, ਉਹਦੇ ਲਾਗੇ ਇੱਕ ਨਗਰ ਆ, ਉਹਨੇ ਆਪਣੇ ਪਿੰਡ ਦਾ ਹੀ ਬੰਦਾ ਵੜਤਾ, ਮੁੰਡਾ ਵੜਤਾ ਫੜ ਕੇ, ਉਹ ਨਸ਼ਾ ਵਿੱਚ ਉਹਨੂੰ ਛੱਡਦਾ ਨਹੀਂ ਸੀਗਾ, ਉਹ ਕਹਿੰਦੀ ਜਿੱਥੇ ਸਜ਼ਾ ਦੇਣੀ ਦੇ ਦਿਓ, ਸਾਡੇ ਤਾਂ 300-400 ਮੁੰਡਾ ਇਹਨਾਂ ਨੇ ਖਰਾਬ ਕਰ ਦਿੱਤਾ। ਜਦੋਂ ਲੋਕ ਜਾਗਣਗੇ, ਜਦੋਂ ਵੱਢਣਗੇ ਟੁੱਕਣਗੇ ਨਾ ਲੋਕਾਂ ਦੇ ਅੰਗਾਂ ਪੈਰਾਂ 'ਤੇ ਗੰਡਾਸੇ ਵੱਜਣਗੇ, ਆਪੇ ਪਤਾ ਲੱਗੂਗਾ ਵੀ ਕਿਵੇਂ ਮਾਰ ਹੁੰਦੀ ਹੈ ਜਦੋਂ ਉਹਦਾ ਪੁੱਤ ਮਰਦਾ। ਧੀਆਂ ਵੀ ਨਸ਼ੇ ਕਰ ਰਹੀਆਂ, ਭੈਣਾਂ ਵੀ ਕਰ ਰਹੀਆਂ। ਸੋ ਇਸ ਕਰਕੇ ਬੇਨਤੀ ਹੈ ਕਿ ਅੱਤਿਆਚਾਰ ਤਾਂ ਪੰਜਾਬ 'ਤੇ ਬਹੁਤ ਹੋ ਰਿਹਾ, ਪਰ ਅਸੀਂ ਗੁਰੂ ਸਾਹਿਬਾਂ ਦੇ ਕੋਲ ਅਰਦਾਸ ਕਰਨੀ, ਮਹਾਰਾਜ ਜੀ ਸਾਨੂੰ ਮਰਯਾਦਾ ਦਿਓ, ਅਸੀਂ ਮਰਯਾਦਾ ਪੁਰਸ਼ੋਤਮ ਬਣ ਜਾਈਏ। ਮੈਂ ਤਾਂ ਬੇਨਤੀ ਕਰਨੀ ਸੀ ਕਿ ਨਵੀਂ ਕਮੇਟੀ ਚੁਣ ਕੇ ਆਈ ਹੈ, ਇਹ ਗੁਰੂ ਕੇ ਪਿਆਰੇ ਇਸ ਮਰਯਾਦਾ ਨੂੰ ਜ਼ਰੂਰ ਧਿਆਨ ਦੇ ਕੇ ਗਾਂ ਚਲਾਉਣ, ਵੀ ਉਸੇ ਵਕਤ ਹੀ ਆਰਤੀ ਆਰਤਾ ਹੋਵੇ, ਨਾਲ ਹੀ ਫਿਰ ਅਰਦਾਸ ਹੋ ਕੇ ਗੁਰੂ ਸਾਹਿਬ ਜੀ ਸੱਚਖੰਡ ਜਾਣ, ਭਾਵੇਂ ਸਾਡਾ ਟਾਈਮ ਉਹਦੇ ਵਿੱਚ ਘੱਟ ਜਾਵੇ, ਕੋਈ ਗੱਲ ਨਹੀਂ, ਆਰਤੀ ਦਾ ਜਿਹੜਾ ਕੇਵਲ ਆਰਤੀ ਅਤੇ ਨਾਲ ਹੀ ਆਨੰਦ ਸਾਹਿਬ, ਨਾਲ ਫਿਰ ਗੁਰੂ ਸਾਹਿਬ ਦੀ ਅਰਦਾਸ, ਸਤਿਗੁਰੂ ਜੀ ਸੱਚਖੰਡ ਜਾਣ, ਫਿਰ ਦੁਬਾਰਾ ਕੀਰਤਨ ਆਰੰਭ ਹੋ ਜਾਵੇ। ਭਾਈ ਜੀ ਕਿਹੜਾ ਹੋਰ ਕੋਈ ਐਤਵਾਰ ਵਾਲੇ ਦਿਨ ਕੰਮ ਕਰਨਾ, ਇਹ ਤਾਂ ਕੰਮ ਹੈ, ਆਪਾਂ 5-6 ਦਿਨ ਕੰਮ ਕਰਦੇ ਹਾਂ, ਅਤੇ ਜੇ ਇੱਕ ਦਿਨ ਸਾਰਾ ਦਿਨ ਬਹਿ ਜਾਵਾਂਗੇ ਗੁਰੂ ਕੋਲੋਂ, ਅਤੇ ਕੋਈ ਭਾਈ ਘੱਟ ਨਹੀਂ ਚੱਲਿਆ, ਵਾਧਾ ਹੀ ਵਾਧਾ ਹੈਗਾ ਜੀ, ਕਿ ਆਖੋ ਸਤਨਾਮ, ਵਾਧਾ ਹੀ ਵਾਧਾ, ਨਿਤ ਲੈ ਲਾਹਾ ਮਨ ਹੱਸ ਜੀ, ਜਿੰਨਾ ਟਾਈਮ ਓਵਰ ਟਾਈਮ ਮਿਲਦਾ ਨਾ ਅਤੇ ਖੁਸ਼ ਹੁੰਦੇ ਕਿ ਪੈਸੇ ਵੱਧ ਗਏ, ਇੰਨਾ ਟਾਈਮ ਇੱਥੇ ਸਮਝੋ ਕਿ ਸਾਡਾ ਓਵਰ ਟਾਈਮ ਗੁਰੂ ਦੀ ਗੋਦ ਵਿੱਚ ਲੱਗ ਜਾਵੇ, ਪਤਾ ਨਹੀਂ ਕੀ ਵਧਾ ਦੇਵੇਗਾ, ਸਾਨੂੰ ਪਤਾ ਹੀ ਨਹੀਂ ਲੱਗਣਾ, ਕੰਮ ਖਰਾਬ ਹੁੰਦੇ ਹੋਣਗੇ, ਸਭ ਚੱਜ ਦੇ ਕੰਮ ਹੋ ਜਾਣਗੇ, ਸਭ ਚੜ੍ਹਦੀ ਕਲਾ 'ਚ ਕੰਮ ਠੀਕ ਹੋ ਜਾਣਗੇ। ਸੋ ਮੇਰੀ ਬੇਨਤੀ ਹੈ ਕਿ ਭਾਈ
ਸ਼ਹੀਦੀ ਦਿਹਾੜਾ, ਗੁਰੂ ਅਰਜਨ ਸਾਹਿਬ ਜੀ ਦਾ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਅਤੇ ਮਾਤਾ ਗੁਜਰ ਕੌਰ ਜੀ ਕਿਵੇਂ ਠੰਡੇ ਬੁਰਜ ਤੋਂ ਸ਼ਹੀਦ ਹੁੰਦੇ ਨੇ, ਇਹਨਾਂ ਨਕਸ਼ਿਆਂ ਨੂੰ ਆਪਣੇ ਅੱਖਾਂ ਗਾੜੀ ਲੈ ਕੇ ਆਇਓ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੇਰੇ ਵੀਰ ਬੜੇ ਚੜ੍ਹਦੀ ਕਲਾ 'ਚ ਨੇ, ਰਘਵੀਰ ਸਿੰਘ ਜੀ, ਵੀਰਾ ਵੀਰ ਜੀ, ਜਿਨ੍ਹਾਂ 'ਤੇ ਸਤਿਗੁਰ ਦੀ ਕਿਰਪਾ ਹੈ, ਚੜ੍ਹਦੀ ਕਲਾ ਵਿੱਚ ਪ੍ਰਬੰਧ ਨੂੰ ਇਹ ਲੈ ਕੇ ਜਾਣਗੇ, ਜਿਵੇਂ ਮਨਵੀਰ ਸਿੰਘ ਹੋਣਾ ਨੇ ਸੱਚਖੰਡ ਸਾਹਿਬ ਦੀ ਸੇਵਾ ਕੀਤੀ, ਤਿਵੇਂ ਕੋਈ ਨਵੀਂ ਰੰਗਤ ਲੈ ਕੇ ਆਉਣ, ਅਤੇ ਸਾਡਾ ਵੀ ਸਾਥ ਹੋਵੇਗਾ। ਇਹ ਨਹੀਂ ਕਿ ਅਸੀਂ ਇਕੱਲੇ ਵਾਜੇ ਵਜਾਉਣੇ ਸਿੱਖੇ ਆ, ਇੱਥੇ ਮੈਂ ਵਾਜੇ ਇੱਥੇ ਆ ਕੇ ਵੀ ਪੰਜਾਬ ਥੋੜ੍ਹੇ ਮੈਂ ਵਾਜੇ ਵਜਾਉਣਾ, ਪੰਜਾਬ ਵਿੱਚ ਮੇਰੀ ਸੇਵਾਵਾਂ ਹੀ ਚੱਲਦੀਆਂ ਰਹਿੰਦੀਆਂ ਨੇ, ਸੋ ਇੱਥੇ ਵਾਜੇ ਇੱਥੇ ਵੱਜਣੇ ਨੇ, ਤੁਹਾਡੀਆਂ ਸੇਵਾਵਾਂ ਨਾਲ ਉੱਥੇ ਸਾਰੇ ਕਾਰਜ ਹੁੰਦੇ ਨੇ। ਬੇਨਤੀ ਹੈ ਤੁਹਾਨੂੰ ਕਿ ਗੁਰੂ ਪਿਆਰਿਓ, ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ 7 ਤਰੀਕ ਨੂੰ ਵਿਆਹ ਪੁਰਬ ਵੀ ਆ, ਆਪਾਂ ਬਾਬਾ ਸੰਘ ਵਿਖੇ ਮਨਾ ਰਹੇ ਹਾਂ। ਸਾਰੀਆਂ ਮਾਤਾਵਾਂ ਭੈਣਾਂ ਨੂੰ ਬੇਨਤੀ ਕਿ ਤੁਸੀਂ ਵੀ ਢੋਲਕੀਆਂ ਛਾਣੇ ਲੈ ਕੇ ਆਓ, ਉਹਦੇ ਨਾਲ ਆ ਕੇ ਗੁਰੂ ਅਰਜਨ ਸੱਚੇ ਪਾਤਸ਼ਾਹ ਮਹਾਰਾਜ ਦਾ ਵਿਆਹ ਪੁਰਬ ਤੁਸੀਂ ਸਾਰਿਆਂ ਨੇ ਸ਼ਨੀਵਾਰ ਨੂੰ 7 ਤਰੀਕ ਨੂੰ ਮਨਾਉਣਾ। ਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਆਓ ਹੁਣ ਸਾਰੇ ਜਾਣੇ ਰਲ ਕੇ ਆਰਤੀ ਕਰੀਏ, ਕਿਉਂਕਿ ਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਮਨ ਸਾਡਾ ਜੁੜ ਜਾਵੇ, ਕਿਉਂਕਿ ਆਰਤੀ ਨਾਲ ਹੀ ਹੋਵੇ, ਫਿਰ ਵੇਖਿਓ ਦਰਗਾਹ ਹੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ। ਗੁਰੂ ਕਿਰਪਾ ਕਰ ਦੇਵੇ, ਗੁਰੂ ਬਖਸ਼ਿਸ਼ ਕਰ ਦੇਵੇ। ਧਨਾਸਰੀ ਮਹੱਲਾ ਪਹਿਲਾ, ਆਰਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ, ਗਗਨ ਮੈਂ ਤਾਰ ਰਵ ਚੰਦ ਦੀਪਕ ਤਾਰਕਾ ਮੰਡਲ ਜਨਕ ਮੋਤੀ, ਧੂਪ ਮਲ ਆਣ ਬਣ ਚਵਰੋ ਸਗਲ ਬਣ ਰਾਏ ਪੁਲੰਤ ਜੋਤੀ, ਕੈਸੀ ਆਰਤੀ ਹੋਏ ਭਾਵ ਖੰਡਣਾ ਤੇਰੀ ਯਾਰ, ਅਨਹਤ ਸ਼ਬਦ ਵਜੰਤ ਤੇਰੀ ਰਹੋ, ਸਭ ਨੈਣ ਨਨ ਨੈਣ ਹੈ ਤੋਹੇ ਗੋ, ਸਹਿ ਸਮੂਰਤ ਨਨਾ ਏਕ ਤੋਰੀ, ਸਹਿਸ ਪਦ ਬਿਮਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ, ਸਭ ਮੈਂ ਜੋ ਜੋ ਲੈ ਸੋ ਤਿਸੇ ਚਾਨਣ, ਸਭ ਮੈਂ ਚਾਨਣ ਹੋ, ਗੁਰ ਸਾਖੀ ਜੋਤ ਪ੍ਰਗਟ ਹੋ, ਜੋਤਿਸ ਪਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰੰਦ ਲੋਭਤਮ, ਅਨਜਨ ਮੋਹੇ ਆਹੀ ਪਿਆ, ਕਿਰਪਾ ਜਲ ਦੇ ਨਾਨਕ ਸਰ, ਹੋਏ ਜਾਤੇ ਤੇਰੇ ਨਾਮ ਬਾਸਾ, ਨਾਮ ਤੇ ਦੁਆਰੇ ਮਜਨ ਮਰਾਰੇ, ਹਰ ਕੇ ਨਾਮ ਸਗਲ ਪਸਾਰ, ਨਾਮ ਤੇਰੋ ਆਸਨੋ ਨਾਮ ਤੇਰੋ ਪੁਰਸਾ, ਨਾਮ ਤੇਰੋ ਕੇਸਰੋ ਲੇ ਛਟਕਾਰੇ, ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ, ਕਸੇ ਜਪੇ ਨਾਮ ਲੈ ਤੁਝੇ ਗੁਜਾਰੇ, ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ, ਨਾਮ ਤੇਰੋ ਤੇਜ ਲੇ ਮਾਹੇ ਪਸਾਰੇ, ਨਾਮ ਤੇਰੇ ਜੋਤ ਲਗਾਈ ਭਇਓ ਜਿਆਰ ਪਵਨ ਸਗਲਾਰੇ, ਨਾਮ ਤੇਰੋ ਧਾਗਾ ਨਾਮ ਪੂਰਵਾਰ ਪਾਰ ਠਾਰ ਸਗਲ ਜੁਠਾਰੇ, ਤੇਰੋ ਕੀਆ ਤੁਝ ਕੇ ਆਰ ਪੋਨਾਮ ਤੇਰਾ ਤੂੰ ਚਵਰ ਟੁਲਾਰੇ, 10 8 8 64 ਖਾਂ ਇਹ ਵਰਤਨ ਹੈ ਸਗਲ ਸੰਸਾਰੇ, ਕਹਿ ਰਵਿਦਾਸ ਨਾਮ ਤੇਰਾ ਸਤਨਾਮ ਹੈ ਹਰ ਭੋਗ ਤੁਹਾਰੇ, ਪਤੀ ਭਗਤ ਸਾਜ ਆਰਤੀ ਮਾਰਨ ਜਾਉ ਕਮਲਾ ਪਾਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਰਾਏ ਕੋ, ਕਮ ਦੀਆ ਨਿਰਮਲ ਪਾਤੀ ਤੂੰ ਹੀ ਨਿਰੰਜਨ ਕਮਲਾ ਪਾਤੀ, ਰਾਮ ਭਗ
ਜਗਤ ਰਾਮ ਆਨੰਦ ਜਾਣੈ ਪੂਰਨ ਪਰਮਾਨੰਦ ਭਗਵਾਨ ਮਦਨ ਮੂਰਤ ਪੈਦਾ ਰੂਪ ਬਿੰਦੇ ਸਨਪਣ ਪਜ ਪਰਮਾਨੰਦ ਸੁਣ ਸੁੰਦਿਆ ਤੇਰੀ ਦੇ ਵਜਵਾ ਕਰ ਅਦ ਪਦ ਆਦ ਸਮਾਈ ਸੇਧ ਸਮਾਧ ਤੇਰਾ ਅੰਤ ਨਹੀਂ ਪਾਇ ਲਾਗ ਰਹੇ ਸਰਨਾਈ ਸਤਿਗੁਰ ਪੂਜੋ ਪਾਈ ਕਾਣਾ ਬ੍ਰਹਮਾਨ ਗਮ ਵਿਚਾਰ ਤੇਰੋ ਅਲਖ ਨਾ ਲਖਿਆ ਜਾਈ ਤਾਤ ਤੇਲ ਹਰ ਨਾਮ ਕੀਆ ਬਾਤੀ ਦੀਪਕ ਦੇਉ ਜਿਆ ਜੋਤ ਲਾਏ ਜਗਦੀਸ ਜਗਾ ਪੂਜੈ ਪੂਜਨ ਹਾਰਾ ਪੰਜ ਸ਼ਬਦ ਅਨਾਦ ਵਾਦ ਸੰਗੇ ਸਾਰੰਗ ਬਾਣੀ ਕਬੀਰ ਦਾਸ ਤੇਰੀ ਆਰਤੀ ਕੀਨੀ ਓਂਕਾਰ ਨਿਰਵਾਨ ਗੋਪਾਲ ਤੇਰਾ ਹਾਰਤਾ ਗੋਪਾਲ ਤੇਰਾ ਜੋ ਜਨ ਤੁਮਰੀ ਭਗਤ ਕਰਦੇ ਤਿਨਕੇ ਘਰ ਸਵਾਰਤਾ ਸੀਤਾ ਸੰਤ ਕੀਓ ਹਮਰਾ ਪੁਜੇ ਕਰੇ ਸਿੱਖ ਜੀਓ ਬੜੀਆਂ ਸਾਧਨ ਨਿਕਾ ਹਨਾ ਜੂ ਸਤ ਸਿਕਾ ਕੈਸ ਮੰਗੋਲਾ ਬੇਰੀ ਕਾਜਨ ਤੁਰੀ ਚੰਗੇਰੀ ਕਰਕੀ ਦੀ ਹਮ ਚੰਗੀ ਦਰਤਨਾ ਦੇ ਮੈਂ ਮੰਗੀ ਜੀ ਗੋਪਾਲ ਤੇਰਾ ਹਾਰਤਾ ਜਿਤੇ ਆਰ ਤੇਰਾ ਹਾਰ ਸੁਰ ਪੁਕੇ ਪੰਗਣ ਕੀ ਜੈ ਜਮਾਲਾ ਆਪਣੀ ਲੈ ਜੈ ਹਉ ਮੰਗੂ ਸੰਤ ਹਰੇ ਨਾ ਮੈਂ ਨਹੀਂ ਕਿਸੇ ਕਾ ਦੇਣਾ ਮਾਧੋ ਕੈਸੇ ਬਣਿਆ ਤੁਮ ਸੰਗੇ ਆਪਣੇ ਦੇਵ ਤਲਿਓ ਹੋ ਮੰਗੇ ਦੂਸਰ ਮੰਗੂ ਚੁਨਾ ਪਾਹੋ ਕੀ ਸੁਨੂਲਾ ਅਚਰ ਮੰਗੂ ਦਾਨੇ ਮੁਖੋ ਦੋਨੋ ਮੁਕਤ ਜਵਾਲੇ ਥਾਟ ਜਪਾਈ ਸਰਾਨਾ ਅਵਰ ਬੁਲਾਈ ਉਪਰ ਕੋ ਮੰਗੂ ਕੀਦਾ ਤੇਰੀ ਭਗਤ ਕਰੇ ਜਨ ਕੀਦਾ ਮੈਂ ਨਾਹੀ ਕੀ ਤਲਬ ਹੋਏ ਕਹਿਣਾ ਤੇਰਾ ਮੈਂ ਪੰਗੂ ਕਹਿ ਕਿ ਮੇਰ ਮਨ ਮਾਲਿਆ ਮਨ ਮਾਲਿਆ ਤੋਰ ਜਨੇ ਮਧੁ ਕੈਸ ਬਣੇ ਜਲ ਕੈਸ ਬਣੇ ਤੇਰਾ ਲੋਕ ਚੰਡਕਾ ਹੋਏ ਗਏ ਸੁਖ ਤੇਰਾ ਤਾਰ ਮਾਰੇ ਮੇ ਘਰ ਕੀ ਨੇ ਸਤ ਸੋਇਆ ਜਾਂਤੇ ਪਰਸਾਲ ਪਹਿ ਮਾਮੋਲ ਦੇਵਨ ਕੇ ਤਪ ਮੈਂ ਸੁਖ ਪਾਵਾ ਜਗ ਕਰ ਇੱਕ ਵੇਦ ਪਾਣੀ ਗਏ ਜਬ ਤੇ ਤੁਮਰੇ ਤਬ ਤੇ ਕਹੂ ਤੇਰੇ ਨਹੀਂ ਮਨ ਰਾਮ ਰਹੀਮ ਪੁਰਾਨ ਪੁਰਾਨ ਸਿਮਰਤ ਸ਼ਾਸਤਰ ਵੇਦ ਸਭ ਬਹੁ ਵੇਦ ਕਹੇ ਹਮ ਏਕ ਨ ਜਾਣ ਸ੍ਰੀ ਸੁਭਾਨ ਕਿਰਪਾ ਤੋ ਮਨੀ ਕਰ ਮੈਂ ਨ ਕਹਿ ਸਭ ਤੋ ਹੈ ਬਖਨ ਬਖਨ ਜਰਾ ਸਗਲ ਦੁਆਰ ਕੋ ਸ਼ਾਟ ਕੈ ਤੁਹਾਰੋ ਦੁਆਰ ਮੈਂ ਕਹਿ ਕੀ ਲਾਜ ਅਸ ਗੋਬਿੰਦ ਦੁਆਰ ਐਸੇ ਚਨ ਮਰਤਾਪ ਦੇ ਦਰਬਣੇ ਉਹ ਪ੍ਰਤਾਪ ਤਿੰਨ ਲੋਕ ਜੈ ਜੈ ਕਰੇ ਹਰ ਨਾਮ ਸੁਜਾ ਚੱਕਰ ਚੱਕਰ ਵਰਤੀ ਚੱਕਰ ਚੱਕਰ ਪੁੱਤੇ ਸੋਲੰ ਪਕਸ ਪਕਸ ਸਰਬਦਾ ਸਰਬ ਰੂਪੇ ਦੁਕਾਲ ਪ੍ਰਣਾਸੀ ਦਿਆਲੰ ਸੁਰੂਪੇ ਸਦਾ ਅੰਗ ਸੰਗੇ ਅਭੰਗੰ ਪੁੱਤੇ ਦੁਕਾਲ ਪ੍ਰਣਾਸੀ ਦਿਆਲੰ ਸੁਰੂਪੇ ਸਦਾ
ਸਦਾ ਅੰਗ ਸੰਗ ਅਭੰਗਨ ਡਿੱਠੇ ਸਭੇਤਾ ਡਿੱਠੇ ਸਭੇਤਾ ਨਹੀਂ ਤੁਧ ਜੇ ਹਮਾਰਾ ਨਹੀਂ ਤੁਧ ਜੇ ਹਮਾਰਾ ਕਬੇ ਦਾਤੇ ਬਦੋ ਪੁਰ ਕਬੇ ਦਾਤੇ ਤੂੰ ਸੋ ਹੈ ਹਮਾਰਾ ਤਾਂ ਤੂੰ ਸੋ ਹੈ ਹਮਾਰਾ ਵਸਦੀ ਸਗਨ ਅਪਾਰ ਵਸਦੀ ਸਗਨ ਰਾਮਦਾਸ ਪੁਰ ਮਹਾਰਾਜ ਹਰ ਹਰ ਨਾਨਕ ਕਸਮਲ ਜਾਏ ਹਰ ਹਰ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ ਮਹਾਰਾਜ ਕੀਤਾ ਲੋੜੀਆ ਕੰਮ ਕੀਤਾ ਲੋੜੀਆ ਕੰਮ ਸੋ ਹਰ ਪਹਿਆ ਕੀਏ ਮਹਾਰਾਜ ਕਾਰਜ ਦੇ ਜਿਸ ਵਾਰ ਸਤਿਗੁਰ ਸੱਚ ਸਾਖੀਏ ਮਹਾਰਾਜ ਸੰਤਾ ਸੰਗਨ ਦਾਨ ਸੰਤਾ ਸੰਗਨ ਅੰਮ੍ਰਿਤ ਚਾਖੀਏ ਮਹਾਰਾਜ ਹੈ ਪੰਜਨ ਮਿਹਰਬਾਨ ਹੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਮਹਾਰਾਜ ਨਾਨਕ ਹਰ ਗੁਣ ਗਾਏ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਏ ਮਹਾਰਾਜ ਸਤਿਗੁਰੂ ਏ ਜੀ ਦਿਆਲ ਕੋਏ ਜੀ ਦਿਆਲ ਸਰਦਾ ਪੂਰੀਏ ਮਹਾਰਾਜ ਸਤਿ ਸ੍ਰੀ ਜੀ ਦਿਆਲ ਸਤਿਗੁਰੂ ਏ ਜੀ ਦਿਆਲ ਨਾ ਕਬ ਹੂੰ ਸਤਿਗੁਰ ਦੇ ਪਿਆਰੇ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਗੁਰਮੁਖਾਂ ਪਿਆਰਿਆਂ ਨੇ ਮਨਾਉਣਾ ਕੀਤਾ ਹੈ, ਭਾਈ ਬਘੇਲ ਸਿੰਘ ਜੀ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਸਥਾਪਨਾ ਦਿਵਸ ਨੂੰ ਮਨਾ ਰਹੇ ਨੇ, ਜਿੱਥੇ ਪ੍ਰਬੰਧਕ ਸਾਹਿਬਾਨਾਂ ਦੀ ਅਰਦਾਸ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਲੱਗੀ ਹੈ। ਆਪ ਸਭ ਨੇ ਰਲ ਮਿਲ ਕੇ ਅਖੰਡ ਪਾਠ ਸਾਹਿਬ ਦੇ ਜਾਪ ਕਰਵਾਏ ਨੇ। ਉੱਥੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੀ ਅਸਥਾਪਨਾ ਦਿਵਸ ਨੂੰ ਮਨਾਉਂਦੇ ਹੋਏ ਹਾਂ, ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੀ ਸ਼ਹੀਦੀ ਨੂੰ ਮਨਾਉਂਦੇ ਹਾਂ। ਸਾਧ ਸੰਗਤ ਨੇ ਹਾਜ਼ਰੀਆਂ ਭਰੀਆਂ ਨੇ, ਦਰ ਘਰ ਦੇ ਪ੍ਰੀਤਵਾਨ ਆਵਾਜ਼ੇ ਕੌਮ ਟੀ ਵੀ ਗੁਰਮੁਖਾਂ ਨੇ ਸ਼ੁਰੂ ਕੀਤਾ ਹੈ, ਸਰਦਾਰ ਰਘਵੀਰ ਸਿੰਘ ਜੀ ਨਾਲ ਹੀ ਵੀਰ ਬਘੇਲ ਸਿੰਘ ਜੀ ਕਪਤਾਨ ਸਿੰਘ ਜੀ ਸਾਰੇ ਨਾਲ ਦੇ ਸੇਵਾਦਾਰ ਨੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ,
ਇਸੇ ਤਰ੍ਹਾਂ ਜਿਵੇਂ ਇੰਟਰਨੈਟ ਰਾਹੀਂ ਫੇਸਬੁੱਕ ਰਾਹੀਂ ਸੰਗਤਾਂ ਦੂਰ ਦੁਰਾਡੇ ਤੱਕ ਵਰਲਡ ਵਾਈਜ਼ ਅੱਜ ਦਾ ਪ੍ਰੋਗਰਾਮ ਸ਼੍ਰਵਣ ਕਰ ਰਹੀਆਂ ਨੇ ਅਤੇ ਨਾਲ ਹੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਪੁਰਬ 14, 15, 16 ਸਤੰਬਰ ਨੂੰ ਹੈ। ਆਵਾਜ਼ੇ ਕੌਮ ਤੋਂ ਹੀ ਉਹਦੀ ਵੀ ਸੇਵਾ ਕੀਤੀ ਜਾਵੇਗੀ। ਬਟਾਲੇ ਦੀ ਧਰਤੀ ਤੋਂ ਪਹਿਲੀ ਗ੍ਰਿਸਤ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਹੈ, ਸਾਨੂੰ ਗ੍ਰਿਸਤ ਆਸ਼ਰਮ ਦਿੱਤਾ ਹੈ, ਗ੍ਰਿਸਤ ਮਾਰਗ ਦਿੱਤਾ ਹੈ ਬਾਬਾ ਨਾਨਕ ਜੀ ਨੇ। ਸੋ ਇਹ 3 ਦਿਨ ਦੇ ਪ੍ਰੋਗਰਾਮ ਆਵਾਜ਼ੇ ਕੌਮ ਟੀਵੀ ਤੋਂ ਵੀ ਰਿਲੇਅ ਕੀਤੇ ਜਾਣਗੇ। ਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਆਓ ਸਾਰੇ ਜਾਣੇ ਰਲ ਕੇ ਸ਼ਬਦ ਪੜ੍ਹੀਏ। ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ, ਸਾਰੇ ਜਾਣੇ ਮੇਰੇ ਨਾਲ ਰਲ ਕੇ ਪੜ੍ਹਨਾ ਕਰੋ। ਗੁਰੂ ਜੀ ਕਿਰਪਾ ਕਰ ਦੇਣ। ਸੇਵਾ
ਵੱਡੇ ਪਾਵਨ ਬੇਟੇ ਗੁਰਦੇਵਾ, ਕੋਟ ਪਰਾਤ ਮਿਟੇ ਹਰ ਸੇਵਾ, ਕਿਰਪਾ ਕਰ ਦੇਵੇ, ਬਖਸ਼ਿਸ਼ ਕਰ ਦੇਵੇ, ਸਤ ਸੰਗਤ ਪ੍ਰਾਪਤ ਹੋ ਜਾਵੇ। ਤੇ ਵੱਡਿਆਂ ਭਾਗਾਂ ਵਾਲੇ ਆ ਜਿਨ੍ਹਾਂ ਨੂੰ ਗੁਰੂ ਦੀ ਸ਼ਰਨ ਮਿਲੀ ਹੈ, ਗੁਰੂ ਦੇ ਚਰਨਾਂ ਵਿੱਚ ਬਹਿਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ, ਤੇ ਕਰੋੜਾਂ ਪਾਪ ਸਾਡੇ ਅਪਰਾਧ ਜਿਹੜੇ ਗੁਰੂ ਮਿਟਾ ਦਿੰਦਾ, ਬਖਸ਼ ਲੈਂਦਾ, ਸਾਰੇ ਕਿਰਪਾ ਕਰਕੇ ਪੜ੍ਹਨਾ ਕਰੋ, ਕੋਈ ਰਸਨਾ ਵਾਂਝੀ ਨਾ ਰਹੇ। ਵੱਡੇ ਪਾਗ ਪੇਟੇ ਗੁਰਦੇਵਾ, ਕੋਟ ਪਰਾਤ ਮਿਟੇ ਹਰ ਸੇਵਾ, ਵੱਡੇ ਪਾਗ ਪੇਟੇ ਗੁਰਦੇਵਾ, ਕੋਟ ਪਰਾਤ ਮਿਟੇ ਹਰ ਸੇਵਾ, ਬੰਦਨਾ ਬੰਦਨਾ ਹਰ ਬੰਦਨਾ, ਚਰਨ ਕਮਲ ਜਾਂ ਕਾ ਮਨ ਰਾਪੈ, ਸੋ ਅਗਨ ਜਿਸ ਜਨ ਨਾ ਬਿਆਪੈ, ਚਰਨ ਕਮਲ ਜਾਂ ਕਾ ਮਨ ਰਾਪੈ, ਸੋ ਅਗਨ ਜਿਸ ਜਨ ਨਾ ਬਿਆਪੈ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਵਾਰ ਰੰਗੇ, ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ, ਬੰਦਨਾ ਬੰਦਨਾ ਹਰ ਬੰਦਨਾ, ਗੁਣ ਗਾਵ ਗੋਪਾਲ ਰਾਏ, ਬੰਦਨਾ ਬੰਦਨਾ ਹਰ ਬੰਦਨਾ, ਗੁਣ ਗਾਵ ਗੋਪਾਲ ਰਾਏ।
ਅਗਨ ਪ੍ਰਭ ਆਪ ਬੁਝਾਈ ਨਾਨਕ ਉਹਦੇ ਪ੍ਰਭ ਸ਼ਰਨਾਈ ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ ਨਾਨਕ ਉਹਦੇ ਪ੍ਰਭ ਸ਼ਰਨਾਈ ਨਾਨਕ ਉਹਦੇ ਪ੍ਰਭ ਸ਼ਰਨਾਈ ਨਾਨਕ ਸ਼ਰਨਾ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਗਾਇ ਬੰਦਨਾ ਬੰਦਨਾ ਹਰ ਬੰਦਨਾ ਗੁਣ ਗਾਉ ਗੋਪਾਲ ਗਾਇ ਗੁਣ ਗਾਉ ਗੋਪਾਲ ਗਾਇ ਗੁਣ ਗਾਉ ਗੋਪਾਲ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ
ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 3 ਦਿਨ ਤੋਂ ਪਹਿਲਾਂ ਗਿਆ ਹੈ, ਪਰਸੋਂ ਮਨਾਇਆ ਸੰਗਤਾਂ ਨੇ। ਆਓ ਸਾਰੇ ਜਣੇ ਕਿਰਪਾ ਕਰਕੇ ਮਾਤਾ ਗੰਗਾ ਜੀ ਦੇ ਚਰਨਾਂ ਦੇ ਵਿੱਚ, ਗੁਰੂ ਅਰਜਨ ਸਾਹਿਬ ਦੇ ਚਰਨਾਂ ਵਿੱਚ, ਛੇਵੇਂ ਪਾਤਸ਼ਾਹ ਦੇ ਚਰਨਾਂ 'ਚ ਸੀਸ ਝੁਕਾ ਕੇ ਇਸ ਸ਼ਬਦ ਨੂੰ ਪੜ੍ਹਨਾ ਕਰੀਏ। ਸਾਰੇ ਜਣੇ ਕਿਰਪਾ ਕਰਕੇ ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਗੱਜ ਕੇ ਪੜਿਓ। ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਗੱਜ ਕੇ ਪੜੋ। ਮੂਰਤ ਹਰ ਗੋਬਿੰਦ ਸਵਾਰੀ, ਮੂਰਤ ਹਰ ਗੋਬਿੰਦ ਸਵਾਰੀ, ਚੱਲ
ਸਤਿਗੁਰ ਧਰੇ ਅਵਤਾਰੀ ਜੁਗ ਜੁਗ 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 ਸਤਿਗੁਰ ਧਰੇ ਅਵਤਾਰੀ ਸਤਿਗੁਰ ਧਰੇ ਅਵਤਾਰ ਸਤਿਗੁਰ ਧਰੇ ਅਵਤਾਰੀ 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 ਮੂਰਤ ਹਰ ਗੋਬਿੰਦ ਸੁਭਾਅ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਅਰਜਨ ਕਾਇਆ ਪਲਟ ਕੇ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰ ਮੂਰਤ ਹਰ ਗੋਬਿੰਦ ਸਵਾਰ ਮੂਰਤ ਹਰ ਗੋਬਿੰਦ ਸਵਾਰ ਮੂਰਤ ਹਰ ਗੋਬਿੰਦ ਹਰ ਗੋਬਿੰਦ ਸਵਾਰ ਹਰ ਗੋਬਿੰਦ ਸਵਾਰ ਮੂਰਤ ਹਰ ਗੋਬਿੰਦ ਮੂਰਤ ਹਰ ਗੋਬਿੰਦ ਸਵਾਰ ਮੂਰਤ ਹਰ ਗੋਬਿੰਦ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਮੂਰਤ ਹਰ ਗੋਬਿੰਦ ਸਵਾਰੀ ਸਤਿਗੁਰ ਦੀਨ ਦਿਆਲ ਪਾਤਸ਼ਾਹ ਜੀ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਆਪ ਜੀ ਨੇ ਬਹੁਤ ਸਮਾਗਮ ਦਿੱਤੇ ਨੇ ਇਸ ਐਤਵਾਰ ਦੇ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਅਤੇ ਬਾਬਾ ਬੁੱਢਾ ਜੀ ਨੂੰ ਵੀ ਯਾਦ ਕੀਤਾ ਜਾਂਦਾ ਨਾਲ ਧੰਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ ਅਕਾਲ ਤਖਤ ਦੇ ਬਾਨੀ
ਸ਼੍ਰੀ ਅਕਾਲ ਤਖਤ ਸਾਹਿਬ ਦਾ ਸਥਾਪਨਾ ਦਿਵਸ, ਬਾਬਾ ਬੰਦਾ ਸਿੰਘ ਜੀ ਬਹਾਦਰ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਹ ਪ੍ਰੋਗਰਾਮ ਕੀਤੇ ਗਏ ਨੇ ਅਤੇ ਕੀਤੇ ਜਾ ਰਹੇ ਨੇ। ਅੱਜ ਦੇ ਸਾਰੇ ਸਮਾਗਮ ਇਸੇ ਤਰ੍ਹਾਂ ਚੱਲਣੇ ਨੇ। ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਨਵੇਂ ਪ੍ਰਬੰਧਕ ਸਾਹਿਬਾਨ ਆਏ ਨੇ ਸੇਵਾ ਵਿੱਚ, ਉਹਨਾਂ ਨੇ ਸਤਿਗੁਰੂ ਦਾ ਸ਼ੁਕਰਾਨਾ ਕੀਤਾ, ਧੰਨਵਾਦ ਕੀਤਾ ਹੈ। ਪ੍ਰਬੰਧਕ ਸਾਹਿਬਾਨ ਸਾਰੇ ਇਕੱਤਰਤਾਈ ਦੇ ਨਾਲ ਪਰਿਵਾਰਾਂ ਸਮੇਤ 3 ਰੋਜ਼ ਤੋਂ ਲੰਗਰਾਂ ਦੀ ਸੇਵਾਵਾਂ, ਮਠਿਆਈਆਂ ਦੀਆਂ ਸੇਵਾਵਾਂ ਕਰ ਰਹੇ ਨੇ। ਲੱਡੂ ਪਦਾਰਥ ਸਭ ਤਿਆਰ ਕੀਤੇ ਨੇ ਜੋ ਗੁਰੂ ਘਰ ਦੀ ਮਰਿਆਦਾ ਹੈ, ਕਿਉਂਕਿ ਗੁਰੂ ਘਰ 'ਚ ਮਿੱਠਾ ਮਿਲਦਾ ਤਾਂ ਹੀ ਮਿੱਠੇ ਹੋਵਾਂਗੇ। ਮਿੱਠੇ ਦਾ ਜਿਹੜਾ ਹੈ ਮਹਾਰਾਜ ਜੀ ਨੇ ਸਾਨੂੰ ਸੁਭਾਅ ਦਿੱਤਾ, ਜਿੱਥੇ ਖਾਲਸਾ ਮਿੱਠਾ ਅਤੇ ਉੱਥੇ ਵਬੀਰ ਰਸ ਵਾਲਾ ਵੀ ਹੈ। ਸੋ ਮਾਲਕ ਦੀ ਕਿਰਪਾ ਦੇ ਨਾਲ ਸਾਰੀਆਂ ਸੰਗਤਾਂ ਨੇ ਬਹੁਤ ਰਲ ਮਿਲ ਕੇ ਚਾਹਵਾਂ ਦੇ ਨਾਲ, ਸ਼ਦਰਾਂ ਦੇ ਨਾਲ, ਪਿਆਰ ਦੇ ਨਾਲ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ। ਮਹਾਰਾਜ ਜੀ ਤੁਸੀਂ ਆਪ ਚੁਣ ਕੇ ਲੈਂਦੀ ਕਮੇਟੀ, ਅਤੇ ਮਹਾਰਾਜ ਜੀ ਕਿਰਪਾ ਕਰਨ, ਇਸੇ ਤਰ੍ਹਾਂ ਨੌਜਵਾਨ ਵੀਰ ਸਾਰੇ ਸੇਵਾ ਚੜ੍ਹਦੀ ਕਲਾ 'ਚ ਕਰਨ। ਜਿਹੜੀਆਂ ਬੀਬੀਆਂ ਆਈਆਂ ਨੇ ਉਹ ਵੀ ਲੰਗਰਾਂ ਦੇ ਵਿੱਚ ਪਦਾਰਥ ਨਵੇਂ ਤੋਂ ਨਵੇਂ ਪਕਾਉਣ, ਬਣਾਉਣ, ਸੇਵਾ ਕਰਨ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਉਹਨਾਂ ਦੇ ਲੰਗਰਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਸੂਫ ਵੀ ਬਣਦੇ ਸੀਗੇ। ਕਵੀ ਸੰਤੋਖ ਸਿੰਘ ਕਹਿੰਦੇ ਨੇ ਵੀ ਸੂਫ ਵੀ ਬੜੇ ਤਰ੍ਹਾਂ ਦੇ ਬਣਦੇ ਸੀਗੇ, ਬਹੁਤ ਬਹੁਤ ਭਾਂਤਾਂ ਦੇ ਪਦਾਰਥ ਬਣਦੇ ਸੀਗੇ। ਸੋ ਮਾਲਕ ਕਿਰਪਾ ਕਰਨ ਇਹ ਪਦਾਰਥ 7 ਜੁਲਾਈ ਨੂੰ ਪੱਕਣ ਗੁਰੂ ਅਰਜਨ ਸਾਹਿਬ ਜੀ ਦੇ ਵਿਆਹ 'ਤੇ। ਬੀਬੀਆਂ ਨੂੰ ਬੇਨਤੀ ਹੈ ਕਿ ਵੱਧ ਚੜ੍ਹ ਕੇ ਤੁਸੀਂ ਵਿਆਹ ਆਉਣਾ, ਗੁਰੂ ਅਰਜਨ ਸਾਹਿਬ ਜੀ ਦੇ ਬਾਬਾ ਸੰਘ ਵਿਖੇ ਵਿਆਹਪੁਰ ਮਨਾਇਆ ਜਾ ਰਿਹਾ, ਅਤੇ ਮੇਰੇ ਵੀਰ ਦਵਿੰਦਰ ਸਿੰਘ ਜੀ ਚੜ੍ਹਦੀ ਕਲਾ 'ਚ ਨੇ, ਬਾਣੀ ਅਤੇ ਬਾਣੀ ਦੇ ਧਾਰਨੀ ਨੇ, ਨਾਲੇ ਵੱਧ ਚੜ੍ਹ ਕੇ ਇਹਨਾਂ ਦਾ ਸਾਥ ਵੀ ਦੇਣਾ ਭਾਈ, ਕਿਉਂਕਿ ਸਟੇਜ ਦੀ ਸੇਵਾ ਕੋਈ ਛੋਟੀ ਜਿਹੀ ਨਹੀਂ ਹੁੰਦੀ, ਬੜੀ ਜ਼ਿੰਮੇਵਾਰੀ ਵਾਲੀ ਸਟੇਜ ਹੈ। ਵੀਰ ਬਘੇਲ ਸਿੰਘ ਜੀ ਨੇ ਨਿਭਾਈ ਸੇਵਾ। ਸੋ ਸਤਿਗੁਰੂ ਜੀ ਕਿਰਪਾ ਕਰ ਦੇਣ, ਆਵਾਜ਼ੇ ਕੌਮ ਟੀ ਵੀ ਦਾ ਵੀ ਧੰਨਵਾਦ ਰਘਵੀਰ ਸਿੰਘ ਹੋਣਾ ਦਾ, ਇਹਨਾਂ ਨੂੰ ਬੇਨਤੀ ਕਿ ਵਿਆਹ 'ਤੇ ਤੁਸੀਂ ਵੀ ਬਾਬੇ ਨਾਨਕ ਦੇ ਵਿਆਹ 'ਤੇ ਪਹੁੰਚਣਾ, ਉੱਥੇ ਆ ਕੇ ਤੁਸੀਂ ਵੀ ਵੇਖਣਾ ਵੀ ਕਿਵੇਂ ਬਾਬੇ ਨਾਨਕ ਦੇ ਘਰ ਵਿੱਚ, ਸਹੁਰੇ ਘਰ ਵਿੱਚ, ਮਾਤਾ ਸੁਲੱਖਣੀ ਦੇ ਘਰ ਵਿੱਚ ਕਿਵੇਂ ਬੀਬੀਆਂ ਦੂਰੋਂ ਦੂਰੋਂ ਆ ਕੇ ਪੇਕਿਆਂ ਘਰ ਵਿੱਚ ਬੈਠ ਕੇ ਕਿਵੇਂ ਸ਼ਬਦ ਕੀਰਤਨ ਦੇ ਨਾਲ ਜੁੜਦੀਆਂ ਨੇ, ਉਹ ਮਾਹੌਲ ਪੂਰਾ ਵਿਆਹ ਵਾਲਾ ਹੁੰਦਾ। ਸੋ ਆਵਾਜ਼ੇ ਕੌਮ ਤੋਂ ਸੰਗਤਾਂ ਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਇਸ ਪੇਜ ਨੂੰ ਲਾਈਕ ਕਰੋ, ਕਿਉਂਕਿ ਜਿੰਨਾ ਤੁਸੀਂ ਪੇਜ ਲਾਈਕ ਕਰੋਗੇ ਫਿਰ ਉਨੇ ਪ੍ਰੋਗਰਾਮ ਤੁਸੀਂ ਦੇਖ ਸਕਦੇ ਹੋ। ਸੋ ਮਾਲਕ ਕਿਰਪਾ ਕਰਨ ਮੇਰੇ ਵੀਰ ਬਘੇਲ ਸਿੰਘ ਹੁਣ ਆਪ ਜੀ ਨੂੰ ਕਥਾ ਰਾਹੀਂ ਨਿਹਾਲ ਕਰਨਾ, ਮੇਰੇ ਵੀਰ ਦਵਿੰਦਰ ਸਿੰਘ ਜੀ ਆਪ ਜੀ ਨੂੰ ਅਗਲਾ ਪ੍ਰੋਗਰਾਮ ਦਰਸਾਉਣਗੇ। ਸਤਿਗੁਰੂ ਜੀ ਕਿਰਪਾ ਕਰ ਦੇਣ, ਭੁੱਲਾਂ ਚੁੱਕਾਂ ਦੀ ਖਿਮਾ, ਆਉਣ ਵਾਲੇ ਸਮੇਂ ਦੇ ਵਿੱਚ ਚੜ੍ਹਦੀ ਕਲਾ 'ਚ ਖਾਲਸਾ ਗੱਜੇ ਅਤੇ ਲੁੰਡੀ ਬੁੱਚੀ ਭੱਜੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰ ਦੇਣ, ਬਖਸ਼ਿਸ਼ ਕਰ ਦੇਣ, ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਵੀ ਗਰੀਬ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਦਾ ਆਨੰਦ ਮਾਣਦੀ ਹੋਈ ਪਿਆਰੀ ਸਾਧ ਸੰਗਤ ਜੀਓ, ਮੈਂ ਕੁਝ ਹੀ ਮਿੰਟਾਂ ਵਿੱਚ ਆਪ ਜੀ ਨੂੰ ਅਗਲੇ ਹਫ਼ਤੇ ਦੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਵਾਂਗਾ। ਅਗਲੇ ਹਫ਼ਤੇ ਸ਼ੁੱਕਰਵਾਰ ਵਾਲੇ ਦਿਨ 6 ਜੁਲਾਈ ਸ਼ੁੱਕਰਵਾਰ ਵਾਲੇ ਦਿਨ 2 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ। ਪਹਿਲਾ ਪਰਿਵਾਰ ਅਖੰਡ ਪਾਠ ਸਾਹਿਬ ਦੀ ਸੇਵਾ ਭਾਈ ਸੁਰਿੰਦਰ ਸਿੰਘ ਦੇ ਪਰਿਵਾਰ ਵੱਲੋਂ ਬਾਬਾ ਜੋਗੀ ਪੀਰ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਕਰਵਾਈ ਜਾਵੇਗੀ। ਅਤੇ ਦੂਸਰਾ ਪਰਿਵਾਰ ਪਿੰਡ ਬਿਲਗੇ ਦੀ ਸਮੂਹ ਸਾਧ ਸੰਗਤ ਵੱਲੋਂ ਗੁਰੂ ਅਰਜਨ ਦੇਵ ਜੀ ਪੰਚਮ ਪਿਤਾ ਪਾਤਸ਼ਾਹ ਜੀ ਦੇ ਵਿਆਹ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਦੂਜੇ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਹੋਵੇਗੀ, ਜਿਨ੍ਹਾਂ ਦੀ
8 ਤਰੀਕ ਨੂੰ ਜਿਨ੍ਹਾਂ ਦੇ ਅਖੰਡ ਪਾਠ ਸਾਹਿਬ ਦੇ 8 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਸਾਧ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤਿੰਨੇ ਦਿਨ ਗੁਰੂ ਸਾਹਿਬ ਜੀ ਦੇ ਆਦਰ ਸਨਮਾਨ ਨੂੰ ਮੁੱਖ ਰੱਖਦਿਆਂ ਹੋਇਆਂ ਤਿੰਨੇ ਦਿਨ ਗੁਰੂ ਘਰ ਦੀਆਂ ਹਾਜ਼ਰੀਆਂ ਭਰਨੀਆਂ ਅਤੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਸੋ ਸਾਧ ਸੰਗਤ ਜੀ, ਉਹ ਜੋ ਅਗਲੇ ਹਫ਼ਤੇ ਦੇ ਦੀਵਾਨ ਹਨ, ਉਸ ਵਿੱਚ ਜਿਵੇਂ ਕਿ ਆਪ ਜੀ ਨੇ ਹੁਣੇ ਹੀ ਭਾਈ ਹਰਜੀਤ ਸਿੰਘ ਜੀ ਪਾਸੋਂ ਕੀਰਤਨ ਦਾ ਆਨੰਦ ਮਾਣਿਆ ਹੈ, ਸੋ ਅਗਲਾ ਹਫ਼ਤਾ ਵੀ ਮੰਡੇ ਤੋਂ ਸੈਚਰਡੇ ਸੰਡੇ ਤੱਕ ਭਾਈ ਹਰਜੀਤ ਸਿੰਘ ਜੀ ਮਹਿਤਾ ਚੌਂਕ ਵਾਲੇ ਆਪ ਜੀ ਨੂੰ ਕੀਰਤਨ ਨਾਲ ਨਿਹਾਲ ਕਰਨਗੇ। ਅਤੇ ਕਥਾ ਭਾਈ ਗੁਰਨਾਮ ਸਿੰਘ ਜੀ ਇਹ ਕਰਨਗੇ। ਸੋ ਮੈਂ ਹੁਣ ਬਹੁਤਾ ਸਮਾਂ ਨਾ ਲੈਂਦਾ ਹੋਇਆ ਭਾਈ ਬਘੇਲ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆ ਕੇ ਸਟੇਜ ਸਾਂਭਣ ਅਤੇ ਗੁਰੂ ਮਹਾਰਾਜ ਦੀਆਂ ਵਡਿਆਈਆਂ ਆਪ ਜੀ ਦੇ ਸਨਮੁੱਖ ਰੱਖਣ। ਸੋ ਬਹੁਤਾ ਸਮਾਂ ਨਾ ਲੈਂਦਾ ਹੋਇਆ ਭਾਈ ਬਘੇਲ ਸਿੰਘ ਜੀ ਉਹਨਾਂ ਨੂੰ ਕਹਾਂਗਾ ਕਿ ਉਹ 12:30 ਤੱਕ ਆਪ ਜੀ ਨੂੰ ਕਥਾ ਦੇ ਨਾਲ ਨਿਹਾਲ ਕਰਨਗੇ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵੱਧ ਘੱਟ ਬੋਲਿਆ ਸਾਧ ਸੰਗਤ ਜੀ ਮੇਰੀ ਝੋਲੀ ਪਾਉਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਸਾਹਿਬ ਜੀ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਤਿੰਨੇ ਦਿਨ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਦੇ ਅਖੰਡ ਜਾਪ ਆਪ ਸੰਗਤਾਂ ਨੇ ਸਰਵਣ ਕੀਤੇ ਨੇ, ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਨੇ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈਂਦਿਆਂ ਹੋਇਆਂ, ਗੁਰੂ ਸਾਹਿਬ ਜੀ ਦੇ ਚਰਨ ਪਰਸਦਿਆਂ ਹੋਇਆਂ, ਜਿੱਥੇ ਨਵੇਂ ਪ੍ਰਬੰਧਕ ਸਾਹਿਬਾਨ ਆਏ ਨੇ ਆਪ ਸੰਗਤਾਂ ਦੀ ਸੇਵਾ ਵਾਸਤੇ, ਸਤਿਗੁਰ ਜੀ ਦੀ ਸੇਵਾ ਵਾਸਤੇ, ਸਤਿਗੁਰ ਜੀ ਦਾ ਸ਼ੁਕਰਾਨਾ ਕੀਤਾ ਗਿਆ ਹੈ। ਉੱਥੇ ਨਾਲ ਹੀ ਦੂਸਰੇ ਅਖੰਡ ਪਾਠ ਸਾਹਿਬ ਜੀ ਦੀ ਸੇਵਾ ਗੁਰਮੁਖ ਪਰਿਵਾਰਾਂ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸਾਂ ਬੇਨਤੀਆਂ ਸਤਿਗੁਰ ਦੇ ਚਰਨਾਂ ਦੇ ਵਿੱਚ ਕੀਤੀਆਂ ਗਈਆਂ ਹਨ। ਸਤਿਗੁਰੂ ਕਿਰਪਾ ਕਰਨ ਸਮੂਹ ਸੇਵਾਦਾਰਾਂ ਨੂੰ, ਸਮੂਹ ਪ੍ਰਬੰਧਕਾਂ ਨੂੰ ਅਤੇ ਜਿਹੜੇ ਵੀ ਗੁਰਮੁਖ ਪਰਿਵਾਰਾਂ ਨੇ ਸਤਿਗੁਰ ਦੇ ਚਰਨ ਪਰਸਦਿਆਂ ਗੁਰੂ ਦਾ ਓਟ ਆਸਰਾ ਤੱਕਿਆ ਹੈ,
ਅਤੇ ਆਪਣੇ ਦੁੱਖਾਂ ਦੀ ਨਿਵਿਰਤੀ ਵਾਸਤੇ ਮੇਰੇ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਣੀ ਝੋਲੀ ਅੱਡ ਕੇ ਪੱਲਾ ਅੱਡ ਕੇ ਅਰਦਾਸ ਕੀਤੀ ਹੈ। ਮੇਰਾ ਸਤਿਗੁਰੂ ਆਪਣੀ ਰਹਿਮਤ ਆਪਣੀ ਕਿਰਪਾ ਦੇ ਅਰੋਗਤਾ ਦੇ ਦਾਨ ਬਖਸ਼ ਕੇ ਗੁਰਮੁਖ ਪਰਿਵਾਰਾਂ ਦੀਆਂ ਬੇਨਤੀਆਂ ਦਰ ਪ੍ਰਵਾਨ ਕਰੇ। ਜਿੰਨਾ ਕੁ ਸਮਾਂ ਸੰਗਤ ਆਪ ਸੰਗਤਾਂ ਦੇ ਸਨਮੁੱਖ ਬਹਿ ਕੇ ਮੇਰੇ ਗੁਰੂ ਦੀ ਸ਼ਾਨ ਦੇ ਅੰਦਰ ਕੁਝ ਇੱਕ ਸ਼ਬਦ ਆਪ ਸੰਗਤ ਨਾਲ ਸਾਂਝੇ ਕਰਨ ਦਾ ਮਿਲਿਆ ਹੈ, ਕਿਰਪਾ ਕਰਿਓ ਇਕਾਗਰਤਾ ਬਖਸ਼ ਕਰਕੇ ਅਸੀਸ ਬਖਸ਼ ਕਰੀਏ ਅਤੇ ਸਤਿਗੁਰ ਦੇ ਦੀਵਾਨ ਅੰਦਰ ਬਹਿ ਕੇ ਮੇਰੇ ਸਤਿਗੁਰ ਜੀ ਦੀਆਂ ਗੱਲਾਂ ਹੀ ਅਸੀਂ ਕਰੀਏ ਅਤੇ ਸੁਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਹਰਜੀਤ ਸਿੰਘ ਜੀ ਚੌਂਕ ਮਹਿਤਾ ਵਾਲੇ ਆਪ ਜੀ ਨੂੰ ਗੁਰੂ ਕੀ ਇਲਾਹੀ ਬਾਣੀ ਦੇ ਕੀਰਤਨ ਰਾਹੀਂ ਨਿਹਾਲ ਕਰਕੇ ਗਏ ਨੇ ਅਤੇ ਸਤਿਗੁਰੂ ਜੀ ਦੀ ਬੜੀ ਕਿਰਪਾ ਹੈ, ਕੋਈ ਉਸਤਤ ਵਾਸਤੇ ਨਹੀਂ, ਬੜਾ ਪ੍ਰੇਮ ਹੈ ਭਾਈ ਸਾਹਿਬ ਜੀ ਦੇ ਨਾਲ, ਪਰ ਸਤਿਗੁਰ ਨੇ ਗਲਾ ਵੀ ਬੜਾ ਸੁੰਦਰ ਬਖਸ਼ਿਸ਼ ਕੀਤਾ ਹੈ। ਸਾਹਿਬ ਹੱਥ ਵਡਿਆਈਆਂ ਜਿਸ ਭਾਵੇ ਤਿਸ ਦੇਹ, ਅਤੇ ਇਹ ਮੇਰੇ ਸਤਿਗੁਰ ਦੀ ਹੀ ਕਿਰਪਾ ਹੁੰਦੀ ਹੈ ਕਿ ਜਿਨ੍ਹਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ ਅਤੇ ਆਪਣੇ ਗੁਣ ਗਾਉਣ ਦਾ ਸੁਭਾਗਾ ਸਮਾਂ, ਅਤੇ ਉਹਨਾਂ ਨੂੰ ਇੰਨੀ ਕੁ ਕਿਰਪਾ ਕਰਕੇ ਆਪਣੀ ਸੇਵਾ ਲੈਂਦਾ ਹੈ। ਤੋ ਜਿੱਥੇ ਉਹਨਾਂ ਨੇ ਆਪ ਜੀ ਨੂੰ ਸੰਗਤ ਜੀ ਦੱਸਿਆ ਹੈ, ਇਹ ਤਿੰਨੇ ਦਿਨ ਦੇ ਅਖੰਡ ਪਾਠ ਸਾਹਿਬ ਜਿੱਥੇ ਸਤਿਗੁਰ ਦੇ ਸ਼ੁਕਰਾਨੇ ਵਜੋਂ ਕੀਤੇ ਗਏ ਨੇ, ਉੱਥੇ ਨਾਲ ਹੀ ਪਿਛਲੇ ਹਫ਼ਤੇ ਦੇ ਦੌਰਾਨ ਜਿਹੜੇ 4-5 ਦਿਨ ਸੰਗਤ ਜੀ ਲੰਘ ਕੇ ਗਏ ਨੇ, ਸ਼ੁੱਕਰਵਾਰ ਅਤੇ ਸ਼ਨੀਵਾਰ ਵਾਲੇ ਦਿਨ ਸ਼ਾਮਾਂ ਦੇ ਦੀਵਾਨ, ਸੰਧਿਆ ਦੇ ਦੀਵਾਨ ਜਿਹੜੀਆਂ ਸੰਗਤਾਂ ਨੇ ਸਰਵਣ ਕੀਤੇ ਨੇ, ਆਪ ਸੰਗਤਾਂ ਨੇ ਜਾਣਦੇ ਹੋਵੋਗੇ ਕਿ ਮੀਰੀ ਪੀਰੀ ਦੇ ਮਾਲਕ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਆਗਮਨ ਪੁਰਬ ਆਪਾਂ ਮਨਾਇਆ ਹੈ, ਦੀਵਾਨ ਸਜਾਏ ਨੇ, ਅਤੇ ਇਸ ਦੇ ਨਾਲ ਹੀ ਸਿੱਖ ਪੰਥ ਦੇ, ਸਿੱਖ ਕੌਮ ਦੇ ਉਹ ਮਹਾਨ ਜਰਨੈਲ, ਖਾਲਸਾ ਰਾਜ ਸਥਾਪਿਤ ਕਰਨ ਵਾਲੇ ਉਹ ਸ਼ੂਰਵੀਰ ਯੋਧੇ ਬਾਬਾ ਬੰਦਾ ਸਿੰਘ ਜੀ ਬਹਾਦਰ, ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਲੰਘ ਕੇ ਗਿਆ ਹੈ, ਉਹਨਾਂ ਦੇ ਪ੍ਰਥਾਏ ਵੀ ਕੱਲ੍ਹ ਸ਼ਾਮ ਦੇ ਦੀਵਾਨ ਆਪ ਸੰਗਤਾਂ ਨੇ ਸਰਵਣ ਕੀਤੇ ਨੇ। ਅਤੇ ਸੰਗਤ ਜੀ, ਇਸ ਦੇ ਨਾਲ ਜੋ ਕੱਲ੍ਹ ਦਾ ਦਿਨ ਆ ਰਿਹਾ ਹੈ, ਸੋਮਵਾਰ ਦਾ ਦਿਹਾੜਾ ਆ ਰਿਹਾ ਹੈ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨਾ ਦਿਵਸ, ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਦਿਵਸ, ਉਸ ਨੂੰ ਵੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਸ਼ਾਮਿਲ ਕਰਦਿਆਂ ਹੋਇਆਂ ਇੱਕ ਯਤਨ ਕੀਤਾ ਗਿਆ ਹੈ ਕਿ ਕਈ ਵਾਰ ਹਫ਼ਤੇ ਦੇ ਦਿਨਾਂ ਦੇ ਦੌਰਾਨ ਕੰਮਾਂ ਕਾਰਾਂ ਵਾਲੇ ਮੁਲਕਾਂ 'ਚ ਆਪਾਂ ਰਹਿੰਦੇ ਹਾਂ, ਹਾਜ਼ਰੀਆਂ ਭਰਨੀਆਂ ਮੁਸ਼ਕਿਲ ਹੋ ਜਾਂਦੀਆਂ ਨੇ, ਅਤੇ ਦਿਨ ਦੀ ਦਿਨ ਦਿਹਾੜੇ ਜਿਹੜੇ ਮਨਾਉਣੇ ਕਈ ਵਾਰ ਪ੍ਰਬੰਧਕਾਂ ਵਾਸਤੇ ਵੀ ਮੁਸ਼ਕਿਲ ਬਣ ਜਾਂਦੀ ਹੈ। ਸੋ ਜਿਹੜੇ ਦਿਹਾੜੇ ਲਾਗੇ ਲਾਗੇ ਹੁੰਦੇ ਨੇ ਹਫ਼ਤੇ ਦੇ ਅਖੀਰ ਅਤੇ ਅਖੰਡ ਪਾਠ ਸਾਹਿਬ ਜੀ ਦੇ ਨਾਲ, ਉਹਨਾਂ ਦਿਹਾੜਿਆਂ ਨੂੰ ਮਨਾ ਕਰਕੇ ਆਪਣੇ ਇਤਿਹਾਸ ਨੂੰ ਸੁਣ ਸਕੀਏ, ਪੜ੍ਹ ਸਕੀਏ, ਜਾਣ ਸਕੀਏ ਕਿ ਜੇਕਰ ਖਾਲਸਾ ਪੰਥ ਦੇ ਨਾਲ ਸਾਡਾ ਰਿਸ਼ਤਾ ਬਣਿਆ ਹੈ, ਜੇ ਅਸੀਂ ਖਾਲਸਾ ਪੰਥ ਦੇ ਵਾਰਿਸ ਹੋਣ ਦਾ, ਵਾਰਿਸ ਕਹਾਉਣ ਦਾ ਸਾਨੂੰ ਇਹ ਰੁਤਬਾ ਪ੍ਰਾਪਤ ਹੈ, ਅਤੇ ਸਾਡਾ ਪਿਛੋਕੜ ਹੈ ਕੀ। ਅਤੇ ਗੁਰਮੁਖ ਪਿਆਰਿਓ, ਜਿੱਥੇ ਗੁਰੂ ਕੀ ਇਲਾਹੀ ਬਾਣੀ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਉਸ ਨਿਰੰਕਾਰ ਨੂੰ ਮਿਲਣ ਵਾਸਤੇ ਆਤਮਾ ਦੇ ਪਰਮਾਤਮਾ ਦੇ ਨਾਲ ਮੇਲ ਦੀ ਗੱਲ ਸਤਿਗੁਰ ਨੇ ਦੱਸੀ ਹੈ, ਸਾਂਝੀ ਬਾਲਤਾ ਦਾ ਉਪਦੇਸ਼ ਦਿੱਤਾ ਹੈ, ਉੱਥੇ ਹੀ ਸਿੱਖੀ ਦਾ ਮਾਣ ਮੱਤਾ ਇਤਿਹਾਸ, ਜਿਸ ਇਤਿਹਾਸ ਦੇ ਅੰਦਰ ਜ਼ਾਲਮ ਅਤੇ ਜ਼ਬਰ ਨੂੰ ਖਤਮ ਕਰਨ ਵਾਸਤੇ ਤਲਵਾਰਾਂ ਅਤੇ ਸ਼ਮਸ਼ੀਰਾਂ ਦਾ ਇਤਿਹਾਸ ਸਾਡੇ ਕੋਲ ਪਿਆ ਹੈ, ਜੁਝਾਰੂ ਬਿਰਤੀ ਸਤਿਗੁਰ ਸੱਚੇ ਪਾਤਸ਼ਾਹ ਨੇ ਪੈਦਾ ਕੀਤੀ, ਸਿੱਖਾਂ ਤੋਂ ਸਿੰਘ ਬਣਾਇਆ ਹੈ,
ਸੋ ਇਹ ਦੋ ਲਫ਼ਜ਼ ਸੰਗਤ ਜੀ ਕਈ ਵਾਰ ਅਸੀਂ ਸਹਿਜੇ ਹੀ ਲੈ ਲੈਂਦੇ ਹਾਂ, ਪਰ ਸਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਮੇਰੇ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕਰਕੇ ਦਸਾਂ ਜਾਮਿਆਂ ਤੱਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਨੂੰ ਮੰਨਣ ਵਾਲੇ, ਸੀਸ ਝੁਕਾਉਣ ਵਾਲੇ, ਭਾਵੇਂ ਉਹ ਅੰਮ੍ਰਿਤਧਾਰੀ ਹੋਣ ਭਾਵੇਂ ਨਾ ਹੋਣ, ਪਰ ਗੁਰੂ ਦੇ ਉੱਪਰ ਭਰੋਸਾ ਰੱਖਣ ਵਾਲਾ ਹਰ ਇੱਕ ਗੁਰੂ ਦਾ ਸਿੱਖ ਹੈ। ਸਿੱਖ ਤੋਂ ਭਾਵ ਸਿੱਖਣਾ ਹੈ, ਅਤੇ ਸਿੱਖਣ ਵਾਲੇ ਤੋਂ ਸਿੱਖਿਆ ਲੈਣ ਵਾਲਾ ਵਿਦਿਆਰਥੀ ਜਿਹੜਾ ਹਮੇਸ਼ਾ ਸਿੱਖਦਾ ਰਹਿੰਦਾ ਹੈ, ਅਤੇ ਗੁਰੂ ਕਾ ਸਿੱਖ ਉਹ ਕੋਈ ਵੀ ਹੋ ਸਕਦਾ ਹੈ ਭਾਈ, ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਕਿਉਂ ਨਾ ਹੋਵੇ। ਅਤੇ ਗੁਰੂ ਕਲਗੀਧਰ ਪਿਤਾ ਨੇ ਰਹਿਮਤ ਕੀਤੀ ਕਿ ਗੁਰੂ ਕੇ ਸਿੱਖ ਜਿੱਥੇ ਸਤਿਕਾਰਯੋਗ ਹਨ ਉਹਨਾਂ ਨੂੰ ਮੁਕੰਮਲਤਾ ਬਖਸ਼ਦਿਆਂ ਹੋਇਆਂ ਖਾਲਸੇ ਪੰਥ ਨੂੰ ਮੁਕੰਮਲ ਕੀਤਾ, ਸਿੱਖਾਂ ਤੋਂ ਸਿੰਘ ਸਜਾਏ ਜਿਹੜੇ ਜ਼ੁਲਮ ਅਤੇ ਜ਼ਾਬਰ ਦਾ ਮੁਕਾਬਲਾ ਵੀ ਕਰਨਗੇ। ਸੰਤ ਅਤੇ ਸਿਪਾਹੀ ਦੀ ਰੀਤ ਸਤਿਗੁਰ ਸੱਚੇ ਪਾਤਸ਼ਾਹ ਨੇ ਚਲਾ ਦਿੱਤੀ। ਪਰ ਗੁਰਮੁਖ ਪਿਆਰਿਓ, ਜਿੱਥੇ ਕੱਲ੍ਹ ਦੇ ਦੀਵਾਨ ਦੇ ਅੰਦਰ ਯਤਨ ਕੀਤਾ ਸੀ ਕਿ ਬਾਬਾ ਬੰਦਾ ਸਿੰਘ ਬਹਾਦਰ ਕਿਸ ਤਰ੍ਹਾਂ ਖਾਲਸਾ ਰਾਜ ਕਾਇਮ ਕਰਦੇ ਨੇ, ਅਤੇ 7 ਸਾਲ ਦਾ ਪੁੱਤਰ ਅਜੇ ਸਿੰਘ ਗੋਦੀ 'ਚ ਬਿਠਾ ਕੇ ਕਿਵੇਂ ਸ਼ਹੀਦ ਕੀਤਾ ਜਾਂਦਾ ਹੈ ਅਤੇ ਪੁੱਤਰ ਦਾ ਕਾਲਜਾ ਮੂੰਹ 'ਚ ਪਾਇਆ ਜਾਂਦਾ ਹੈ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਕਲਗੀਧਰ ਪਿਤਾ ਜੀ ਦਾ ਥਾਪੜਾ ਲੈ ਕੇ ਤੁਰੇ ਸਨ। ਆਪਣੀ ਓਟ, ਆਪਣਾ ਨਿਸ਼ਚਾ, ਆਪਣਾ ਆਸਰਾ ਕੇਵਲ ਗੁਰੂ ਨੂੰ ਬਣਾਇਆ, ਅਤੇ ਆਪਣੇ ਮਾਸੂਮ ਬੱਚੇ ਨੂੰ ਵੀ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ, ਪਰ ਗੁਰੂ ਕੀ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਉਹਨਾਂ ਦੀ ਸ਼ਹਾਦਤ ਬਾਰੇ ਆਪਾਂ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ ਹੈ, ਅਤੇ ਅੱਜ ਦੇ ਦਿਹਾੜੇ ਦੇ ਅੰਦਰ ਮੈਂ ਯਤਨ ਕਰਾਂਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਬਾਰੇ ਦੇ ਵਿੱਚ ਕੁਝ ਇੱਕ ਵਿਚਾਰ ਆਪ ਸੰਗਤ ਨਾਲ ਸਾਂਝੇ ਕਰ ਸਕਾਂ। ਸੋ ਜਿੱਥੇ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜ਼ਿਕਰ ਆਇਆ ਹੈ, ਗੁਰੂ ਸਾਹਿਬ ਜੀ ਦੇ ਪੁਰਬ ਆਪਾਂ ਮਨਾਏ ਨੇ, ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ ਹੈ। ਪਰ ਥੋੜ੍ਹਾ ਜਿਹਾ ਧਿਆਨ ਸੰਗਤ ਜੀ ਪਿਛੋਕੜ ਵੱਲ ਲੈ ਕੇ ਜਾਵਾਂ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਬਾਅਦ 10 ਹੀ ਜਾਮਿਆਂ ਦੇ ਅੰਦਰ ਜੋਤ ਵਰਤੀ ਹੈ, ਅਤੇ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਕਿਰਪਾ ਕੀਤੀ ਹੈ ਅੰਮ੍ਰਿਤਸਰ ਦਰਬਾਰ ਸਾਹਿਬ, ਜਿੱਥੇ ਆਪਾਂ ਦਰਸ਼ਨ ਇਸ਼ਨਾਨ ਦਾ ਦਾਨ ਅਰਦਾਸ ਵਿੱਚ 2 ਵੇਲੇ ਘੱਟ ਤੋਂ ਘੱਟ ਜ਼ਰੂਰ ਮੰਗਦੇ ਹਾਂ, ਸਿਰਜਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਰਨੀ ਸ਼ੁਰੂ ਕੀਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਮੁਕੰਮਲ ਕਰਵਾਈ ਹੈ, ਅਤੇ ਇਤਿਹਾਸ ਲਿਖਦਾ ਹੈ ਕਿ ਸਰੋਵਰ ਦੀ ਜਦੋਂ ਖੁਦਾਈ ਚੱਲ ਰਹੀ ਸੀ ਅਤੇ ਉਹਦੇ ਵਿੱਚੋਂ ਜਿਹੜੀ ਮਿੱਟੀ ਕੱਢੀ ਜਾਂਦੀ ਸੀ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਪਾਸੇ ਜਿੱਥੇ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਸੁਭਾਇਮਾਨ ਹੈ, ਇੱਕ ਉੱਚਾ ਟਿੱਲਾ ਬਣਾਇਆ ਹੈ, ਇੱਕ ਚਬੂਤਰਾ ਬਣਾਇਆ ਹੈ ਉਸ ਮਿੱਟੀ ਦਾ। ਉਸ ਤੋਂ ਅੱਗੇ ਚੱਲਦਿਆਂ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਾ ਨਿਭਾਈ ਹੈ, ਅਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਵੀ ਆਪ ਉੱਥੇ ਸੇਵਾ ਕਰਦੇ ਵਿਰਾਜਦੇ ਵੀ ਰਹੇ ਨੇ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਪਾਵਨ ਬੇਰੀਆਂ ਦੀ ਆਪਾਂ ਗੱਲ ਕਰਦੇ ਹਾਂ, ਸਤਿਗੁਰ ਛਾਵੇਂ ਬਹਿ ਕੇ ਸੰਗਤਾਂ ਦੀਆਂ ਸੇਵਾਵਾਂ ਦੇਖਦੇ ਰਹੇ ਨੇ ਅਤੇ ਕਰਦੇ ਰਹੇ ਨੇ, ਉਸੇ ਉਸ ਚਬੂਤਰੇ 'ਤੇ ਵੀ ਸੁਭਾਈਮਾਨ ਹੁੰਦੇ ਰਹੇ ਨੇ, ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰੂ ਕੀ ਗੁਰਬਾਣੀ ਨੂੰ ਇਕੱਤਰ ਕਰਦਿਆਂ ਹੋਇਆਂ ਸ਼੍ਰੀ ਆਦਿ ਗ੍ਰੰਥ ਸਾਹਿਬ ਜਿਹੜੇ ਪਹਿਲੇ ਸਰੂਪ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੰਪੂਰਨ ਕੀਤੇ, ਗੁਰੂ ਕੀ ਬਾਣੀ ਇਕੱਤਰ ਕੀਤੀ, ਭਗਤ ਸਾਹਿਬਾਨ ਜੀ ਦੀ ਬਾਣੀ ਇਕੱਤਰ ਕੀਤੀ, ਅਤੇ ਉਹਨਾਂ ਨੂੰ ਸੁਸ਼ੋਭਿਤ ਕਰਨ ਵਾਸਤੇ ਜਿੱਥੇ ਦਰਬਾਰ ਸਾਹਿਬ ਜੀ ਦੇ ਅੰਦਰ ਬਾਬਾ ਬੁੱਢਾ ਜੀ ਪਾਸੋਂ ਸੇਵਾ ਲਈ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸੁੱਖ ਆਸਣ ਵਾਸਤੇ ਇੱਕ ਕੱਚੀ ਕੋਠੀ, ਇੱਕ ਕੋਠੀ ਬਣਾਈ ਜਿਸ ਨੂੰ ਕਿ ਅਸੀਂ ਅੱਜ ਕੋਠਾ ਸਾਹਿਬ ਕਹਿੰਦੇ ਹਾਂ, ਉਹ ਵੀ ਉਸ ਚਬੂਤਰੇ ਦੀ ਜਗ੍ਹਾ 'ਤੇ ਬਣੀ ਸੀ ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਸੇਵਾ ਆਰੰਭ ਕੀਤੀ। ਸਮੇਂ ਨੇ ਆਪਣੀ ਚਾਲ ਚੱਲੀ ਹੈ, ਸ਼ਹੀਦੀ ਦਿਹਾੜਾ ਆਪਾਂ ਮਨਾ ਕੇ ਸੰਗਤ ਜੀ ਆਏ ਹਾਂ,
ਆਪ ਸੰਗਤਾਂ ਜਾਣਦੇ ਹੋ ਕਿ ਜ਼ਾਲਮ ਨੂੰ ਕਦੇ ਵੀ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਉਹਦੀ ਕੁਰਸੀ ਦੇ ਸਾਹਮਣੇ ਕੋਈ ਹੋਰ ਕੁਰਸੀ ਆਵੇ ਜਾਂ ਜਿਹੜਾ ਹੁਕਮਰਾਨ ਹੁੰਦਾ ਹੈ ਉਹਦੇ ਹੁਕਮਰਾਨ ਦੇ ਬਰਾਬਰ ਦੀ ਧਿਰ ਕੋਈ ਪੈਦਾ ਹੋਵੇ। ਅਤੇ ਜਦੋਂ ਗੁਰੂ ਨਾਨਕ ਦੇ ਘਰ ਨੇ ਹੋ ਰਹੇ ਜ਼ੁਲਮ ਨੂੰ ਡੱਕਣ ਵਾਸਤੇ ਆਵਾਜ਼ ਬੁਲੰਦ ਕੀਤੀ ਹੈ, ਬਾਬਰ ਨੂੰ ਜਾਬਰ ਆਖਿਆ ਗਿਆ ਹੈ, ਅਤੇ ਸਮੇਂ ਸਮੇਂ ਦੌਰਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜ਼ਾਲਮਾਂ ਨੂੰ ਇਹ ਗੱਲ ਅਹਿਸਾਸ ਕਰਵਾਈ ਹੈ ਕਿ ਅਸੀਂ ਤੁਹਾਡੀ ਈਨ ਨਹੀਂ ਮੰਨਣੀ, ਕੇਵਲ ਉਸ ਨਿਰੰਕਾਰ ਉਸ ਪਰਮਾਤਮਾ ਨੂੰ ਮੰਨਣਾ ਹੈ ਅਤੇ ਜਿਸ ਦੇ ਬਣਾਏ ਹੋਏ ਸਭ ਇਨਸਾਨ ਬਰਾਬਰ ਹਨ, ਕਿਸੇ ਦੀ ਗੁਲਾਮੀ ਜਾਂ ਕਿਸੇ ਦੀ ਅਧੀਨਤਾ ਗੁਰੂ ਨਾਨਕ ਦਾ ਘਰ ਸਵੀਕਾਰ ਨਹੀਂ ਕਰਦਾ। ਅਤੇ ਉਹਨਾਂ ਨੇ ਸਮੇਂ ਸਮੇਂ ਅਨੁਸਾਰ ਗੁਰੂ ਸਾਹਿਬ ਜੀ ਨੂੰ ਤਸੀਹੇ ਦੇਣੇ ਅਤੇ ਅਨੇਕਾਂ ਢੰਗ ਤਰੀਕੇ ਵਰਤਣੇ ਸ਼ੁਰੂ ਕੀਤੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੱਤੀਆਂ ਤਵੀਆਂ 'ਤੇ ਬਿਠਾ ਦੇਣਾ, ਤੱਤਾ ਰੇਤਾ ਸੀਸ ਦੇ ਵਿੱਚ ਪਾ ਦੇਣਾ, ਉਬਲਦੀਆਂ ਦੇਗਾਂ ਦੇ ਵਿੱਚ ਬਿਠਾ ਦੇਣਾ। ਆਪ ਸੰਗਤਾਂ ਨੇ ਸਾਰਾ ਇਤਿਹਾਸ ਸਰਵਣ ਕੀਤਾ ਹੈ, ਪਰ ਸੰਗਤ ਜੀ ਕਾਰਨ ਕੀ? ਜਾਂ ਤਾਂ ਮੁਸਲਮਾਨ ਹੋ ਜਾਓ, ਸਿੱਖੀ ਦਾ ਰਸਤਾ ਛੱਡ ਦਿਓ, ਆਪਣਾ ਧਰਮ ਛੱਡ ਦਿਓ, ਸਾਡੀ ਅਧੀਨਤਾ ਮੰਨ ਲਓ, ਨਹੀਂ ਤਾਂ ਫਿਰ ਕੁਰਬਾਨ ਹੋ ਜਾਓ, ਸ਼ਹੀਦ ਹੋਣ ਲਈ ਤਿਆਰ ਹੋ ਜਾਓ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੁਰਬਾਨੀ ਕਰ ਦਿੱਤੀ ਹੈ ਅਤੇ ਨਾਲ ਇਹ ਸੰਦੇਸ਼ ਦੇ ਦਿੱਤਾ, ਇਹ ਉਪਦੇਸ਼ ਦੇ ਦਿੱਤਾ ਹੈ ਕਿ ਭਾਈ ਕੱਲ੍ਹ ਨੂੰ ਕਿਤੇ ਕੋਈ ਐਸੀ ਉਂਗਲ ਨਾ ਚੁੱਕ ਦੇਵੇ। ਅੱਜ ਵੀ ਸਮਾਂ ਸੰਗਤ ਜੀ ਬਹੁਤ ਤਰਕਬਾਨ ਹੋ ਗਿਆ ਹੈ ਨਾ, ਕਈ ਵਾਰ ਸੰਗਤ ਦੇ ਵਿੱਚ ਵੀ ਬੈਠਿਆਂ ਹੋਇਆਂ ਘੰਟਾ ਡੇਢ ਘੰਟਾ ਕਥਾ ਸਰਵਣ ਕਰ ਲਈਏ, ਗੁਰੂ ਕੇ ਬਚਨ ਗੁਰੂ ਕੀ ਗੱਲ ਅਸੀਂ ਘੱਟ ਗੌਰ ਕਰਦੇ ਹਾਂ, ਅਤੇ ਜੇ ਕੋਈ ਬਚਨ ਐਸਾ ਆ ਜਾਵੇ ਉਸ ਨੂੰ ਅਸੀਂ ਬੜੀ ਛੇਤੀ ਕੈਚ ਕਰਦੇ ਹਾਂ ਕਿ ਬਾਅਦ ਦੇ ਵਿੱਚ ਅਸੀਂ ਜਿਹੜਾ ਉਸਦਾ ਕੋਈ ਵਾਵੇਲਾ ਖੜ੍ਹਾ ਕਰ ਸਕੀਏ, ਬਿਰਤੀ ਬਣ ਗਈ ਹੈ ਨਾ ਸਾਡੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਕਿ ਅਸੀਂ ਸ਼ਾਂਤੀ ਦੀ ਹੱਦ ਤੁਹਾਨੂੰ ਵਿਖਾਵਾਂਗੇ ਕਿ ਗੁਰੂ ਨਾਨਕ ਦੇ ਘਰ ਦੇ ਅੰਦਰ ਗੁਰੂ ਕੀ ਗੁਰਬਾਣੀ ਮਨ ਦੇ ਅੰਦਰ ਕਿੰਨੀ ਕੁ ਠੰਡ ਪੈਦਾ ਕਰ ਦਿੰਦੀ ਹੈ, ਮਨ ਦੇ ਅੰਦਰ ਕਿੰਨਾ ਕੁ ਭਰੋਸਾ ਪੈਦਾ ਕਰ ਦਿੰਦੀ ਹੈ, ਆਪਣੇ ਮਨ ਨੂੰ ਅੰਤਰੀਬ ਤੌਰ 'ਤੇ ਕਿੰਨਾ ਕੁ ਬਲਵਾਨ ਅਤੇ ਤਕੜਾ ਕਰ ਦਿੰਦੀ ਹੈ ਕਿ ਬਾਹਰੀ ਸਰੀਰ ਨੂੰ ਭਾਵੇਂ ਟੋਟੇ ਟੋਟੇ ਕਰ ਦਿੱਤਾ ਜਾਵੇ, ਭਾਵੇਂ ਅੱਗ ਦੇ ਵਿੱਚ ਸਾੜ ਦਿਓ, ਉਬਲਦੀਆਂ ਦੇਗਾਂ ਦੇ ਵਿੱਚ ਬਿਠਾ ਦਿਓ, ਪਰ ਗੁਰੂ ਨਾਨਕ ਨਾਮ ਦੀ ਗੁਰਬਾਣੀ ਰੂਪੀ ਠੰਡ ਜੋ ਹਿਰਦੇ 'ਚ ਵਸੀ ਹੋਈ ਹੈ ਉਹ ਬਾਹਰਲੀਆਂ ਅੱਗਾਂ ਕਦੇ ਵੀ ਉਸ ਨੂੰ ਤਪਾ ਨਹੀਂ ਸਕਣਗੀਆਂ। ਇਤਿਹਾਸਕਾਰ ਲਿਖਦੇ ਨੇ ਕਿ ਜ਼ਾਲਮਾਂ ਨੇ ਆਪਣਾ ਜ਼ੋਰ ਲਾ ਲਿਆ ਹੈ ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਅਡੋਲ ਰਹੇ। ਅਤੇ ਮੇਰੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰਾਵੀ ਦਰਿਆ ਦੇ ਅੰਦਰ ਜਦੋਂ ਸੰਗਤ ਜੀ ਕਿਤੇ ਦੁਨਿਆਵੀ, ਮੈਂ ਇੱਕ ਉਦਾਹਰਣ ਆਪ ਜੀ ਨਾਲ ਸਾਂਝੀ ਕਰ ਦੇਵਾਂ, ਸਰੀਰ ਸੜ ਜਾਵੇ ਨਾ, ਬੀਬੀਆਂ ਪ੍ਰਸ਼ਾਦੇ ਪਕਾਉਂਦੀਆਂ ਨੇ, ਘਰਾਂ 'ਚ ਆਪਾਂ ਕੰਮ ਕਰਦੇ ਹਾਂ, ਕਿਤੇ ਤਵੇ 'ਤੇ ਉਂਗਲ ਲੱਗ ਜਾਵੇ ਅਤੇ ਛਾਲੇ ਬਣ ਜਾਂਦੇ ਨੇ, ਅਤੇ ਉਹਨਾਂ ਛਾਲਿਆਂ ਦੇ ਉੱਪਰ ਪਾਣੀ ਦੀ ਇੱਕ ਬੂੰਦ ਵੀ ਜਿਹੜੀ ਹੈ ਉਹ ਬੜੀ ਹੀ ਤੜਫਾਹਟ ਪੈਦਾ ਕਰਦੀ ਹੈ, ਉਸ ਸਰੀਰ ਨੂੰ ਬੜਾ ਹੀ ਦੁੱਖ ਦਿੰਦੀ ਹੈ। ਕਿਉਂ? ਕਿਉਂਕਿ ਉਹ ਛਾਲੇ ਬਣੇ ਹੁੰਦੇ ਨੇ। ਅਤੇ ਜ਼ਾਲਮਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਰਾਵੀ ਦਰਿਆ ਦੇ ਅੰਦਰ ਖੜ੍ਹਾ ਕੀਤਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਛਾਲੇ ਫਿੱਸ ਜਾਣਗੇ ਅਤੇ ਸ਼ਾਇਦ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਸਿੱਖੀ ਡੋਲ ਜਾਵੇ ਅਤੇ ਮੂੰਹ 'ਚੋਂ ਸੀਹ ਕਢਾਈ ਜਾ ਸਕੇ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਖੜ੍ਹੇ ਹੋ ਕੇ ਇੱਕ ਬਚਨ ਕਰ ਦਿੱਤਾ ਕਿ ਸਮਾਂ ਆਵੇਗਾ, ਅੱਜ ਤੁਸੀਂ ਸ਼ਾਂਤੀ ਦੀ ਹੱਦ ਪਰਖੀ ਹੈ, ਇਸ ਸ਼ਾਂਤੀ ਨੂੰ ਤੁਸੀਂ ਖਤਮ ਨਹੀਂ ਕਰ ਸਕੇ, ਪਰ ਅੱਜ ਦੀ ਇਹ ਸ਼ਾਂਤੀ ਆਉਣ ਵਾਲੇ ਸਮੇਂ ਦੇ ਅੰਦਰ ਸਾਡੇ ਪੁੱਤਰ ਹਰਗੋਬਿੰਦ ਦੇ ਰਾਹੀਂ ਕ੍ਰਾਂਤੀ ਨੂੰ ਜਨਮ ਦੇਵੇਗੀ। ਅੱਜ ਤੁਸੀਂ ਸ਼ਾਂਤੀ ਦੇਖੀ ਹੈ ਪਰ ਆਉਣ ਵਾਲਾ ਸਮਾਂ ਕ੍ਰਾਂਤੀ ਦਾ ਹੋਵੇਗਾ, ਸਾਡਾ ਪੁੱਤਰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਕ੍ਰਾਂਤੀ ਦੇ ਰੂਪ ਦੇ ਵਿੱਚ ਪ੍ਰਗਟ ਹੋਣਗੇ ਅਤੇ ਤੁਹਾਡੇ ਜ਼ੁਲਮ ਦਾ ਨਾਸ਼ ਕਰਨ ਵਾਸਤੇ ਅੱਗੇ ਵਧਣਗੇ। ਸਤਿਗੁਰ ਨੇ ਕਿਰਪਾ ਕੀਤੀ ਹੈ, ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ ਜਿੱਥੋਂ ਇਹ ਸਾਰਾ ਇਤਿਹਾਸ ਸੰਗਤ ਜੀ ਸ਼ੁਰੂ ਹੁੰਦਾ ਹੈ।
ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ ਉਪਰੰਤ ਜ਼ਾਲਮਾਂ ਵੱਲੋਂ ਇਹ ਪਹਿਲਾਂ ਵੀ ਫਤਵੇ ਜਾਰੀ ਕੀਤੇ ਗਏ ਸਨ ਕਿ ਕੋਈ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ, ਸਿਰ ਦੇ ਉੱਪਰ ਦਸਤਾਰ ਪੱਗ ਨਹੀਂ ਬੰਨ ਸਕਦਾ, ਕੋਈ ਕਿਰਪਾਨ ਤਲਵਾਰ ਨਹੀਂ ਰੱਖ ਸਕਦਾ ਅਤੇ ਖਾਸ ਤੌਰ 'ਤੇ ਦਿੱਲੀ ਦਾ ਤਖ਼ਤ ਜਿਹੜਾ ਪਹਿਲੇ ਦਿਨ ਤੋਂ ਆਪਣੀ ਈਨ ਮਨਾਉਣ ਵਾਸਤੇ ਤੁਲਿਆ ਰਿਹਾ ਏ, ਉਹਨਾਂ ਵੱਲੋਂ ਇਹ ਗੱਲ ਕਹੀ ਜਾਂਦੀ ਸੀ ਕਿ ਦਿੱਲੀ ਦੇ ਤਖ਼ਤ ਤੋਂ ਉੱਚਾ ਤਖ਼ਤ ਕੋਈ ਹੋਰ ਕੁੱਲ ਦੁਨੀਆ 'ਚ ਹੋ ਨਹੀਂ ਸਕਦਾ ਜਿੱਥੇ ਤੱਕ ਉਹਨਾਂ ਦਾ ਇਹ ਰਾਜ ਭਾਗ ਹੈ। ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਰਹਿਮਤ ਕੀਤੀ ਕਿ ਉਸ ਜ਼ਾਲਮ ਨੂੰ ਦੱਸਿਆ ਹੈ ਕਿ ਤੁਸੀਂ ਆਪਣਾ ਜ਼ੋਰ ਲਾ ਕੇ ਥੱਕ ਚੁੱਕੇ ਹੋ, ਪਰ ਗੁਰੂ ਨਾਨਕ ਦਾ ਘਰ ਹੁਣ ਸ਼ਾਂਤੀ ਤੋਂ ਬਾਅਦ ਕ੍ਰਾਂਤੀ ਦਾ ਰਸਤਾ ਇਖਤਿਆਰ ਕਰੇਗਾ। ਅਤੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਸਿੱਖਾਂ ਨੂੰ ਹੁਕਮ ਕੀਤਾ ਹੈ ਕਿ ਗੁਰਗੱਦੀ 'ਤੇ ਬਹਿੰਦਿਆਂ ਸਾਰ ਹੁਣ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਜਾਣਗੀਆਂ ਜਿਹੜੀਆਂ ਸਾਧੂ ਸੰਤਾਂ ਦੀਆਂ ਗੁਰਮਤਿ ਦੀ ਰਾਖੀ ਕਰਨਗੀਆਂ, ਗੁਰੂ ਦੇ ਸਿਧਾਂਤ ਦਾ ਪ੍ਰਚਾਰ ਕਰਨਗੀਆਂ ਅਤੇ ਨਾਲ ਹੀ ਚੜ੍ਹ ਕੇ ਆਉਣ ਵਾਲਿਆਂ ਨੂੰ ਉਹਨਾਂ ਦੇ ਰੂਪ ਦੇ ਵਿੱਚ ਉਹਨਾਂ ਦੀ ਬੋਲੀ ਦੇ ਵਿੱਚ ਜਿਹੜਾ ਹੈ ਉਹ ਜਵਾਬ ਦਿੱਤਾ ਜਾਵੇਗਾ। ਇਤਿਹਾਸਕਾਰ ਲਿਖਦੇ ਨੇ 1606 ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਪਾਸੋਂ ਸੇਵਾ ਲਈ ਹੈ ਕਿ ਦਿੱਲੀ ਦਾ ਤਖ਼ਤ ਜਿਹੜਾ 3.5 ਫੁੱਟ ਦੇ ਕਰੀਬ ਤਖ਼ਤ ਸੀ, ਉਸ ਤੋਂ ਉੱਚਾ 9 ਫੁੱਟ ਦਾ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਥੜਾ ਇੱਕ ਬਣਾਇਆ ਗਿਆ ਹੈ ਅਤੇ ਆਪ ਨੇ ਬਚਨ ਸਰਵਣ ਕੀਤੇ ਹੋਣਗੇ, ਬੁੱਢੇ ਅਤੇ ਗੁਰਦਾਸ ਬਣਾਇਓ ਕਿਸੇ ਰਾਜ ਨਾ ਹੱਥ ਲਗਾਇਓ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਸੇਵਕਾਂ ਪਾਸੋਂ ਗੁਰਸਿੱਖਾਂ ਪਾਸੋਂ ਇਹ ਸੇਵਾ ਲਈ ਹੈ ਕਿ ਭਾਈ ਹੁਣ ਜਿਹੜਾ ਸਮਾਂ ਉਹ ਆਪਣੀ ਕਰਵਟ ਬਦਲੇਗਾ ਅਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਦਿੱਲੀ ਤਖ਼ਤ ਦੇ ਬਰਾਬਰ ਉਹਨਾਂ ਦੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਥਾਪਨਾ ਕਰ ਦਿੱਤੀ। ਸਿੱਖਾਂ ਨੂੰ ਹੁਕਮ ਕਰ ਦਿੱਤਾ ਹੈ ਕਿ ਭਾਈ ਦਸਤਾਰਾਂ ਸਜਾਓ, ਘੋੜਿਆਂ ਦੀਆਂ ਸਵਾਰੀਆਂ ਕਰਾਂਗੇ, ਤਲਵਾਰਾਂ ਪਹਿਨਾਂਗੇ, ਫੌਜਾਂ ਰੱਖਾਂਗੇ। ਅਤੇ ਸੰਗਤ ਜੀ, ਕਈ ਵਾਰ ਮੇਰੇ ਗੁਰਮੁਖ ਵੀਰ ਇਹ ਸਵਾਲ ਵੀ ਕਰ ਦਿੰਦੇ ਨੇ, ਇਹ ਜੀ ਗੋਲ ਪੱਗਾਂ ਵਾਲੇ ਅਤੇ ਵੱਡੀਆਂ ਵੱਡੀਆਂ ਪੱਗਾਂ ਵਾਲੇ ਕਿੱਥੋਂ ਆ ਜਾਂਦੇ ਨੇ? ਅਤੇ ਗੁਰੂ ਹਰਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸੀ ਅਤੇ ਉਹਨਾਂ ਨੇ ਗੁਰਸਿੱਖਾਂ ਨੂੰ ਇਹ ਗੱਲ ਕਹੀ ਸੀ ਭਾਈ ਕਿ ਜਿੱਥੇ ਮੁਗਲ ਸ਼ਾਸਕ ਇੱਕ ਪੱਗ ਬੰਨਣ ਵਾਸਤੇ ਮਨਾਹੀ ਕਰਦੇ ਨੇ ਕਿ ਕੋਈ ਪੱਗ ਨਹੀਂ ਬੰਨ ਸਕਦਾ ਉਹਨਾਂ ਦੇ ਅਹਿਲਕਾਰਾਂ ਤੋਂ ਇਲਾਵਾ, ਇੱਥੇ ਗੁਰੂ ਕੇ ਸਿੱਖ ਇੱਕ ਨਹੀਂ ਦੋ ਦੋ ਦਸਤਾਰਾਂ ਸਜਾਇਆ ਕਰਨਗੇ, ਜਿਨ੍ਹਾਂ ਨੂੰ ਦੁਮਾਲਾ ਕਿਹਾ ਜਾਂਦਾ ਹੈ, ਇੱਕ ਅਤੇ ਦੂਸਰਾ ਮਾਲਾ ਭਾਵ ਦੋ ਮਾਲੇ। ਅਤੇ ਗੁਰੂ ਕੇ ਸਿੱਖਾਂ ਨੇ ਉਸੇ ਸਮੇਂ ਤੋਂ ਛੋਟੀ ਦਸਤਾਰ ਥੱਲੇ ਅਤੇ ਵੱਡੀ ਦਸਤਾਰ ਉੱਪਰ ਸਜਾਉਣੀ ਸ਼ੁਰੂ ਕੀਤੀ, ਜਿੱਥੋਂ ਇਹ ਦੁਮਾਲਿਆਂ ਦਾ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਰੰਭ ਕਰਵਾਇਆ। ਅਤੇ ਨਾਲ ਹੀ ਅੱਗੇ ਚੱਲ ਕੇ ਦਸਵੇਂ ਜਾਮੇ 'ਚ ਜਦੋਂ ਆਪਾਂ ਇਤਿਹਾਸ ਪੜ੍ਹਦੇ ਗੁਰੂ ਕਲਗੀਧਰ ਪਿਤਾ ਜੀ ਦਾ ਅਤੇ ਬਾਬਾ ਫਤਿਹ ਸਿੰਘ ਜੀ ਦਾ, ਉੱਥੇ ਵੀ ਦੁਮਾਲਿਆਂ ਦਾ ਜ਼ਿਕਰ ਮਿਲਦਾ ਹੈ। ਸੋ ਸਤਿਗੁਰ ਨੇ ਕਿਰਪਾ ਕੀਤੀ ਕਿ ਭਾਈ ਅੱਜ ਤੋਂ ਬਾਅਦ ਗੁਰੂ ਨਾਨਕ ਦਾ ਘਰ ਜਿਹੜਾ ਕੋਈ ਸ਼ਰਧਾ ਭਾਵਨਾ ਦੇ ਨਾਲ ਗੁਰੂ ਕੀ ਸਿੱਖੀ ਨੂੰ ਮੰਨਦਿਆਂ ਹੋਇਆਂ, ਗੁਰੂ ਦੇ ਸਿਧਾਂਤ ਨੂੰ ਮੰਨਦਿਆਂ ਹੋਇਆਂ ਨਿਮਰਤਾ 'ਚ ਆਵੇਗਾ, ਉਸ ਨੂੰ ਨਿਵਾਜ਼ਿਆ ਜਾਵੇਗਾ ਅਤੇ ਜਿਹੜਾ ਚੜ੍ਹ ਕੇ ਆਵੇਗਾ ਉਸ ਨੂੰ ਉਸੇ ਤਰ੍ਹਾਂ ਦਾ ਜਵਾਬ ਜਿਹੜਾ ਉਹ ਦਿੱਤਾ ਜਾਵੇਗਾ। ਸੋ ਸੰਗਤ ਜੀ, ਸਤਿਗੁਰ ਨੇ ਕਿਰਪਾ ਕੀਤੀ, ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ ਦਿੱਤੀ, ਦਿੱਲੀ ਦੇ ਬਰਾਬਰ ਦਾ ਤਖ਼ਤ ਬਣ ਗਿਆ ਹੈ। ਅਤੇ ਹੁਕਮਰਾਨਾਂ ਨੂੰ ਇਹ ਗੱਲ ਪਹਿਲਾਂ ਵੀ ਨਹੀਂ ਪਚਦੀ ਸੀ ਕਿ ਗੁਰੂ ਨਾਨਕ ਦਾ ਘਰ ਹੱਕ ਅਤੇ ਸੱਚ ਦੀ ਗੱਲ ਕਰਦਾ ਹੈ ਅਤੇ ਫਿਰ ਬਰਾਬਰ ਤਖ਼ਤ ਦੀ ਗੱਲ ਕਿਵੇਂ ਹਜ਼ਮ ਹੁੰਦੀ। ਸਮੇਂ ਦੌਰਾਨ ਅਕਾਲ ਤਖ਼ਤ ਸਾਹਿਬ ਜੀ ਦੇ ਉੱਪਰ ਆਉਣ ਵਾਲਿਆਂ ਦੀਆਂ ਫਰਿਆਦਾਂ ਸੁਣੀਆਂ ਜਾਣ ਲੱਗੀਆਂ ਅਤੇ ਕੇਵਲ ਸਿੱਖਾਂ ਦਾ ਹੀ ਨਹੀਂ ਸੰਗਤ ਜੀ, ਅਕਾਲ ਦਾ ਤਖ਼ਤ ਉਸ ਪਰਮਾਤਮਾ ਦਾ ਤਖ਼ਤ ਸੀ ਜਿੱਥੇ ਜਿਹੜਾ ਸਭ ਦਾ ਨਿਆਂ ਕਰਦਾ ਸੀ ਅਤੇ ਸਭ ਦੇ ਹੱਕ ਅਤੇ ਸੱਚ ਵਾਸਤੇ ਉਹ ਅੱਗੇ ਆਇਆ।
ਸੰਗਤਾਂ ਨੇ ਬਹੀਰਾਂ ਕੱਤ ਲਈਆਂ ਨੇ, ਸੰਗਤਾਂ ਦੇ ਫੈਸਲੇ ਹੋਣੇ ਸ਼ੁਰੂ ਹੋ ਗਏ ਨੇ, ਅਤੇ ਮੁਗਲ ਸਰਕਾਰਾਂ ਨੂੰ ਫਿਕਰ ਪੈ ਗਿਆ ਕਿ ਬਰਾਬਰ ਦਾ ਤਖ਼ਤ ਖੜ੍ਹਾ ਹੋ ਗਿਆ। ਅਤੇ ਦਿੱਲੀ ਦੀ ਟੱਕਰ ਸੰਗਤ ਜੀ ਉਸ ਸਮੇਂ ਤੋਂ ਲੈ ਕੇ ਅੱਜ ਦੇ ਸਮੇਂ ਤੱਕ ਅਕਾਲ ਤਖ਼ਤ ਸਾਹਿਬ ਜੀ ਦੇ ਨਾਲ ਚੱਲਦੀ ਆ ਰਹੀ ਹੈ। ਸਮੇਂ ਸਮੇਂ ਦੇ ਉੱਪਰ ਮੁਗਲਾਂ ਨੇ ਹਮਲੇ ਕੀਤੇ ਨੇ, ਦਰਬਾਰ ਸਾਹਿਬ ਜੀ ਦੇ ਸਰੋਵਰ ਨੂੰ ਪੂਰ ਦੇਣਾ, ਅਕਾਲ ਤਖ਼ਤ ਸਾਹਿਬ ਜੀ ਨੂੰ ਖਤਮ ਕਰਨ ਦੇ ਯਤਨ ਕਰਨੇ, ਪਰ ਇਤਿਹਾਸ ਗਵਾਹ ਹੈ ਕਿ 152 ਦਿਨ ਤੋਂ ਵੱਧ ਕੋਈ ਵੀ ਉਹ ਬਚਿਆ ਨਹੀਂ ਜਿਹੜਾ ਅਕਾਲ ਦੇ ਤਖ਼ਤ ਨੂੰ ਢਾਉਣ ਵਾਸਤੇ ਆਇਆ ਹੈ। ਮੇਰਾ ਸਮਾਂ ਸੰਗਤ ਜੀ ਜਿਹੜਾ ਉਹ ਤਕਰੀਬਨ ਸਮਾਪਤ ਹੈ, 2 ਕੁ ਮਿੰਟ ਆਪ ਸੰਗਤਾਂ ਦੇ ਹੋਰ ਲਵਾਂਗਾ। ਕੀਰਤਨੀ ਜੱਥਾ ਵੀ ਭਾਈ ਸਾਹਿਬ ਪਹੁੰਚ ਚੁੱਕੇ ਨੇ। ਸੋ ਅਕਾਲ ਤਖ਼ਤ ਸਾਹਿਬ ਜੀ ਦੇ ਬਾਰੇ ਦੇ ਵਿੱਚ ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਸੰਗਤ ਜੀ ਜਿਹੜੀ ਲੋੜ ਹੈ ਕਿ ਜ਼ਾਲਮਾਂ ਨੂੰ ਪਤਾ ਹੈ ਕਿ ਜਦੋਂ ਵੀ ਆਵਾਜ਼ ਉੱਠੀ ਹੈ ਅਤੇ ਦੁਨੀਆ ਦੇ ਤਖ਼ਤ ਦਾ ਮੁਕਾਬਲਾ ਜੇਕਰ ਕਿਸੇ ਤਖ਼ਤ ਨੇ ਕੀਤਾ ਹੈ ਤਾਂ ਉਹ ਹੈ ਅਕਾਲ ਦਾ ਤਖ਼ਤ ਸ਼੍ਰੀ ਅਕਾਲ ਤਖ਼ਤ ਸਾਹਿਬ। ਜਦੋਂ ਜਦੋਂ ਗੁਰੂ ਕੇ ਆਸਰੇ ਅਨੁਸਾਰ ਗੁਰੂ ਕੇ ਸਿੱਖਾਂ ਨੇ, ਗੁਰੂ ਕੇ ਸੇਵਾਦਾਰਾਂ ਨੇ, ਗੁਰੂ ਨਾਨਕ ਦੀ ਸਿੱਖੀ ਨੂੰ ਮੰਨਣ ਵਾਲਿਆਂ ਨੇ ਅਕਾਲ ਤਖ਼ਤ 'ਤੇ ਬਹਿ ਕੇ ਹੱਕ ਅਤੇ ਸੱਚ ਦੇ ਫੈਸਲੇ ਕੀਤੇ ਨੇ, ਇਤਿਹਾਸ ਗਵਾਹ ਹੈ ਅਕਾਲ ਤਖ਼ਤ ਸਾਹਿਬ ਜੀ ਤੋਂ ਲੱਗਾ ਕੋਈ ਵੀ ਮੋਰਚਾ ਅੱਜ ਤੱਕ ਕਦੇ ਫੇਲ ਨਹੀਂ ਹੋਇਆ। ਪਰ ਸਮੇਂ ਸਮੇਂ ਦੌਰਾਨ ਜਿੱਥੇ ਜ਼ਾਲਮਾਂ ਨੇ ਦਰਬਾਰ ਸਾਹਿਬ ਨੂੰ ਪੂਰਨ ਦੇ ਯਤਨ ਕੀਤੇ, ਮਸੰਦਾਂ ਨੇ ਪ੍ਰਬੰਧ ਸੰਭਾਲਿਆ ਹੈ, ਗੁਰਸਿੱਖਾਂ ਨੂੰ ਜੰਗਲਾਂ 'ਚ ਜੀਵਨ ਬਤੀਤ ਕਰਨਾ ਪਿਆ ਹੈ, ਉੱਥੇ ਸਮੇਂ ਸਮੇਂ ਅਨੁਸਾਰ ਧਾੜਵੀ ਆ ਕੇ ਤਖ਼ਤਾਂ 'ਤੇ ਬਹਿੰਦੇ ਰਹੇ ਨੇ, ਪਰ ਗੁਰੂ ਕੇ ਖਾਲਸੇ ਨੇ ਗੁਰੂ ਕੀ ਓਟ ਆਸਰੇ ਅਨੁਸਾਰ ਉਸ ਅਕਾਲ ਤਖ਼ਤ ਨੂੰ ਇੱਕ ਵਾਰ ਨਹੀਂ ਅਨੇਕਾਂ ਵਾਰ ਆਜ਼ਾਦ ਵੀ ਕਰਵਾਇਆ ਹੈ ਅਤੇ ਉਸ ਅਕਾਲ ਤਖ਼ਤ ਤੋਂ ਹੱਕ ਸੱਚ ਦੇ ਫੈਸਲੇ ਵੀ ਹੋਏ ਨੇ। ਪਰ ਮੌਜੂਦਾ ਸਮੇਂ ਦੇ ਅੰਦਰ ਸੰਗਤ ਜੀ ਇਹ ਪ੍ਰਚਾਰ ਕਰਨਾ ਸਰਕਾਰਾਂ ਵਾਸਤੇ ਬੜਾ ਜ਼ਰੂਰੀ ਸੀ ਕਿ ਜੇਕਰ ਸਿੱਖ ਕੌਮ ਨੂੰ ਖਤਮ ਕਰਨਾ ਹੈ ਤਾਂ ਅਕਾਲ ਤਖ਼ਤ ਸਾਹਿਬ ਤੋਂ ਤੋੜਿਆ ਜਾਵੇ। ਹੋ ਸਕਦਾ ਹੈ ਕੁਝ ਇੱਕ ਫੈਸਲੇ ਹੋਣ ਜਿਹੜੇ ਸੰਗਤ ਨੇ ਪ੍ਰਵਾਨ ਨਹੀਂ ਕੀਤੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸਮੇਂ ਦੀ ਲੋੜ ਅਨੁਸਾਰ ਸੰਗਤ ਜੋ ਮਹਿਸੂਸ ਕਰਦੀ ਹੈ ਉਹ ਸੁਨੇਹਾ, ਉਹ ਸੰਦੇਸ਼ ਸਾਨੂੰ ਨਾ ਮਿਲਿਆ ਹੋਵੇ, ਪਰ ਸੰਗਤ ਦੀ ਇਤਿਹਾਸ ਪੜ੍ਹ ਕੇ ਦੇਖ ਲਓ, ਇਹ ਪਹਿਲੀ ਵਾਰ ਨਹੀਂ ਹੋਇਆ ਕਿ ਅਕਾਲ ਤਖ਼ਤ ਨੂੰ ਖਤਮ ਕਰਨ ਦੇ ਯਤਨ ਕੀਤੇ ਗਏ ਨੇ, ਢਾ ਕੇ ਦੁਬਾਰਾ ਬਣਾਇਆ ਜਾ ਸਕਿਆ ਹੈ, ਖਤਮ ਕਰਕੇ ਦੁਬਾਰਾ ਪੈਦਾ ਕੀਤਾ ਜਾ ਸਕਿਆ ਹੈ, ਵਾਹਿਗੁਰੂ ਸਿਰਜਿਆ ਗਿਆ ਅਕਾਲ ਤਖ਼ਤ ਸੱਚੇ ਪਾਤਸ਼ਾਹ ਅਤੇ ਬਿਲਡਿੰਗ ਦੁਬਾਰਾ ਬਣਾਈ ਜਾ ਸਕੀ ਹੈ। ਪਰ ਅੱਜ ਇਹ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਕਿ ਸਿੱਖਾਂ ਦੇ ਮਨ ਦੇ ਅੰਦਰੋਂ ਅਕਾਲ ਤਖ਼ਤ ਸਾਹਿਬ ਖਤਮ ਕਰ ਦਿੱਤਾ ਜਾਵੇ, ਅਤੇ ਮਾਫ਼ ਕਰਿਓ ਆਪਣੇ 'ਚੋਂ ਜਿੰਨੇ ਕੁ ਬੈਠੇ ਹਾਂ ਕੋਈ ਵਿਰਲਾ ਹੋਵੇਗਾ ਜਿਹੜਾ ਇਸ ਗੱਲ ਦੇ ਨਾਲ ਸਹਿਮਤ ਨਾ ਹੋਵੇ, ਨਹੀਂ ਤਾਂ ਸਭ ਦੇ ਮਨ ਦੇ ਅੰਦਰ ਕਿਤੇ ਨਾ ਕਿਤੇ ਇਹ ਭਾਵਨਾ ਅੱਜ ਦੁਸ਼ਮਣ ਪੈਦਾ ਕਰ ਚੁੱਕਾ ਹੈ ਕਿ ਅਕਾਲ ਤਖ਼ਤ ਸਾਹਿਬ ਜੀ ਦਾ ਨਾਂ ਆਉਂਦਿਆਂ ਸਾਰ ਅਸੀਂ ਪਹਿਲਾਂ ਹੀ ਕਹਿ ਦਿੰਦੇ ਹਾਂ ਜੀ ਛੱਡੋ, ਅਸੀਂ ਕੀ ਲੈਣਾ, ਉੱਥੋਂ ਤਾਂ ਸਾਡੀ ਗੱਲ ਨਹੀਂ ਹੋ ਰਹੀ, ਭਾਵ ਤੁਹਾਡੇ ਮਨ 'ਚੋਂ ਤੁਹਾਡੇ ਹਿਰਦੇ 'ਚੋਂ ਅਕਾਲ ਤਖ਼ਤ ਦਾ ਕੰਸੈਪਟ ਹੀ ਖਤਮ ਕਰ ਦਿੱਤਾ ਜਾਵੇ। ਗੁਰਮੁਖੋ ਸੇਵਾਦਾਰ ਆਉਂਦੇ ਰਹੇ ਨੇ, ਸੇਵਾਦਾਰ ਆਉਂਦੇ ਰਹਿਣਗੇ। ਅਕਾਲ ਦਾ ਤਖ਼ਤ ਪਹਿਲਾਂ ਵੀ ਸੀ, ਅੱਜ ਵੀ ਹੈ ਅਤੇ ਅੱਗੇ ਵੀ ਰਹੇਗਾ, ਪਰ ਜੇਕਰ ਗੁਰਸਿੱਖਾਂ ਨੇ ਆਪ ਹੀ ਅਕਾਲ ਤਖ਼ਤ ਨੂੰ ਛੱਡ ਦਿੱਤਾ, ਆਪ ਹੀ ਅਕਾਲ ਤਖ਼ਤ ਸਾਹਿਬ ਤੋਂ ਬਾਗੀ ਹੋ ਗਏ, ਅਤੇ ਦੁਨੀਆ ਦੇ ਅੰਦਰ ਕੋਈ ਹੋਰ ਥਾਂ, ਕੋਈ ਹੋਰ ਠੌਰ ਨਹੀਂ ਮਿਲਣੀ, ਇਹ ਯਾਦ ਰੱਖਿਓ। ਭਾਵੇਂ UNO 'ਚ ਭੱਜ ਲਈਏ, ਭਾਵੇਂ ਅਮਰੀਕਾ ਕਨੇਡਾ ਨੂੰ ਨਾਲ ਲੈ ਲਈਏ, ਅਤੇ ਭਾਵੇਂ ਦੁਨੀਆ ਦੇ ਕਿਸੇ ਮੁਲਕ ਨੂੰ ਤੁਸੀਂ ਨਾਲ ਲੈ ਲਓ, ਜੋ ਮਰਜ਼ੀ ਪਟੀਸ਼ਨਾਂ ਪਾ ਲਿਓ, ਜੇਕਰ ਫੈਸਲੇ ਹੋਏ ਨੇ ਇਤਿਹਾਸ ਗਵਾਏ ਅਤੇ ਅਕਾਲ ਤਖ਼ਤ ਤੋਂ ਹੋਏ ਨੇ, ਅਤੇ ਆਉਣ ਵਾਲੇ ਸਮੇਂ ਦੇ ਅੰਦਰ ਵੀ ਖਾਲਸਾ ਕੌਮ ਨੂੰ, ਖਾਲਸਾ ਪੰਥ ਨੂੰ ਕੁਝ ਪ੍ਰਾਪਤੀ ਹੋਣੀ ਹੈ, ਅਤੇ ਉਹ ਅਕਾਲ ਤਖ਼ਤ ਸਾਹਿਬ ਜੀ ਤੋਂ ਮੋਰਚੇ ਲੱਗਣਗੇ, ਗੁਰੂ ਦੇ ਓਟ ਆਸਰੇ ਅਨੁਸਾਰ ਸੂਝਵਾਨ ਅਤੇ ਪੰਥ ਦੇ ਹੱਕਾਂ ਦੇ ਖਾਤਰ ਜੂਝਣ ਵਾਲੇ ਗੁਰੂ ਕੇ ਸਿੱਖ ਆਉਣਗੇ, ਤਦ ਹੀ ਸਾਡੀ ਪੂਰੀ ਪੈਣੀ ਹੈ, ਨਹੀਂ ਤਾਂ ਬਾਕੀ ਭੱਜ ਭੱਜ ਕੇ ਵੇਖ ਲੈ, ਆਉਣ ਵਾਲੇ ਸਮੇਂ 'ਚ ਤੁਸੀਂ ਹੋਰ ਵੀ ਵੇਖ ਸਕਦੇ ਹੋ। ਸੋ ਅੱਜ ਜਿੱਥੇ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਕੁਝ ਇੱਕ ਵਿਚਾਰ ਆਪ ਸੰਗਤ ਦੇ ਨਾਲ ਸਾਂਝੇ ਕੀਤੇ ਨੇ,
ਮੋਰਚੇ ਸੰਗਤ ਜੀ ਅੱਜ ਵੀ ਲੱਗੇ ਨੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਭਾਈ ਸਾਹਿਬ ਕਹਿ ਕੇ ਗਏ ਨੇ ਕਿ ਸਾਡੀ ਇੱਕ ਮਨੁੱਖ ਦੀ ਕੁਦਰਤੀ ਤੌਰ ਦੇ ਅੰਦਰ ਇਹ ਭਾਵਨਾ ਹੈ ਕਿ ਅਸੀਂ ਹਮੇਸ਼ਾ ਸਰੀਰ ਨੂੰ ਵੇਖਦੇ ਹਾਂ, ਮਨੁੱਖ ਤੋਂ ਕੁਝ ਨਾ ਕੁਝ ਭਾਲਦੇ ਹਾਂ ਅਤੇ ਇਹ ਭੁੱਲ ਜਾਂਦੇ ਹਾਂ ਕਿ ਦੇਣ ਵਾਲਾ ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ। ਜਿੰਨੀ ਦੇਰ ਤੱਕ ਓਟ ਅਤੇ ਆਸਰਾ ਗੁਰੂ ਦਾ ਹੈ ਉਨੀ ਦੇਰ ਤੱਕ ਕਦੇ ਨਿਰਾਸ਼ਤਾ ਨਹੀਂ ਹੋਵੇਗੀ। ਜਦੋਂ ਮਨੁੱਖਾਂ 'ਤੇ ਭਰੋਸਾ ਕਰਨ ਲੱਗ ਪਏ, ਮਨੁੱਖਾਂ ਨੂੰ ਆਪਣਾ ਆਸਰਾ ਮੰਨਣ ਲੱਗ ਪਏ ਅਤੇ ਫਿਰ ਪ੍ਰਾਪਤੀਆਂ ਨਹੀਂ ਹੋਇਆ ਕਰਦੀਆਂ। ਅਤੇ ਹੁਣ ਵੀ ਜਦੋਂ ਪਿਛਲੇ ਸਮੇਂ ਦੌਰਾਨ ਵੀ ਆਪ ਦੇਖਦੇ ਹੋ ਮੋਰਚੇ ਲੱਗੇ ਨੇ, ਕਮਜ਼ੋਰੀ ਕਿੱਥੇ ਆ ਜਾਂਦੀ ਹੈ ਕਿ ਅਸੀਂ ਮਨੁੱਖਾਂ ਨੂੰ ਅੱਗੇ ਕਰ ਲੈਂਦੇ ਹਾਂ ਅਤੇ ਮਨੁੱਖਾਂ 'ਤੇ ਆਪਣਾ ਭਰੋਸਾ ਜਿਤਾ ਦਿੰਦੇ ਹਾਂ। ਗੁਰੂ ਨੂੰ ਛੱਡ ਕੇ ਸਰੀਰ ਦੇ ਮਗਰ ਤੁਰ ਪੈਂਦੇ ਹਾਂ ਅਤੇ ਸਰੀਰ ਮਿੱਟੀ ਹੈ ਸੰਗਤ ਜੀ, ਅਤੇ ਮਿੱਟੀ ਨੇ ਇੱਕ ਦਿਨ ਮਿੱਟੀ ਹੋ ਜਾਣਾ ਹੈ। ਗੁਰੂ ਕਿਰਪਾ ਕਰੇ ਅਤੇ ਆਪਣੀ ਸੇਵਾ ਲੈ ਸਕਦਾ ਹੈ। ਸਰੀਰਾਂ ਨੇ ਕਦੇ ਵੀ ਗੁਰੂ ਦੇ ਫੈਸਲੇ ਨਹੀਂ ਕਰਨੇ, ਗੁਰੂ ਦੇ ਫੈਸਲੇ ਗੁਰੂ ਕੀ ਗੁਰਬਾਣੀ, ਗੁਰੂ ਕਾ ਸਿਧਾਂਤ ਆਪ ਕਰੇਗਾ। ਸੋ ਸਤਿਗੁਰੂ ਕਿਰਪਾ ਕਰੇ, ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹਿ ਕਰਕੇ ਬਰਦਾਸ਼ਤ ਕੀਤਾ ਹੈ, ਸੁਣਿਆ ਹੈ। ਅਤੇ ਮੈਂ ਉਮੀਦ ਕਰਦਾ ਕਿ ਇਸ ਗੱਲ ਨੂੰ ਆਪਣੇ ਮਨ ਹਿਰਦੇ 'ਚ ਵਸਾਇਆ ਹੋਵੇਗਾ ਕਿ ਜਿੱਥੇ ਗੁਰੂ ਕੀ ਗੁਰਬਾਣੀ ਜ਼ਰੂਰੀ ਹੈ ਉੱਥੇ ਗੁਰੂ ਕਾ ਇਤਿਹਾਸ, ਸਿੱਖਾਂ ਵੱਲੋਂ ਮਾਰੇ ਹੋਏ ਮੋਰਚਿਆਂ ਦਾ ਇਤਿਹਾਸ ਵੀ ਸਾਡੇ ਵਾਸਤੇ ਉਨਾ ਹੀ ਜ਼ਰੂਰੀ ਹੈ। ਕੌਮ ਤਦ ਹੀ ਜ਼ਿੰਦਾ ਰਹਿ ਸਕਦੀ ਹੈ। ਪ੍ਰਬੰਧਕਾਂ ਦਾ, ਗ੍ਰੰਥੀ ਸਾਹਿਬਾਨ ਦਾ, ਭਾਈ ਦਵਿੰਦਰ ਸਿੰਘ ਜੀ ਹੁਣੇ ਬੈਠੇ ਨੇ, ਸਾਰੇ ਸਿੰਘ ਸਾਹਿਬਾਨ ਜਿਨ੍ਹਾਂ ਨੇ ਸਮਾਂ ਬਖਸ਼ ਕਰਕੇ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਨੇ, ਧੰਨਵਾਦ ਕਰਨਾ ਚਾਹੁੰਦਾ। ਅਤੇ ਕੋਟਾਨ ਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਜਿਹੜੇ ਉਦਮ ਉਤਸ਼ਾਹ ਬਖਸ਼ ਕਰਕੇ ਆਉਣ ਵਾਲੇ ਸਮੇਂ ਦੌਰਾਨ ਵੀ ਗੁਰਮੁਖਾਂ ਨੇ ਪ੍ਰੋਗਰਾਮ ਦਰਸਾਏ ਨੇ, ਮਨਾਏ ਜਾਣੇ ਨੇ, ਸ਼ਾਮਾਂ ਦੇ ਦੀਵਾਨ ਵੀ ਸਜਣਗੇ, ਐਤਵਾਰ ਦੇ ਦੀਵਾਨ ਵੀ ਸਜਿਆ ਕਰਨਗੇ। ਆਪ ਸੰਗਤਾਂ ਇਸੇ ਤਰ੍ਹਾਂ ਗੁਰੂ ਕੀਆਂ ਖੁਸ਼ੀਆਂ ਲੈਣ ਵਾਸਤੇ ਹਾਜ਼ਰ ਹੁੰਦੇ ਰਹੋ। ਭਾਈ ਗੁਰੂ ਕੀ ਉਸਤਤ ਕਰਦਿਆਂ ਇੱਕ ਨਹੀਂ ਅਨੇਕਾਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ, ਇੱਕੋ ਸ਼ਬਦ ਕਹਿ ਕੇ ਆਪ ਤੋਂ ਖਿਮਾ ਲੈ ਲਵਾਂ। ਅੱਜ ਦੇ ਮੌਜੂਦਾ ਸਮੇਂ ਦੇ ਅੰਦਰ ਜੋ ਨਾਸਤਿਕਤਾ ਦਾ ਪ੍ਰਚਾਰ ਸੰਗਤ ਜੀ ਹੋ ਰਿਹਾ ਹੈ ਉਸ ਤੋਂ ਕਿਨਾਰਾ ਕਰ ਲਈਏ। ਗੁਰੂ ਕੀ ਗੁਰਬਾਣੀ ਸਾਡੇ ਵਾਸਤੇ ਅਟਲ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤੁੱਲ ਕੋਈ ਨਹੀਂ, ਪਰ ਗੁਰੂ ਕਾ ਇਤਿਹਾਸ ਅਤੇ ਹੋਰ ਸੱਚੇ ਪਾਤਸ਼ਾਹ ਵੱਲੋਂ ਕੀਤੇ ਹੋਏ ਕੌਤਕ ਵੀ ਸਾਡੇ ਵਾਸਤੇ ਸਤਿਕਾਰਯੋਗ ਹਨ। ਅਤੇ ਜੇਕਰ ਅਸੀਂ ਇਸੇ ਗੱਲ ਨੂੰ ਫੜ ਕੇ ਬਹਿ ਗਏ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਇਲਾਵਾ ਅਸੀਂ ਹੋਰ ਕੁਝ ਸੁਣਨਾ ਹੀ ਨਹੀਂ, ਅਤੇ ਜਿਹੜਾ ਅੱਜ ਪ੍ਰਚਾਰ ਕੀਤਾ ਜਾਂਦਾ ਹੈ ਕਿ ਜਿਹੜਾ ਲਫਜ਼, ਜਿਹੜੀ ਪੰਗਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹੈ ਨਹੀਂ, ਉਹਦੇ ਵਾਸਤੇ ਅਸੀਂ ਜਿਹੜਾ ਹੈ ਕਦੇ ਆਪਣਾ ਉਪਰਾਲਾ ਹੀ ਨਹੀਂ ਕਰਨਾ ਜਾਂ ਅਸੀਂ ਸੁਣਨ ਨੂੰ ਤਿਆਰ ਨਹੀਂ। ਅਤੇ ਯਾਦ ਰੱਖਿਓ, ਜਿਹੜੀ ਅਰਦਾਸ ਦੋ ਵੇਲੇ ਗੁਰੂ ਦੇ ਚਰਨਾਂ 'ਚ ਕਰਦੇ ਹੋ ਉਹ ਕਿੱਥੋਂ ਆਈ ਹੈ, ਅਤੇ ਸਮਾਪਤੀ ਅਤੇ ਸ਼ੁਰੂਆਤ ਵੇਲੇ ਜਦੋਂ ਗੁਰੂ ਜੀ ਦੀ ਫਤਿਹ ਬੁਲਾਈ ਜਾਂਦੀ ਹੈ ਉਹ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਨਹੀਂ। ਅਤੇ ਇਹ ਨਾਸਤਿਕ ਲੋਕ ਆਪ ਜੀ ਨੂੰ ਇਹਨਾਂ ਗੱਲਾਂ ਤੋਂ ਤੋੜਨਾ ਚਾਹੁੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਸਰਾ ਬਣਾ ਕਰਕੇ ਉਹਨਾਂ ਦੀ ਓਟ ਲੈ ਕਰਕੇ ਪਹਿਲਾਂ ਇਤਿਹਾਸ ਤੋਂ ਤੋੜੀਏ, ਇਤਿਹਾਸਿਕ ਸਰੋਤਾਂ ਤੋਂ ਤੋੜੀਏ, ਫਿਰ ਗੁਰੂ ਕੀ ਗੁਰਬਾਣੀ ਤੋਂ ਤੋੜੀਏ। ਅਤੇ ਇੱਥੋਂ ਤੱਕ ਵੀ ਆ ਪਰਸੋਂ ਦੇ ਬਚਨ ਨੇ ਇਹ ਗੱਲ ਸਾਹਮਣੇ ਆਈ ਹੈ ਕਿ ਭੱਟਾਂ ਦੀ ਬਾਣੀ ਵੀ ਗੁਰਬਾਣੀ ਨਹੀਂ, ਕਿਉਂਕਿ ਉਹ ਸਵਾਲ ਅਤੇ ਜਵਾਬ ਨੇ। ਅਤੇ ਇਹਨਾਂ ਵੀ ਕਹਿ ਦਿੱਤਾ ਗਿਆ ਹੈ ਕਿ ਵਾਹਿਗੁਰੂ ਸ਼ਬਦ ਜਿਹੜਾ ਹੈ ਉਹ ਹਿੰਦੂ ਗ੍ਰੰਥਾਂ 'ਚੋਂ ਲਿਆ ਗਿਆ ਹੈ, ਗੁਰੂ ਸਾਹਿਬ ਜੀ ਦੇ ਅਨੁਸਾਰ ਵਾਹਿਗੁਰੂ ਸ਼ਬਦ ਸਾਡੇ ਵਾਸਤੇ ਸਤਿਕਾਰਯੋਗ ਨਹੀਂ। ਸੋ ਸੰਗਤ ਜੀ, ਇਹਨਾਂ ਚੀਜ਼ਾਂ ਦੇ ਉੱਪਰ ਵਿਚਾਰ ਕਰਿਓ, ਨਾਸਤਿਕਤਾ ਤੋਂ ਬਚੀਏ, ਗੁਰੂ ਦੇ ਨਾਲ ਜੋੜਨ ਵਾਲਿਆਂ ਦਾ ਸਤਿਕਾਰ ਵੀ ਕਰੋ, ਪਰ ਰੱਬ ਅਤੇ ਅਕਾਲ ਪੁਰਖ ਕੇਵਲ ਅਤੇ ਕੇਵਲ ਇੱਕ ਹੈ। ਸਰੀਰਾਂ ਨੂੰ ਗੁਰੂ ਬਣਾ ਕੇ, ਸਰੀਰਾਂ ਨੂੰ ਰੱਬ ਬਣਾ ਕੇ ਪੂਜਣਾ ਬੰਦ ਕਰੀਏ ਜੀ। ਸਤਿਗੁਰੂ ਕਿਰਪਾ ਕਰਨ, ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦਿਵਸ ਆਪ ਸੰਗਤਾਂ ਨੇ ਮਨਾਏ ਨੇ, ਧੰਨਵਾਦ। ਬੋਲਦਿਆਂ ਇੱਕ ਦੀ ਅਨੇਕਾਂ ਗਲਤੀਆਂ ਕਰ ਗਿਆ ਹੋਵਾਂਗਾ, ਖਿਮਾ ਬਖਸ਼ ਦੇਣੀ, ਸਤਿਗੁਰ ਦੇ ਚਰਨਾਂ 'ਚ ਅਰਦਾਸ ਕਰਨੀ ਕਿ ਗੁਰੂ ਦੀ ਗੋਦ 'ਚ ਬਹਿ ਕੇ ਗੁਰੂ ਦੇ ਚਰਨਾਂ ਦੀ ਸੋਝੀ ਆ ਜਾਵੇ ਅਤੇ ਗੁਰੂ ਦੇ ਚਰਨਾਂ ਦੀ ਸੇਵਾ ਕਰ ਸਕਾਂ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ ਜੀ, ਇਹ ਸਨ ਸਾਡੇ ਭਾਈ ਬਘੇਲ ਸਿੰਘ ਜੀ, ਜੋ ਆਪ ਜੀ ਨੂੰ ਗੁਰੂ ਸਾਹਿਬ ਦੀਆਂ ਉਸਤਤਾਂ ਨਾਲ ਨਿਹਾਲ ਕਰ ਰਹੇ ਸਨ। ਸੋ ਮੈਂ ਅਗਲਾ ਪ੍ਰੋਗਰਾਮ ਦੱਸਦਾ ਹੋਇਆ ਆਪ ਜੀ ਨੂੰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਡੇਢ ਵਜੇ, ਅੱਜ ਡੇਢ ਵਜੇ ਇਸੇ ਹਾਲ ਵਿੱਚ, ਮੇਨ ਹਾਲ ਵਿੱਚ, ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਦਾਰ ਸੁਖਜੀਤ ਸਿੰਘ ਦੇ ਪਰਿਵਾਰ ਵੱਲੋਂ, ਸੁਰਜੀਤ ਸਿੰਘ ਹੋਣਾ ਦੇ ਪਰਿਵਾਰ ਵੱਲੋਂ ਰਖਾਏ ਗਏ ਹਨ, ਜੋ ਆਰੰਭ ਤਾਂ ਡੇਢ ਵਜੇ ਹੋਵੇਗੀ। ਸੋ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਤੇ ਰਿਸ਼ਤੇਦਾਰਾਂ ਸੰਬੰਧੀਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਡੇਢ ਵਜੇ ਦੀਵਾਨ ਹਾਲ ਵਿੱਚ ਸੱਜਣ ਦੀ ਕਿਰਪਾਲਤਾ ਕਰਨ। ਸੋ ਡੇਢ ਵਜੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਦਾਰ ਸੁਰਜੀਤ ਸਿੰਘ ਦੇ ਪਰਿਵਾਰ ਵੱਲੋਂ ਰੱਖੇ ਜਾਣਗੇ। ਸੋ ਸਾਡਾ ਅਗਲਾ ਕੀਰਤਨੀ ਜਥਾ ਭਾਈ ਸਾਹਿਬ ਸਿੰਘ ਜੀ ਬਿਰਾਜਮਾਨ ਨੇ, ਪ੍ਰੋਫੈਸਰ ਕੁਲਦੀਪ ਸਿੰਘ, ਕੁਲਦੀਪ ਸਿੰਘ ਜੀ ਸੋਰੀ, ਕਿਉਂਕਿ ਉਹਨਾਂ ਭਾਈ ਸਾਹਿਬ ਸਿੰਘ ਜੀ ਹੋਣਾ ਦਾ ਜੋ ਕੀ ਕਵੀਸ਼ਰੀ ਜਥਾ ਸੀ ਸਾਡੇ ਕੋਲ, ਉਹਨਾਂ ਨੂੰ ਕਿਤੇ ਕੰਮ ਹੋਰ ਪੈ ਗਿਆ ਸੀ ਅਤੇ ਉਹ ਸਿੰਘ ਸਾਹਿਬ ਹੋਣਾਂ ਨੂੰ ਬੇਨਤੀ ਕੀਤੀ ਸੀ ਅਤੇ ਇਹਨਾਂ ਨੇ ਆਪਣੀ ਹਾਜ਼ਰੀ ਭਰੀ ਹੈ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ, ਆਓ ਸਰਵਣ ਕਰੀਏ ਰਸ ਪਿੰਨਾ ਕੀਰਤਨ। ਸੋ ਫਤਿਹ ਦੀ ਸਾਂਝ ਫਤਿਹ ਵਿੱਚ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲ
ਤੀ ਤੁਰੇ ਆਪਣਾ ਧਿਆ ਹੱਥ ਦੇ ਰੱਖੇ ਪਰਮੇਸ਼ਰ ਸਗਲਾ ਦੁਰਤ ਮਿਟਾ ਠਾਕੁਰ ਹੋਏ ਆਪ ਦਇਆ ਸਭ ਕਾ ਆਨੰਦ ਗੁਣੀ ਨਿਧਾਨ ਤਨ ਧਨ ਗੁਰੂ ਗੁਰ ਗਰੀਬ ਪਰਮ ਦਿਆਲ ਲਾਲ ਲੋਚਨ ਬਿਸ
ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰਪੂਰ ਰੰਗ ਰਤਾ ਮੇਰਾ ਸਾਹਿਬ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਸੁਣ ਸਕੀਏ ਮੇਰੀ ਨੀਂਦ ਪਈ
ਹੈ ਆਪਣੜਾ ਫਿਰ ਮਿਲਿਆ ਪ੍ਰਮੁੱਖ ਹੋਇਓ ਪ੍ਰਮੁੱਖ ਹੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੌਣ ਖਿਲਿਆ ਵਰ ਪਾਇਆ ਪ੍ਰਭ ਅੰਤਰ ਜਾਮੀ ਨਾਨਕ ਸੁਹਾਗ ਨਟਨਿਆ ਆਪੇ ਬੋਬਿਤ ਰੰਗਲਾ ਸਖੀਏ ਮੇਰਾ ਨਾ ਨਿਤ ਰਵੈ ਸੁਹਾਗਣੀ ਨਿਤ ਰਵੈ ਆਪੇ
ਸਾਥ ਪਾਈ ਗੁਰ ਸਤ ਗੁਰ ਪੂਰੇ ਸਾਥ ਪਾਈ ਸਤ ਪਾਈ ਗੁਰ ਸਤ ਗੁਰ ਪੂਰੇ ਸੁਖੇ ਉਪਰੇ ਬਾਜੇ ਅਨੁਮਾਦ ਤੂਰੇ ਸੁਖੇ ਉਪਰੇ ਬਾਜੇ ਅਨੁਮਾਦ ਤੂਰੇ ਸਤ ਪਾਈ ਗੁਰ ਸਤ ਗੁਰ ਪੂਰੇ ਸਤ ਪਾਈ ਗੁਰ ਸਤ ਗੁਰ ਪੂਰੇ ਆਨੰਦ ਕਰੋ ਮਿਲ ਸੁੰਦਰ ਨਾਰੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਸਵਾਰੀ ਗੁਰੂ ਨਾਨਕ ਮੇਰੀ ਪੈਜ ਸਤਿਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਿਆ ਸੰਜੋਗ ਕੁਦਰੇ ਮਾਇਆ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਬਿਗਾ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰ ਕਾ ਆਨੰਦ ਕਰੋ ਸਤ ਗੁਰ ਪੂਰੇ ਸਤ ਪਾਈ
Up a
ਪਰੰਪਰਾ ਮੇਰੇ ਸੁਆਮੀ ਪਰੰਪਰਾ ਤਰਤ ਮਹਤ ਦਿਵਸ ਰਾਤ ਦਾਈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ ਕਰਮੀਆਂ ਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਰ ਨਾਨਕ ਤੇ ਮੁਖ ਜਲੇ ਕੇਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਖਾਰ ਨਾਨਕ ਤੇ ਮੁਖ ਜਲੇ ਕੀਰਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਵੱਡਿਆਂ ਭਾਗਾਂ ਦਾ ਸਤਿਕਾਰ ਆਪ ਜੀ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰੀਆਂ ਜੀ ਕੀਰਤਨ ਦੀ ਸੇਵਾ ਕਰ ਰਹੇ ਸਨ ਪ੍ਰੋਫੈਸਰ ਕੁਲਦੀਪ ਸਿੰਘ ਜੀ ਉਹਨਾਂ ਦੇ ਨਾਲ ਤਬਲੇ 'ਤੇ ਕਰ ਰਹੇ ਸਨ ਸੇਵਾ ਭਾਈ ਸਾਹਿਬ ਸਿੰਘ ਜੀ ਬਹੁਤ ਸਤਿਕਾਰਯੋਗ ਜਥਾ ਹੈ ਬੜੀ ਭਾਵਨਾ ਨਾਲ ਰਾਗਾਂ ਦੇ ਵਿੱਚ ਕੀਰਤਨ ਕਰਦੇ ਨੇ ਸਤਿਗੁਰੂ ਕਿਰਪਾ ਕਰਨੇ ਇਹਨਾਂ ਦੇ ਸਿਰ 'ਤੇ ਮੇਰਾ ਪ੍ਰਹਿਤ ਰੱਖਣ ਇਸੇ ਤਰ੍ਹਾਂ ਇਹ ਕੀਰਤਨ ਦੀ ਸੇਵਾ ਰਾਹੀਂ ਸੰਗਤਾਂ ਦੀ ਸੇਵਾ ਕਰਦੇ ਰਹਿਣ ਜੀ ਅਰਦਾਸ ਬੇਨਤੀ ਹੈ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਵੱਲੋਂ ਰਾਗੀ ਜਥੇ ਦਾ ਧੰਨਵਾਦ ਕੀਤਾ ਜਾਂਦਾ ਹੈ ਸੋ ਹੁਣ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਅਤੇ ਸਾਰੇ ਦਿਨ ਦੇ ਲੰਗਰਾਂ ਦੀ ਸੇਵਾ ਸਰਦਾਰ ਗੁਰਮੀਤ ਸਿੰਘ ਅਤੇ ਸਰ ਬੀਬੀ ਬਲਵਿੰਦਰ ਕੌਰ ਜੀ ਦੀ ਪੁੱਤਰੀ ਅਤੇ ਸਰਦਾਰ ਸੁਰਜੀਤ ਸਿੰਘ ਅਤੇ ਬੀਬੀ ਸੰਦੀਪ ਕੌਰ ਜੀ ਦੀ ਸਪੁੱਤਰੀ ਬੱਚੀ ਐਸ਼ਲੀਨ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸਾਰੇ ਦਿਨ ਦੇ ਲੰਗਰਾਂ ਦੀ ਸੇਵਾ ਹੋ ਰਹੀ ਜੀ ਹੁਣ ਸੁਖਮਨੀ ਸਾਹਿਬ ਦੇ ਪਾਠ ਆਰੰਭ ਹੋਣ ਲੱਗੇ ਨੇ ਆਪ ਜੀ ਪ੍ਰੇਮ ਨਾਲ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਰਵਣ ਕਰੋ ਜੀ ਉਸ ਤੋਂ ਉਪਰੰਤ ਆਪਾਂ ਕੀਰਤਨ ਕਰਕੇ ਫਿਰ ਅਰਦਾਸ ਬੇਨਤੀ ਕਰਾਂਗੇ ਸਮਾਪਤ ਕੀਤੀ ਜਾਵੇਗੀ 3 ਵਜੇ ਫਿਰ ਗੁਰਮੁਖ ਪਰਿਵਾਰ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਸੇਵਾ ਹੈ ਸੋ ਇਸ ਵਾਸਤੇ ਹੁਣ ਦੀਵਾਨਾਂ ਦੀ ਇੱਥੇ ਸਮਾਪਤੀ ਕੀਤੀ ਗਈ ਹੈ ਆਪ ਜੀ ਪ੍ਰੇਮ ਨਾਲ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਸਰਵਣ ਪਾਠ ਸਰਵਣ ਕਰੋ ਜੀ
ਜਿੰਨੀਆਂ ਵੀ ਸੰਗਤਾਂ ਆਈਆਂ ਨੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ। ਜੀਆਂ ਨੂੰ ਆਖਿਆ ਜਾਂਦਾ ਹੈ ਗੁਰੂ ਕੇ ਲੰਗਰ ਲੰਗਰ ਹਾਲ ਦੇ ਵਿੱਚ ਵਰਤ ਰਹੇ ਨੇ, ਲੋੜ ਅਨੁਸਾਰ ਆਪ ਜੀ ਨੇ ਗੁਰੂ ਕੇ ਲੰਗਰ ਚਰਪਣ ਛੱਕ ਕੇ ਜਾਣਾ ਜੀ। ਵਾਹਿਗੁਰੂ ਜੀ ਕਾ ਖਾਲਸਾ।